ਜਦੋਂ ਕਿਤੇ ਕੂਲਿਪ ਕੋਲ ਮੁੱਕ ਜਾਣੀ ਹੈ ਨਾ, ਤੇ ਉਹ ਕੂਲਿਪ ਦਾ ਪੇਜ ਪਾੜ ਕੇ ਰੋਲ ਕਰਕੇ ਤੇ ਉਹ ਹੀ ਲਾ ਕੇ ਰਾਤ ਨੂੰ ਗੁਜ਼ਾਰਾ ਕਰ ਲੈਣਾ। ਮਤਲਬ ਇਦਾਂ ਦੇ ਹਾਲਾਤ ਨਸ਼ਾ ਲਿਆ ਦਿੰਦਾ। ਅੱਜ ਤੁਹਾਨੂੰ ਸਿਰਲੇਖ ਚੈਨਲ ਰਾਹੀਂ ਅਸੀਂ ਮਿਲਵਾਉਣ ਜਾ ਰਹੇ ਹਾਂ ਅਜਿਹੀ ਸ਼ਖਸੀਅਤ ਦੇ ਨਾਲ ਜਿਨ੍ਹਾਂ ਨੇ 23 ਸਾਲ ਆਪਣੀ ਜ਼ਿੰਦਗੀ 'ਤੇ ਬਰਬਾਦ ਕਰ ਲਏ, ਔਰ ਬਰਬਾਦੀ ਵੀ ਅਜਿਹੀ ਕਿ ਜਿਸ ਨੂੰ ਤੁਸੀਂ ਪੂਰੀ ਨਹੀਂ ਕਰ ਸਕਦੇ, ਪਰ ਹਾਂ ਆਪਣੀ ਜਵਾਨੀ ਦੇ 23 ਸਾਲ ਤੁਸੀਂ ਨਸ਼ੇ ਨੂੰ ਦੇ ਦਿੱਤੇ ਅਤੇ ਮਾਂ ਬਾਪ ਕੀ ਸੋਚਦੇ ਨੇ ਕਿ ਸਾਡੇ ਤੋਂ ਕਾਬੂ ਨਹੀਂ ਆ ਰਿਹਾ, ਇਹਦਾ ਵਿਆਹ ਕਰ ਦਿੱਤਾ ਜਾਵੇ, ਬਗਾਨੀ ਆਏਗੀ ਅਤੇ ਆਪਣੇ ਆਪ ਸੰਭਾਲ ਲਏਗੀ। ਮੈਂ ਜੀ ਕੰਨ ਫੜ ਕੇ ਇਹ ਗੱਲ ਕਹਿੰਦਾ, ਮੇਰੀ ਵਾਈਫ ਨੇ ਜਿਹੜਾ 11 ਸਾਲ ਦੁੱਖ ਦੇਖਿਆ ਨਾ, ਮੈਂ ਚਾਹੁੰਦਾ ਵੀ ਕਿਸੇ ਦੀ ਧੀ ਨੂੰ ਰੱਬ ਉਹ ਦੁੱਖ ਨਾ ਦਿਖਾਵੇ। ਜੋ ਦੁੱਖ ਉਹਨੇ ਦੇਖਿਆ ਉਹ ਮੈਂ ਸਮਝ ਸਕਦਾ ਜਾਂ ਉਹ ਸਮਝ ਸਕਦੀ, ਦੂਜਾ ਕੋਈ ਇਹ ਦੁੱਖ ਨਹੀਂ ਸਮਝ ਸਕਦਾ। ਆਪਾਂ ਆਪਣੀ ਧੀ ਤੋਰਨੀ ਹੋਵੇ ਘਰੋਂ, ਆਪਾਂ ਸਭ ਤੋਂ ਪਹਿਲਾਂ ਕੀ ਦੇਖਦੇ ਹਾਂ? ਮੁੰਡਾ ਨਸ਼ਾ ਨਾ ਕਰਦਾ ਹੋਵੇ। ਬਿਲਕੁਲ। ਅਤੇ ਜੇ ਆਪਾਂ ਪੁੱਤ ਵਿਆਹੁਣਾ ਆ ਤੇ ਉੱਥੇ ਆਪਾਂ ਇਹ ਸੋਚ ਲੈਂਦੇ ਹਾਂ ਬਈ ਅਸੀਂ ਬਗਾਨੇ ਦੀ ਧੀ ਲੈ ਆਈਏ, ਉਹਦੀ ਖੂਹ 'ਚ ਸੁੱਟ ਦਈਏ, ਬਈ ਸਾਡਾ ਪੁੱਤ ਸ਼ਾਇਦ ਸੁੱਤ ਜਾਵੇ। ਫਿਰ ਸਿਰਫ ਇੱਕ ਇਸ ਆਸ ਵਿੱਚ। ਉਦੋਂ ਮੈਡਮ ਇਲੈਕਸ਼ਨ ਦਾ ਦੌਰ ਸੀ ਤੇ ਉਦੋਂ ਫੀਮ ਆਈ ਸੀ, ਜਦੋਂ ਪਾਈ ਅੱਗ ਫੀਮ ਆਈ ਸੀ, ਮੈਂ ਉਹਦੇ ਵਿੱਚੋਂ ਕਿਸੇ ਨੂੰ ਫੜਾਉਣ ਗਿਆ, ਮੈਨੂੰ ਫੜਾਤੀ ਵੀ ਤੂੰ ਘਰ ਨਾਲ ਨੂੰ ਚੱਲਾਂ ਵੀ ਆ ਦੇ ਦੇਈ ਉਹਨੂੰ। ਮੈਂ ਉਹਦੇ ਵਿੱਚੋਂ ਥੋੜ੍ਹੀ ਤੋੜ ਲਈ ਸੀ ਅਤੇ ਉਹ ਤੋੜ ਲਈ ਜਿਹੜੀ ਉਹਨੇ ਉੱਥੋਂ ਹੀ ਸਟਾਰਟਿੰਗ ਮੇਰੀ ਪੁੱਠੇ ਪਾਸੇ ਹੋ ਗਈ। ਉਹ ਮੈਂ ਪਹਿਲਾਂ 2-4 ਦਿਨ ਤਾਂ ਮੁੰਡਿਆਂ ਮੰਡਿਆਂ ਨੂੰ ਖਿਲਾਉਂਦਾ ਰਿਹਾ, ਬਾਅਦ 'ਚੋਂ ਜਦੋਂ ਉਹਨਾਂ ਨੇ ਕਹਿਣਾ ਮਾਲ ਬੜਾ ਤੇਜ਼ ਸੀ, ਉਹ ਅੱਜ ਬੜਾ ਸਰੂਰ ਆਇਆ, ਉਹ ਗੱਲਾਂ ਜਿੱਦਾਂ ਉਹਨਾਂ ਦੀਆਂ ਸੁਣ ਸੁਣ ਕੇ ਤਾਂ ਮੇਰੇ ਵੀ ਮਨ ਵਿੱਚ ਆਇਆ ਮੈਂ ਵੀ ਖਾ ਕੇ ਦੇਖਾਂ, ਮੈਂ ਵੀ ਖਾਣੀ ਸ਼ੁਰੂ ਕਰ ਦਿੱਤੀ। ਫਿਰ ਉਦੋਂ ਬਾਅਦ 'ਚ ਸ਼ੀਸ਼ੀਆਂ ਪੀਣ ਲੱਗ ਪਿਆ, ਆ ਜਿਹੜੀਆਂ ਕੋਰੈਕਸ ਦੀਆਂ ਸ਼ੀਸ਼ੀਆਂ ਹੁੰਦੀਆਂ ਸੀ, ਉਹ 5 ਸ਼ੀਸ਼ੀਆਂ ਤਾਂ ਮੈਂ ਰੋਜ਼ ਹੀ ਪੀਂਦਾ ਹੁੰਦਾ ਸੀ। ਫਿਰ ਚੱਲ ਪਿਆ ਸਮੈਕ ਦਾ ਦੌਰ, ਫਿਰ ਲਗਾਤਾਰ ਸਮੈਕ ਪੀਤੀ, ਲਾ ਲਓ ਵੀ 6-7 ਸਾਲ, ਅਤੇ ਉਦੋਂ ਬਾਅਦ 'ਚ ਫਿਰ ਚਿੱਟੇ ਦਾ ਦੌਰ ਆ ਗਿਆ, ਫਿਰ 12-13 ਸਾਲ ਚਿੱਟਾ ਪੀਤਾ। ਮਤਲਬ ਮੈਂ ਮੈਡਮ ਰਾਈਟਰ ਹਾਂ, ਮੈਂ ਚਾਹੁੰਦਾ ਸੀ ਮੈਂ ਵਧੀਆ ਰਾਈਟਰ ਬਣਾ ਇੱਕ, ਅਤੇ ਪਰ ਮੇਰੀਆਂ ਜਿਹੜੀਆਂ ਗਲਤੀਆਂ ਜ਼ਿੰਦਗੀ ਵਿੱਚ ਕੀਤੀਆਂ ਸੀ ਉਹਨਾਂ ਨੇ ਮੈਨੂੰ ਇੱਕ ਅਮਲੀ ਬਣਾ ਦਿੱਤਾ। ਕੁੱਟਿਆ ਵੀ ਬਹੁਤ ਚੱਕ ਚੱਕ, ਕੰਧਾਂ 'ਚ ਮਾਰ, 3-3 ਡੰਡੇ ਤੋੜਤੇ ਉੱਤੇ, ਆਹ ਮੇਰਾ ਚੰਮ ਸਾਰੇ ਉੱਭਰਿਆ ਉੱਭਰ ਗਿਆ ਸੀ ਸਾਰੇ, ਆਹ ਲੱਤਾਂ ਸਾਰਾ ਕੁਛ, ਮੇਰੇ ਤੋਂ 10 ਦਿਨ ਤੁਰ ਨਹੀਂ ਹੋਇਆ ਸੀ। ਨਸ਼ੇ ਵਾਲੇ ਬੰਦੇ ਦੀ ਜ਼ਿੰਦਗੀ ਵਿੱਚ ਝੂਠ, ਚੋਰੀ ਅਤੇ ਜਿੱਦਾਂ ਮਤਲਬ ਹੇਰਾ ਫੇਰੀ, ਇਹ ਚੀਜ਼ਾਂ ਬੰਦੇ ਦੇ ਵਿੱਚੋਂ ਜਾਂਦੀਆਂ ਨਹੀਂ ਹੈਗੀਆਂ। ਘਰੋਂ ਸਮਾਨ ਵੀ ਚੱਕ ਕੇ ਵੇਚਦਾ, ਘਰੋਂ ਸੋਨਾ ਹੱਥ ਆ ਜਾਵੇ ਉਹ ਵੇਚਦਾ, ਕਿਤੇ ਪੈਸੇ ਪਏ ਆ ਉਹ ਬੰਦਾ ਚੱਕ ਲੈਂਦਾ ਆ, ਘਰ ਵਿੱਚ ਤੁਹਾਡੇ ਕੋਈ ਲੋਹਾ ਪਿਆ ਆ ਉਹ ਬੰਦਾ ਚੱਕ ਲੈਂਦਾ, ਘਰ ਵਿੱਚ ਤਾਂਬੇ ਦੇ ਭਾਂਡੇ ਪਿੱਤਲ ਦੇ ਭਾਂਡੇ ਕੋਈ ਚੀਜ਼ ਨਹੀਂ ਛੱਡਦਾ ਬੰਦਾ। ਇਹ ਚੀਜ਼, ਇਹ ਜਿਹੜੀ ਕਹਾਣੀ ਆ ਇਹ ਹਰ ਅਮਲੀ ਦੀ ਆ, ਚਾਹੇ ਉਹ ਤਕੜੇ ਘਰ ਦਾ ਆ ਚਾਹੇ ਉਹ ਮਾੜੇ ਘਰ ਦਾ ਆ। ਕਿਉਂਕਿ ਮੈਂ ਕਿਸੇ ਸਿਆਣੇ ਨੂੰ ਪੁੱਛਿਆ ਸੀ, ਉਹ ਕਹਿੰਦੇ ਸੀ, ਮੈਂ ਕਿਹਾ ਜੀ ਜਿਹੜਾ ਅੰਦਰ ਰੱਬ ਆ ਮੈਨੂੰ ਉਹ ਰੱਬ ਦਿਖਾਲ ਦਿਓ, ਉਹ ਕਹਿੰਦੇ ਜੇ ਰੱਬ ਦੇਖਣਾ ਨਾ ਅੰਦਰ ਵਾਲਾ ਜਿਹੜਾ ਬੰਦੇ ਦੇ ਅੰਦਰ ਆ, ਆਪਣੇ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ 5 ਚੀਜ਼ਾਂ ਬਾਹਰ ਕੱਢਦੇ, ਜੋ ਵਿੱਚ ਰਹਿ ਜਾਂਦਾ ਉਹ ਰੱਬ ਆ। ਘਰ ਬੱਚਿਆਂ ਦੀ ਫੀਸ ਦੇ ATM ਵਿੱਚ ਪਈ ਸੀਗੀ, ਘਰ ਵਾਲੀ ਨੇ ਜਿੱਦਾਂ ਬੈਂਕ ਵਿੱਚ ਰੱਖੀ ਸੀ, ATM ਪਿਆ ਸੀ, ਉਹ ਕੈਨੇਡਾ ਚਲ ਗਈ ਅਤੇ ਮੇਰੇ ਹੱਥ ATM ਆ ਗਿਆ। ਮੈਂ ਇਹ ਵੀ ਨਹੀਂ ਸੋਚਿਆ ਮੇਰੇ ਬੱਚਿਆਂ ਦੀ ਫੀਸ ਆ, ਮੈਂ ਉਦੋਂ 33 ਦਿਨਾਂ ਵਿੱਚ 2.5 ਲੱਖ ਰੁਪਇਆ ਕਢਾ ਕੇ ਉਹਦੇ ਵਿੱਚੋਂ ਉਹ ਵੀ ਖਾ ਗਿਆ ਜੀ। ਨਸ਼ਾ ਮੈਡਮ ਜਿੱਥੇ ਆਪਾਂ ਬੈਠੇ ਹਾਂ ਨਾ, ਇੱਥੋਂ 5-7 ਮਿੰਟ ਦੀ ਦੂਰੀ 'ਤੇ 4-5 ਤਸਕਰ ਹੈਗੇ ਆ। ਅੱਛਾ, ਸਾਨੂੰ ਪਤਾ ਸੀ ਆਪਣੀ ਜਾਨ ਕਿੱਦਾਂ ਬਚਾ ਕੇ ਰੱਖਣ ਡੇ ਆ, ਘਰੋਂ ਬਾਹਰ ਨਿਕਲੋ ਨਸ਼ੇ ਵਾਲੇ ਬੈਠੇ ਹੁੰਦੇ ਥੜੇ 'ਤੇ, ਇੱਧਰ ਨੂੰ ਹੋਸਪਿਟਲ ਵੱਲ ਨੂੰ ਆ ਜਾਓ, ਇੱਥੇ ਜੀਭ ਦੀਆਂ ਗੋਲੀਆਂ ਖਾਣ ਵਾਲੇ ਬੈਠੇ ਹੁੰਦੇ ਆ, ਜਿਹੜੀ ਜੀਭ ਦੀਆਂ ਗੋਲੀਆਂ ਮਿਲਦੀਆਂ ਅਤੇ ਘਰੋਂ। ਪਰ ਜਦੋਂ ਮੈਂ ਨਿਕਲਦਾ ਮੈਂ ਘਰੋਂ ਅਰਦਾਸ ਕਰਕੇ ਤੁਰਦਾ ਹੁੰਦਾ ਵੀ ਮਾਲਕਾ ਅੰਗ ਸੰਗ ਸਹਾਈ ਰਹੀ, ਅਤੇ ਜਦੋਂ ਆਪਾਂ ਇਹ ਅਰਦਾਸ ਕਰਕੇ ਤੁਰਦੇ ਹਾਂ ਫਿਰ ਮੈਨੂੰ ਲੱਗਦਾ ਆ ਵੀ 10.5 ਮਹੀਨਿਆਂ ਵਿੱਚ ਇਹ ਮੈਂ ਮਹਿਸੂਸ ਕੀਤਾ ਵੀ ਫਿਰ ਪਰਮਾਤਮਾ ਦੀ ਜ਼ਿੰਮੇਵਾਰੀ ਹੋ ਜਾਂਦੀ ਹੈ।
ਹੁਣ ਤਾਂ ਲੜਕੀਆਂ ਵੀ ਨਸ਼ੇ ਦੀ ਗ੍ਰਿਫਤ ਦੇ ਵਿੱਚ ਨੇ, ਉਨਾ ਹੀ ਨਸ਼ਾ ਲੜਕੀਆਂ ਵੀ ਕਰ ਰਹੀਆਂ ਨੇ, ਲੜਕੇ ਵੀ ਕਰ ਰਹੇ ਨੇ, ਮਤਲਬ ਸਮਾਜ ਕਿਸ ਵੱਲ ਜਾ ਰਿਹਾ ਇਹ ਤਾਂ ਅਸੀਂ ਕਹਿ ਨਹੀਂ ਸਕਦੇ। ਮੈਡਮ ਮੈਨੂੰ ਪਹਿਲਾਂ ਤਾਂ ਮੈਂ ਏਸੀ ਵਹਿਮ ਵਿੱਚ ਨਸ਼ਾ ਕਰਦਾ ਰਿਹਾ ਵੀ ਮੈਥੋਂ ਨਸ਼ੇ ਤੋਂ ਬਗੈਰ ਲਿਖਿਆ ਨਹੀਂ ਜਾਣਾ, ਪਰ ਜਦੋਂ ਮੈਂ ਨਸ਼ਾ ਛੱਡਿਆ ਮੈਂ ਉਦੋਂ ਬਾਅਦ 'ਚੋਂ ਇੱਕ ਗੀਤ ਲਿਖਿਆ, ਉਹ ਹੈਰੀਤ ਨੂੰ ਆ ਜੀ ਜਿਹਨਾਂ ਨੇ ਕੰਗਣਾ 'ਤੇ ਗੀਤ ਗਾਇਆ ਸੀ, ਇੱਦਣ ਕੰਗਣਾ ਵਾਲਾ ਐਕਸੀਡੈਂਟ ਨਹੀਂ ਹੋਇਆ ਸੀ ਏਅਰਪੋਰਟ 'ਤੇ, ਉੱਦਣ ਹੀ ਗੀਤ ਨਹੀਂ ਆ ਕੇ ਆ ਗਿਆ ਸੀ, ਬਹੁਤ ਵਾਇਰਲ ਹੋਇਆ ਸੀ ਸਰਦਾਰ ਜੀ ਦਾ ਹੈਰੀਤ ਨੂੰ ਆਪਾਂ ਉਹਨਾਂ ਨੇ ਆਪਣਾ ਗੀਤ ਗਾਉਣਾ ਵਾ, ਉਹਨੇ ਟੇਪ 'ਚ ਪਾ ਦਿੱਤਾ ਅਤੇ ਬਲੇਮ ਨੀਲੀ ਛੱਤ ਵਾਲੇ ਨੂੰ ਦੇਣੇ ਛੱਡ ਦਿਓ, ਮਾਲਕ ਨਹੀਂ ਇਹ ਸੁਣਦਾ ਇਹ ਗੱਲ ਦਿਲ 'ਚੋਂ ਕੱਢ ਦਿਓ, ਬੁਰੇ ਵਕਤ 'ਤੇ ਆਪੇ ਮਿੱਤਰੋ ਟਲਦੇ ਰਹਿੰਦੇ ਨੇ, ਅਪ ਡਾਊਨ 'ਤੇ ਜ਼ਿੰਦਗੀ ਦੇ ਵਿੱਚ ਚੱਲਦੇ ਰਹਿੰਦੇ ਨੇ, ਅਪ ਡਾਊਨ 'ਤੇ ਜ਼ਿੰਦਗੀ ਦੇ ਵਿੱਚ ਚੱਲਦੇ ਰਹਿੰਦੇ ਨੇ। ਬਈ ਆਹ ਦਿਨ ਦੇਖਣ ਲਈ ਮੇਰਾ ਡੈਡੀ ਜੀਂਦਾ ਨਹੀਂ ਰਿਹਾ, ਇਸ ਚੀਜ਼ ਦਾ ਮੈਨੂੰ ਦੁੱਖ ਆਖਰੀ ਸਾਹ ਤੱਕ ਰਹਿਣਾ, ਬਈ ਰੱਬਾ ਉਹਨੂੰ ਮੇਰੇ ਭਾਵੇਂ ਡੈਡੀ ਨੂੰ ਦੋ ਚਾਰ ਦਿਨ ਦੇ ਸਾਹ ਉੱਦਾਂ ਦੇ ਦਿੰਦਾ ਜਿਹੜਾ ਮੈਨੂੰ ਨਸ਼ੇ ਤੋਂ ਬਗੈਰ ਦੇਖ ਲੈਂਦਾ। ਪਰਮਾਤਮਾ ਦੇ ਹੱਥ ਵਿੱਚ ਸਟੇਅਰਿੰਗ ਫੜਾਇਆ, ਹੁਣ ਤਾਂ ਜੀ ਜਦੋਂ ਦੇ ਨਸ਼ੇ ਛੱਡੇ ਆ ਉਹਨੂੰ ਇਹੀ ਅਰਦਾਸ ਕਰੀ ਦੀ, ਜਿੱਦਾਂ ਨੂੰ ਮੋੜਨਾ ਮੋੜੀ ਚੱਲ ਅਸੀਂ ਤੁਰੇ ਜਾਂਦੇ ਹਾਂ, ਜਿੱਦਾਂ ਨੂੰ ਕਰਨਾ ਕਰੀ ਚੱਲ। ਜਿਨ੍ਹਾਂ ਦੇ ਮੇਰਾ ਹੱਕ ਵੀ ਸੀ ਉਹ ਚੀਜ਼ਾਂ ਮੇਰੇ ਤੋਂ ਫਿਰ ਵੀ ਦੂਰ ਸੀ ਨਸ਼ੇ ਕਾਰਨ, ਉਹ ਚੀਜ਼ਾਂ ਮੇਰੇ ਤੋਂ ਦੁਬਾਰਾ ਮੁੜ ਕੇ ਆਉਣ ਡਈਆਂ, ਵਿਆਜ ਸਮੇਤ ਪਰਮਾਤਮਾ ਦੇਣ ਡਿਆ। ਪਰਮਾਤਮਾ ਦੀ ਚੱਕੀ ਚੱਲਦੀ ਹੌਲੀ ਆ ਪਰ ਪੀਸ ਦੀ ਬਰੀਕ ਆ। ਮੈਂ ਕਿਹਾ ਯਾਰ ਜਦ ਇੰਨੇ ਸਾਲ ਨਸ਼ਾ ਕਰਕੇ ਨੀ ਆਪਾਂ ਮਰੇ, ਇੱਕ ਵਾਰੀ ਛੱਡ ਕੇ ਤੇ ਦੇਖੀਏ ਵੀ ਉਹਦੇ ਨਾਲ ਆਪਾਂ ਮਰ ਥੋੜੇ ਜਾਵਾਂਗੇ। ਰੱਬ ਦੇ ਹੱਥ ਰਿਮੋਟ ਏ ਸਾਡਾ, ਤਾਈਓ ਤੇ ਕੰਮ ਲੋਟ ਏ ਸਾਡਾ। ਰੱਬ ਦੇ ਹੱਥ ਰਿਮੋਟ ਏ ਸਾਡਾ, ਤਾਈਓ ਤੇ ਕੰਮ ਲੋਟ ਏ ਸਾਡਾ। ਮੌਂਟੀ ਪਹਾੜ ਜਿੱਡੇ ਦੁੱਖ ਹੱਸ ਕੇ ਜਿੰਦੜੀ ਝੱਲੀ ਜਾਂਦੀ ਏ, ਉਹ ਜਿਵੇਂ ਚਲਾਈ ਜਾਂਦਾ ਗੱਡੀ ਚੱਲੀ ਜਾਂਦੀ ਏ, ਉਹ ਜਿਵੇਂ ਚਲਾਈ ਜਾਂਦਾ ਗੱਡੀ ਚੱਲੀ ਜਾਂਦੀ ਏ। ਜ਼ਿੰਦਗੀ ਪ੍ਰਤੀ ਹਰ ਕਿਸੇ ਦੀ ਵੱਖਰੋ ਵੱਖੀ ਸੋਚ ਹੈ, ਕੋਈ ਇਸ ਨੂੰ ਕਲਾ ਦੱਸਦਾ ਹੈ, ਕੋਈ ਇਸ ਨੂੰ ਗੀਤ ਦੱਸਦਾ ਹੈ, ਕੋਈ ਇਸ ਨੂੰ ਜੱਦੋ ਜਹਿਦ ਦੱਸਦਾ ਹੈ, ਅਤੇ ਕੋਈ ਇਸ ਨੂੰ ਦੱਸਦਾ ਹੈ ਕੰਡਿਆਂ ਦੀ ਸੇਜ। ਪਰ ਮੈਂ ਤੁਹਾਨੂੰ ਦੱਸਾਂ ਕਿ ਜ਼ਿੰਦਗੀ ਕੀ ਹੈ। ਜ਼ਿੰਦਗੀ ਤੁਹਾਡੀ ਸੋਚ 'ਤੇ ਆਧਾਰਿਤ ਹੈ, ਤੁਸੀਂ ਜੋ ਸੋਚਦੇ ਹੋ ਜਿਵੇਂ ਦਾ ਦੇਖਦੇ ਹੋ ਜ਼ਿੰਦਗੀ ਉੱਦਾਂ ਦੇ ਹੀ ਤੁਹਾਨੂੰ ਬਣਾ ਦਿੰਦੀ ਹੈ। ਅੱਜ ਤੁਹਾਨੂੰ ਸਿਰਲੇਖ ਚੈਨਲ ਰਾਹੀਂ ਅਸੀਂ ਮਿਲਵਾਉਣ ਜਾ ਰਹੇ ਹਾਂ ਅਜਿਹੀ ਸ਼ਖਸੀਅਤ ਦੇ ਨਾਲ ਜਿਨ੍ਹਾਂ ਨੇ 23 ਸਾਲ ਆਪਣੀ ਜ਼ਿੰਦਗੀ 'ਤੇ ਬਰਬਾਦ ਕਰ ਲਏ, ਔਰ ਬਰਬਾਦੀ ਵੀ ਅਜਿਹੀ ਕਿ ਜਿਸ ਨੂੰ ਤੁਸੀਂ ਪੂਰੀ ਨਹੀਂ ਕਰ ਸਕਦੇ। ਪਰ ਹਾਂ, ਤੁਹਾਨੂੰ ਲੱਗਦਾ ਕਿ ਜ਼ਿੰਦਗੀ 'ਚ ਅੱਗੇ ਬਹੁਤ ਸਾਰੀਆਂ ਚੀਜ਼ਾਂ ਨੇ, ਤੁਸੀਂ ਉਸ ਰਾਹ ਤੋਂ ਹਟ ਕੇ ਦੂਜੀ ਰਾਹ ਨੂੰ ਫੜ ਲੈਂਦੇ ਹੋ ਤਾਂ ਬਹੁਤ ਕੁਛ ਸਵਰ ਵੀ ਜਾਂਦਾ। 23 ਸਾਲ ਆਪਣੀ ਜ਼ਿੰਦਗੀ ਦੇ ਇਹਨਾਂ ਨੇ ਨਸ਼ਿਆਂ ਦੇ ਵਿੱਚ ਖਰਾਬ ਕਰ ਲਏ, ਪਰ ਅੱਜ ਇਹ ਮਿਸਾਲ ਬਣੇ ਹੋਏ ਨੇ ਉਹਨਾਂ ਲੋਕਾਂ ਲਈ ਜੋ ਨਸ਼ੇ 'ਚ ਹਜੇ ਵੀ ਫਸੇ ਹੋਏ ਨੇ। ਮੋਂਟੀ ਮਾਨ ਦੀ ਮੈਂ ਗੱਲ ਕਰ ਰਹੀ ਹਾਂ। ਮੋਂਟੀ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਵੀ ਸਿਰਲੇਖ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਧੰਨਵਾਦ ਕਰਦੇ ਹਾਂ। ਮੋਂਟੀ ਜੀ, ਸੋਚ ਕੇ ਨਾ ਬੜਾ ਤਕਲੀਫ ਹੁੰਦੀ ਹੈ, ਟੈਨਸ਼ਨ ਹੁੰਦੀ ਹੈ ਕਿ 23 ਸਾਲ ਬਹੁਤ ਹੁੰਦੇ ਨੇ ਆਪਣੀ ਜਵਾਨੀ ਦੇ, 23 ਸਾਲ ਤੁਸੀਂ ਨਸ਼ੇ ਨੂੰ ਦੇ ਦਿੱਤੇ। ਕੀ ਲੱਗਦਾ ਅੱਜ ਕਿੱਥੇ ਗਲਤੀ ਹੋ ਗਈ, ਕੁਛ ਮਹਿਸੂਸ ਕਰਦੇ? ਮੈਡਮ, ਉਹ ਉਮਰ ਹੀ ਇੱਦਾਂ ਦੀ ਸੀ ਜਿੱਦਾਂ ਚੜ੍ਹਦੀ ਉਮਰ, ਜਿੱਦਾਂ 14-15 ਸਾਲਾਂ ਦਾ ਬੱਚਾ ਜਿਹੜਾ ਹੁੰਦਾ ਕੀ ਹੁੰਦਾ ਉਹ, ਹੈ ਨਾ। ਉਦੋਂ ਮਤਲਬ ਇੰਨੀ ਸੋਝੀ ਨਹੀਂ ਸੀ, ਉਦੋਂ ਇੰਨੀ ਸਮਝ ਨਹੀਂ ਸੀ, ਉਦੋਂ ਇੰਨੀ ਜਿੱਦਾਂ ਬੁੱਧੀ ਸਾਡੀ ਦਾ ਵਿਕਾਸ ਨਹੀਂ ਹੋਇਆ ਹੋਇਆ ਸੀ ਵੀ ਜਿਹੜਾ ਸਾਨੂੰ ਆਪਣੇ ਚੰਗੇ ਮਾੜੇ ਦਾ ਜਿਹੜਾ ਪਤਾ ਹੋਵੇ ਵੀ ਆਹ ਸਾਡੀ ਚੀਜ਼ ਚੰਗੀ ਆ ਮਾੜੀ ਆ। ਅਤੇ ਉਹ ਇੱਕ ਸੰਗਤ ਕੁਦਰਤੀ ਉੱਦਾਂ ਦੀ ਮਿਲ ਗਈ, ਉੱਦਾਂ ਦੇ ਮੁੰਡਿਆਂ ਨਾਲ ਬਹਿਣਾ ਉੱਠਣਾ ਸ਼ੁਰੂ ਕਰ ਦਿੱਤਾ।
ਤੇ ਉਥੋਂ ਫੇ ਇਸ ਜ਼ਿੰਦਗੀ ਦਾ ਜਿਹੜਾ ਮੋੜ ਜਿਹੜਾ ਸੀ ਨਸ਼ਿਆਂ ਵਾਲੇ ਦਰਿਆਲ ਨੂੰ ਮੁੜ ਗਿਆ, ਜਿਹੜਾ ਆਪਣਾ ਪੰਜਾਬ ਵਿੱਚ ਛੇਵਾਂ ਦਰਿਆ ਜਿਹੜਾ ਕਹਿੰਦੇ ਵੀ ਵਗਦਾ ਆ, ਉੱਧਰ ਨੂੰ ਫੇ ਵਹਾਵ ਸਾਡੀ ਜ਼ਿੰਦਗੀ ਨੇ ਕਰ ਲਿਆ ਤੇ ਉਹ ਪਤਾ ਹੀ ਨਹੀਂ ਲੱਗਾ ਉਹ ਚੋਂ ਨਿਕਲਣ ਦੀ ਕੋਸ਼ਿਸ਼ ਕਰਦੇ ਹੀ ਕਰ ਕੋਸ਼ਿਸ਼ ਕਰਦੇ 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 23 ਸਾਲ ਇਸ ਜ਼ਿੰਦਗੀ ਦੇ ਵਿੱਚ ਇੱਦਾਂ ਹੀ ਗਲਤਾਨ ਹੋ ਗਿਆ, ਮਤਲਬ ਲੰਘ ਗਿਆ ਸਾਡੇ। ਮੋਂਟੀ ਵੈਸੇ ਬਚਪਨ ਚ ਬਣਨਾ ਕੀ ਚਾਹੁੰਦਾ ਸੀ? ਮੈਂ ਮੈਡਮ ਰਾਈਟਰ ਹਾਂ, ਮੈਂ ਚਾਹੁੰਦਾ ਸੀ ਮੈਂ ਵਧੀਆ ਰਾਈਟਰ ਬਣਾ ਇੱਕ, ਤੇ ਪਰ ਮੇਰੀਆਂ ਜਿਹੜੀਆਂ ਗਲਤੀਆਂ ਜ਼ਿੰਦਗੀ ਵਿੱਚ ਕੀਤੀਆਂ ਸੀ ਉਹਨਾਂ ਨੇ ਮੈਨੂੰ ਇੱਕ ਅਮਲੀ ਬਣਾਤਾ, ਤੇ ਅੱਜ ਮਾਲਕ ਨੇ ਕਿਰਪਾ ਕੀਤੀ ਆ, ਥੋੜ੍ਹਾ ਆਪਣਾ ਮਨ ਦ੍ਰਿੜ ਇਰਾਦਾ ਕੀਤਾ ਤੇ ਪਰਮਾਤਮਾ ਨੇ ਵੀ ਬਾਂਹ ਫੜੀ ਆ ਤੇ ਉਸ ਦਲਦਲ ਵਿੱਚੋਂ ਨਿਕਲੇ ਆ। ਹੁਣ ਸਾਰਾ ਕੁਛ ਹੌਲੀ ਹੌਲੀ ਰਿਕਵਰ ਹੋ ਰਿਹਾ, ਠੀਕ ਹੋ ਰਿਹਾ, ਸਰੀਰ ਵੀ ਠੀਕ ਹੋ ਰਿਹਾ, ਸਾਰਾ ਕੁਛ ਹੌਲੀ ਹੌਲੀ, ਮਤਲਬ ਜਿੱਦਾਂ ਹੁਣ ਚੰਗੇ ਪਾਸੇ ਨੂੰ ਜ਼ਿੰਦਗੀ ਦਾ ਜਿਹੜਾ ਸਟੇਅਰਿੰਗ ਸੀ ਉਹ ਮੋੜ ਲਿਆ। ਦੱਸ ਸਕਦੇ ਹੋ ਕਿਹੜੀ ਉਮਰ ਦੇ ਵਿੱਚ ਨਸ਼ੇ ਦੇ ਨਾਲ ਤੁਸੀਂ ਜੁੜ ਗਏ ਸੀ, ਜਿਹੜੇ ਨਸ਼ੇ ਨੇ ਤੁਹਾਨੂੰ ਆਪਣੀ ਗ੍ਰਿਫਤ ਦੇ ਵਿੱਚ ਲੈ ਲਿਆ ਸੀ? ਮੈਡਮ 14-15 ਸਾਲ, 13-14 ਸਾਲ, ਇੱਥੇ ਇੰਨੀ ਕੁ ਸਾਲ ਦੀ ਉਮਰ ਹੈ, 14-15 ਸਾਲ ਹੈ ਨਾ, ਬਹੁਤ ਛੋਟੀ ਉਮਰ ਹੈ। ਮੈਨੂੰ ਲੱਗਦਾ ਬੱਚਿਆਂ ਦੇ ਆਪਣੇ ਮਨ ਦੇ ਉੱਤੇ ਕਾਬੂ ਨਹੀਂ ਹੁੰਦਾ। ਹਾਂਜੀ, ਉਦੋਂ ਜਿੱਦਾਂ ਮਤਲਬ ਆਪਣੇ ਤੋਂ ਵੱਡਿਆਂ ਦੇ ਵਿੱਚ ਬਹਿਣ ਦਾ ਨਹੀਂ ਬੰਦੇ ਨੂੰ ਹੋ ਜਾਂਦਾ, ਮੈਂ ਉਹਨਾਂ ਵਿੱਚ ਜਾ ਕੇ ਬੈਠਾ ਤੇ ਮੇਰੀ ਦਾ ਟੌਹਰ ਬਣੇ ਪਿੰਡ ਵਿੱਚ, ਇਹ ਭਾਜੀ ਹੁਣਾਂ ਨਾਲ ਰਵਾਂ, ਮੈਂ ਫਲਾਨੇ ਨਾਲ ਰਵਾਂ, ਇਹ ਜਿਹੜੀ ਹਵਾਬਾਜ਼ੀ ਹੁੰਦੀ ਨਾ ਉਹ ਜ਼ਿੰਦਗੀ ਦਾ ਬੰਦੇ ਦਾ ਸੱਤਿਆਨਾਸ਼ ਕਰ ਦਿੰਦੀ ਆ। ਬੰਦੇ ਨੂੰ ਆਪਣੇ ਜਿਹੜੇ ਦਾਇਰੇ ਆ ਨਾ, ਆਪਣੀ ਬਹਿਣੀ ਉੱਠਣੀ ਆ, ਉਹ ਥੋੜ੍ਹਾ ਸੁਹਿਰਦ ਬੰਦੇ ਆ ਨਾ, ਜਿਹੜੇ ਸਾਨੂੰ ਕੋਈ ਸੇਧ ਦੇ ਸਕਣ, ਜਿਹਨਾਂ ਤੋਂ ਸਾਨੂੰ ਕੁਛ ਸਿੱਖਣ ਨੂੰ ਮਿਲ ਸਕੇ, ਜਿਹਨਾਂ ਤੋਂ ਸਾਡੀ ਜ਼ਿੰਦਗੀ ਦੇ ਵਿੱਚ ਗਾਂਹ ਜਾ ਕੇ ਸਾਨੂੰ ਰਾਸਤੇ ਸਿਖਾਲੇ ਬਣਾਉਣ ਵਿੱਚ ਜਿਹੜੀਆਂ ਚੀਜ਼ਾਂ ਸਹਾਇਤਾ ਕਰਨ, ਉੱਦਾਂ ਦੇ ਸਾਨੂੰ ਸਾਡੇ ਦਾਇਰੇ ਬਣਾਉਣੇ ਚਾਹੀਦੇ ਆ। ਇਹ ਚੀਜ਼ਾਂ ਉਦੋਂ ਨਹੀਂ ਸਮਝ ਆਉਂਦੀਆਂ ਸੀ, ਬਹੁਤ ਸਮਝਾਉਂਦੇ ਹੁੰਦੇ ਸੀ, ਘਰ ਦੇ ਵੀ ਸਮਝਾਉਂਦੇ ਹੁੰਦੇ ਸੀ, ਤੇ ਪਰ ਆਪ ਵੀ ਲੱਗਦਾ ਹੁੰਦਾ ਸੀ ਅਸੀਂ ਗਲਤ ਕਰਦੇ ਹਾਂ। ਪਰ ਇਹ ਚੀਜ਼ਾਂ ਸਾਨੂੰ ਹੁਣ ਸਮਝ ਆਉਂਦੀਆਂ ਵੀ ਅਸੀਂ ਕਿੱਥੇ ਆਪਣੀ ਜ਼ਿੰਦਗੀ ਦੇ, ਵਾਰ ਵਾਰ ਮਨੁੱਖਾ ਜਨਮ ਪਤਾ ਨਹੀਂ ਕਦੋਂ ਆਉਣਾ ਕਦੋਂ ਨਹੀਂ ਆਉਣਾ, ਹੈ ਨਾ, ਮਤਲਬ ਆਪਣੀ ਜ਼ਿੰਦਗੀ ਦੇ ਲਾ ਲਓ ਵੀ ਜੇ ਮੈਂ ਬੰਦਾ ਕੋਈ ਵੀ 80 ਸਾਲਾਂ ਦਾ ਆ ਤੇ ਜੇ ਉਹਦੀ 80 ਸਾਲ ਦੀ ਉਮਰ ਆ, ਵਿੱਚੋਂ 40 ਸਾਲ ਤੋਂ ਸੌਂ ਕੇ ਕੱਢ ਦਿੰਦਾ ਤੇ ਬਚੇ 40 ਸਾਲ, ਤੇ ਉਹਨਾਂ 40 ਸਾਲਾਂ ਵਿੱਚੋਂ ਮੈਂ 23 ਸਾਲ ਆਪਣੇ ਨਸ਼ੇ ਨੂੰ ਦੇ ਚੁੱਕਿਆ ਤੇ ਬਾਕੀ 13 ਸਾਲ ਬਚੇ, 13 ਵਿੱਚੋਂ ਮੇਰੇ ਲਾ ਲਓ ਵੀ 4 ਕੁ ਸਾਲ ਬਚਪਨੇ ਦੇ, 5 ਸਾਲ ਤੇ ਮੇਰੀ ਫਿਰ ਉਮਰ, ਮੈਂ ਕੀ ਦੇਖਿਆ ਇੱਥੇ ਕੀ। ਪਰ ਹਜੇ ਵੀ ਕੋਸ਼ਿਸ਼ ਇਹ ਆ ਜਿਹੜੀ ਬਚੀ ਆ ਇਹਨੂੰ ਵਧੀਆ ਤਰੀਕੇ ਨਾਲ ਜੀ ਲਈਏ, ਉੱਤੇ ਜਾ ਕੇ ਪਰਮਾਤਮਾ ਨੂੰ ਮੂੰਹ ਦਿਖਾਉਣ ਜੋਗੇ ਤੋਂ ਹੋ ਜਾਈਏ। ਆਫ ਕੈਮਰਾ ਤੁਸੀਂ ਗੱਲ ਕਰ ਰਹੇ ਸੀ ਕਿ 135 ਸਾਲ ਪੁਰਾਣਾ ਘਰ ਹੈ ਤੁਹਾਡਾ, ਹਾਂਜੀ, ਦੇ ਵਿੱਚ ਬਹੁਤ ਮਾਨ ਸਨਮਾਨ ਹੋਣਾ, ਹਾਂਜੀ, ਲੋਕ ਜਾਣਦੇ ਹੋਣਗੇ। ਹਾਂਜੀ, ਇਲਾਕੇ ਸਾਨੂੰ ਜਿਹੜਾ ਸਾਡੀ ਅੱਲ ਪਈ ਆ, ਸੇਠ ਕਹਿੰਦੇ ਆ ਸਾਨੂੰ ਜਿੱਦਾਂ ਇਲਾਕੇ ਵਿੱਚ। ਇਦਾਂ ਕਈ ਵਾਰ ਇਹ ਹੁੰਦਾ ਕਿ ਆਪਾਂ ਨਾ ਆਪਣੇ ਕੰਮਾਂ ਦੇ ਵਿੱਚ ਰੁੱਝੇ ਰਹਿੰਦੇ ਆ, ਸਾਨੂੰ ਇਹ ਨਹੀਂ ਪਤਾ ਸਾਡਾ ਬੱਚਾ ਕਰ ਕੀ ਰਿਹਾ। ਕੀ ਤੁਹਾਨੂੰ ਲੱਗਦਾ ਕਿ ਮਾਂ ਬਾਪ ਦੀ ਕੁਤਾਹੀ ਵੀ ਹੁੰਦੀ ਹੈ ਕਿ ਬੱਚੇ ਨੂੰ ਨਸ਼ੇ ਵੱਲ ਧੱਕ ਦੇਵੇ? ਕਿੱਦਾਂ ਦਾ ਮਾਹੌਲ ਸੀ ਘਰ ਦਾ? ਮਾਂ ਬਾਪ ਦੇ ਜੀ ਇੱਦਾਂ ਹੈ ਨਾ, ਜਿਸ ਹਿਸਾਬ ਨਾਲ ਸਾਡਾ ਮਾਹੌਲ ਹੋਇਆ ਪਿਆ ਆ, ਮਾਂ ਬਾਪ ਦਾ ਤੇ ਇਹ ਫਰਜ਼ ਬਣਦਾ ਵੀ ਜਿੱਦਾਂ ਹੁਣ 4 ਜੀ ਜਿੱਦਾਂ ਪਰਿਵਾਰ ਦੇ ਕਮਰੇ 'ਚ ਬੈਠੇ ਆ, ਮਾਂ ਆਪਣੇ ਫੋਨ ਤੇ ਲੱਗੀ ਆ, ਪੇ ਆਪਣੇ ਫੋਨ ਤੇ ਲੱਗਾ, ਬੱਚੇ ਆਪਣੇ ਫੋਨ ਤੇ ਲੱਗੇ ਆ, ਕਿਸੇ ਨਾ ਕੋਈ ਮਤਲਬ ਜੇ ਰੋਟੀ ਖਾਣੀ ਮਾਂ ਨੇ ਪੁੱਛਣਾ ਰੋਟੀ ਖਾਣੀ, ਰੋਟੀ ਖਾਣੀ ਕਹਿ ਕੇ ਫੇਰ ਮਾਂ ਰਸੋਈ ਵਿੱਚ ਜਾ ਕੇ ਉੱਥੇ ਫੋਨ ਦੇਖੀ ਜਾਂਦੀ, ਨਾਲ ਨਾਲ ਕੰਮ ਕਰੀ ਜਾਂਦੀ, ਮਤਲਬ ਜਿਹੜੀ ਸਾਡੀ ਇੱਕ ਦੂਜੇ ਨਾਲ ਬੌਂਡਿੰਗ, ਸਾਡਾ ਪਿਆਰ, ਸਾਡਾ ਇੱਕ ਦੂਜੇ ਨਾਲ ਬੱਚੇ ਦੇ ਜਿੰਨੇ ਚਿਰ ਮਾਂ ਬਾਪ ਨੇ ਢਿੱਡ 'ਚ ਨਹੀਂ ਵੜ ਕੇ ਦੇਖਣਾ, ਉਹਨਾਂ ਨੂੰ ਪਤਾ ਕਿੱਦਾਂ ਲੱਗੂਗਾ ਵੀ ਸਾਡਾ ਬੱਚਾ ਇਸ ਵੇਲੇ ਗਲਤ ਪਾਸੇ ਜਾ ਰਿਹਾ ਤੇ ਇਹਨੂੰ ਅਸੀਂ ਕਿੱਦਾਂ ਰੋਕ ਲਈਏ। ਕਿਉਂਕਿ ਜਦੋਂ ਬੰਦਾ ਸਟਾਰਟਿੰਗ ਵਿੱਚ ਹੁੰਦਾ ਨਾ, ਪਹਿਲਾ ਕਦਮ ਦੂਜਾ ਕਦਮ ਪੱਟਿਆ ਹੁੰਦਾ, ਜੇ ਉੱਥੇ ਕਿ ਬੱਚੇ ਦਾ ਮੂੜਾ ਪਾ ਲਿਆ ਜਾਵੇ, ਰੋਕ ਲਿਆ ਜਾਵੇ, ਫਿਰ ਤੇ ਚਾਂਸ ਹੁੰਦੇ ਆ ਵੀ ਬੱਚਾ ਤੁਹਾਡਾ ਮਤਲਬ ਚੰਗੇ ਪਾਸੇ ਲੱਗ ਜਾਵੇ। ਨਹੀਂ ਤੇ ਮੇਰੇ ਵਾਂਗੂ ਫਿਰ 23 ਸਾਲ ਇੱਦਾਂ ਹੀ ਜ਼ਿੰਦਗੀ ਵਿੱਚੋਂ, ਕਿਉਂਕਿ ਉਦੋਂ ਮੈਂ ਵਿੱਚ ਬੈਠਦਾ ਨਹੀਂ ਹੁੰਦਾ ਸੀ, ਮੈਂ ਆਪਣੀ ਸ਼ੇਅਰਿੰਗ ਨਹੀਂ ਕਰਦਾ ਹੁੰਦਾ ਸੀ, ਮੈਂ ਆਪਣੇ ਡੈਡੀ ਹੁਣਾਂ ਤੋਂ ਡਰਦਾ ਹੁੰਦਾ ਸੀ, ਮੈਂ ਖੁੱਲ੍ਹ ਕੇ ਉਹਨਾਂ ਨਾਲ ਗੱਲਾਂ ਨਹੀਂ ਕਰਦਾ ਹੁੰਦਾ ਸੀ, ਮਤਲਬ ਕਹਿਣ ਦਾ ਮਤਲਬ ਫਰੈਂਕ ਨਹੀਂ ਸੀ।
ਉਸ ਚੀਜ਼ ਨੇ ਕਿ ਦੋਸਤੀ ਦਾ ਮਾਹੌਲ ਹੋਣਾ ਚਾਹੀਦਾ ਹੈ, ਆਪਣੇ ਬੱਚੇ ਦੀ ਗੱਲ ਬੁੱਝਣ ਦੀ ਸ਼ਮਤਾ ਮਾਂ ਬਾਪ ਦੇ ਵਿੱਚ ਵੀ ਹੋਣੀ ਚਾਹੀਦੀ ਹੈ। ਇਹ ਬਹੁਤ ਜ਼ਰੂਰੀ ਗੱਲ ਹੈ ਜੀ, ਜੇ ਤੁਸੀਂ ਹੈ ਨਾ ਆਪਣੇ ਬੱਚੇ ਦੀ ਇੱਦਾਂ ਹੁੰਦਾ ਨਾ, ਪਰਿਵਾਰ ਜਿਹੜਾ ਹੁੰਦਾ ਉਹਨੇ ਬੱਚੇ ਨੂੰ ਸਾਰਾ ਕੁਛ ਜਿੱਦਾਂ ਦੇਣਾ ਹੁੰਦਾ ਨਾ, ਗਾਂ ਉਹਨੂੰ ਅੱਗੇ ਤੋਰਨਾ ਹੁੰਦਾ। ਮਤਲਬ ਅੱਜ ਕੱਲ੍ਹ ਜ਼ਮਾਨਾ ਇੱਦਾਂ ਦਾ ਆ ਗਿਆ ਵੀ ਚਲੋ ਮਾਪਿਆਂ ਨੂੰ ਵੀ ਚਾਹੀਦਾ 50 ਪੈਸੇ ਆਪਣੀ ਮੰਨ ਲਓ, 50 ਪੈਸੇ ਬੱਚਿਆਂ ਦੀ ਮੰਨ ਲਓ, ਫਿਰ ਗੱਡੀ ਤੁਰਦੀ ਜਾਂਦੀ ਆ। ਹੁਣ ਜਿੱਦਾਂ ਮਤਲਬ ਜਦੋਂ ਬੱਚਾ ਬਾਹਲਾ ਛੋਟਾ ਹੁੰਦਾ ਉਦੋਂ ਜੇ ਆਪਾਂ ਉਹਨੂੰ ਜ਼ਿਆਦਾ ਦੱਬ ਕੇ ਰੱਖਦੇ ਹਾਂ ਉਹ ਫਿਰ ਪ੍ਰੈਸ਼ਰ ਕੁੱਕਰ ਵਾਂਗੂ ਜਿੱਦਾਂ ਉੱਭਰ ਕੇ ਨਹੀਂ ਜਿੱਦਾਂ ਜਾਂਦਾ, ਇੱਦਾਂ ਫਿਰ ਬੱਚਾ ਹੱਥਾਂ 'ਚੋਂ ਨਿਕਲ ਜਾਂਦਾ ਆ, ਉਹ ਫਿਰ ਔਖਾ ਹੋ ਜਾਂਦਾ। ਮਤਲਬ ਹਰੇਕ ਚੀਜ਼ ਨੂੰ ਮੈਂਟੇਨੈਂਸ ਕਰਨ ਦਾ ਬੰਦੇ ਦਾ ਆਪਣਾ ਚਲੋ 80% ਪੈਸੇ ਕਸੂਰ ਆ, ਜਿਹੜਾ ਗਲਤ ਪਾਸੇ ਚਲ ਗਿਆ 85 ਲਾ ਲਓ ਭਾਵੇਂ 90 ਦੀ ਲਾ ਲਓ, ਪਰ 10% ਉਹਦੇ ਥੋੜ੍ਹਾ ਦਾਇਰੇ ਦਾ ਵੀ ਕਸੂਰ ਹੁੰਦਾ ਵੀ ਉਹ ਇੱਧਰਲੇ ਪਾਸੇ ਨੂੰ ਕਿੱਦਾਂ ਚੱਲ ਗਿਆ। ਫਿਰ ਮਤਲਬ ਉਹਨਾਂ ਨੂੰ ਵੀ ਦੇਖ ਰੇਖ ਰੱਖਣੀ ਚਾਹੀਦੀ ਕਿਉਂਕਿ ਬੱਚੇ ਨੂੰ ਉਦੋਂ ਸੋਝੀ ਨਹੀਂ ਹੁੰਦੀ, ਸਮਝ ਨਹੀਂ ਹੁੰਦੀ। ਤੁਸੀਂ ਜਿਵੇਂ ਦੱਸ ਰਹੇ ਹੋ ਕਿ ਮਾਂ ਬਾਪ ਦਾ ਵੀ ਕਸੂਰ ਹੁੰਦਾ ਪਰ ਜ਼ਿਆਦਾਤਰ ਬੱਚਿਆਂ ਦਾ ਕਸੂਰ ਹੁੰਦਾ ਹੈ ਨਾ, ਬੱਚਿਆਂ ਦਾ ਮੈਂ ਇਹ ਕਹਾਂਗੀ ਕਿ ਮਨ ਜੇ ਨਾਜ਼ੁਕ ਹੈ ਤਾਂ ਉਹ ਕਿਸੇ ਵੱਲ ਵੀ ਤੁਰ ਪੈਣਗੇ ਜਿੱਥੇ ਉਹਨਾਂ ਨੂੰ ਪਿਆਰ ਮਿਲੇਗਾ। ਜਦੋਂ ਤੁਸੀਂ ਨਸ਼ਾ ਸ਼ੁਰੂ ਕੀਤਾ ਸੀਗਾ ਤੁਹਾਨੂੰ ਯਾਦ ਹੈ ਕਿਸ ਨੇ ਇਸ ਦਲਦਲ ਦੇ ਵਿੱਚ ਫਸਾਇਆ ਸੀ ਤੁਹਾਨੂੰ, ਕੁਛ ਗੱਲ ਕਰਨਾ ਚਾਹੋਗੇ ਉਹਦੇ ਬਾਰੇ? ਉਦੋਂ ਮੈਡਮ ਇਲੈਕਸ਼ਨ ਦਾ ਦੌਰ ਸੀ ਤੇ ਉਦੋਂ ਫੀਮ ਆਈ ਸੀ, ਜਦੋਂ ਪਾਈ ਅੱਗ ਫੀਮ ਆਈ ਸੀ, ਮੈਂ ਉਹਦੇ ਵਿੱਚੋਂ ਕਿਸੇ ਨੂੰ ਫੜਾਉਣ ਗਿਆ, ਮੈਨੂੰ ਫੜਾਤੀ ਵੀ ਤੂੰ ਘਰ ਨਾਲ ਨੂੰ ਚੱਲਾਂ ਵੀ ਆ ਦੇ ਦੇਈ ਉਹਨੂੰ, ਮੈਂ ਉਹਦੇ ਵਿੱਚੋਂ ਥੋੜ੍ਹੀ ਤੋੜ ਲਈ ਸੀ ਤੇ ਉਹ ਤੋੜ ਲਈ ਜਿਹੜੀ ਉਹਨੇ ਉੱਥੋਂ ਹੀ ਸਟਾਰਟਿੰਗ ਮੇਰੀ ਪੁੱਠੇ ਪਾਸੇ ਹੋ ਗਈ। ਉਹ ਮੈਂ ਪਹਿਲਾਂ 2-4 ਦਿਨ ਤਾਂ ਮੁੰਡਿਆਂ ਮੰਡਿਆਂ ਨੂੰ ਖਲਾਉਂਦਾ ਰਿਹਾ, ਬਾਅਦ 'ਚ ਜਦੋਂ ਉਹਨਾਂ ਨੇ ਕਹਿਣਾ ਮਾਲ ਬੜਾ ਤੇਜ਼ ਸੀ, ਉਹ ਅੱਜ ਬੜਾ ਸਰੂਰ ਆਇਆ, ਉਹ ਗੱਲਾਂ ਜਿੱਦਾਂ ਉਹਨਾਂ ਦੀਆਂ ਸੁਣ ਸੁਣ ਕੇ ਤੇ ਮੇਰੇ ਵੀ ਮਨ ਵਿੱਚ ਆਇਆ ਮੈਂ ਵੀ ਖਾ ਕੇ ਦੇਖਾਂ, ਮੈਂ ਵੀ ਖਾਣੀ ਸ਼ੁਰੂ ਕਰ ਦਿੱਤੀ। ਫਿਰ ਉੱਥੋਂ ਦੌਰ ਸ਼ੁਰੂ ਹੋ ਗਿਆ, ਫਿਰ ਉਦੋਂ ਬਾਅਦ 'ਚ ਸ਼ੀਸ਼ੀਆਂ ਪੀਣ ਲੱਗ ਪਿਆ। ਅੱਛਾ। ਆ ਜਿਹੜੀਆਂ ਕੋਰੈਕਸ ਦੀਆਂ ਸ਼ੀਸ਼ੀਆਂ ਹੁੰਦੀਆਂ ਸੀ ਉਹ 5 ਸ਼ੀਸ਼ੀਆਂ ਤਾਂ ਮੈਂ ਰੋਜ਼ ਹੀ ਪੀਂਦਾ ਹੁੰਦਾ ਸੀ, ਮਤਲਬ ਇੱਦਾਂ ਦੇ ਜ਼ਿਆਦਾ ਫਸ ਚੁੱਕਿਆ ਸੀ ਨਸ਼ੇ ਦੇ ਵਿੱਚ। ਤੇ ਫਿਰ ਚੱਲ ਪਿਆ ਸਮੈਕ ਦਾ ਦੌਰ, ਫਿਰ ਲਗਾਤਾਰ ਸਮੈਕ ਪੀਤੀ ਲਾ ਲਓ ਵੀ 6-7 ਸਾਲ, ਤੇ ਉਦੋਂ ਬਾਅਦ 'ਚ ਫਿਰ ਚਿੱਟੇ ਦਾ ਦੌਰ ਆ ਗਿਆ, ਫਿਰ 12-13 ਸਾਲ ਚਿੱਟਾ ਪੀਤਾ, ਮਤਲਬ 23 ਸਾਲ ਜ਼ਿੰਦਗੀ ਦੇ, 23-23 ਸਾਲ। ਤੇ ਇੱਦਾਂ ਹੀ ਨਸ਼ਿਆਂ ਦੇ ਵਿੱਚ ਜੇ ਹਿਸਾਬ ਨਾਲ ਦੌਰ ਦੇ ਜਿਸ ਦੌਰ ਵਿੱਚ ਜਿੱਦਾਂ ਦਾ ਨਸ਼ਾ ਹੁੰਦਾ ਗਿਆ ਅਸੀਂ ਉੱਦਾਂ ਦੇ ਹਿਸਾਬ ਨਾਲ ਆਪਣੇ ਆਪ ਨੂੰ ਮੋੜਦੇ ਗਏ, ਤੇ ਅਸੀਂ ਇਹ ਸੋਚਿਆ ਹੀ ਨਹੀਂ ਵੀ ਅਸੀਂ ਆਪਣੀ ਜ਼ਿੰਦਗੀ ਨੂੰ ਕਿੱਧਰਲੇ ਪਾਸੇ ਨੂੰ ਲੈ ਕੇ ਜਾ ਰਹੇ ਹਾਂ। ਘਰੇ ਜਦੋਂ ਪਤਾ ਚੱਲਿਆ ਸੀ ਫਿਰ ਕਿਸ ਤਰ੍ਹਾਂ ਦਾ ਮਾਹੌਲ ਬਣਿਆ? ਘਰਦਿਆਂ ਨੇ ਪਹਿਲਾਂ ਤਾਂ ਜੀ ਜਦੋਂ ਪਤਾ ਚੱਲਿਆ ਘਰਦਿਆਂ ਨੂੰ, ਘਰਦਿਆਂ ਨੇ ਪਹਿਲਾਂ ਸਮਝਾਇਆ, ਘਰਦੇ ਆਪਣੀ ਪੂਰੀ ਬਾਹ ਲਾਉਂਦੇ ਹੁੰਦੇ, ਪਹਿਲਾਂ ਸਮਝਾਇਆ ਉਹਨਾਂ ਨੇ, ਫਿਰ ਘਰਦਿਆਂ ਨੇ ਕੁੱਟਿਆ। ਅੱਛਾ। ਕੁੱਟਿਆ ਵੀ ਬਹੁਤ ਚੱਕ ਚੱਕ, ਕੰਧਾਂ 'ਚ ਮਾਰ, 3-3 ਡੰਡੇ ਤੋੜਤੇ ਉੱਤੇ, ਆਹ ਮੇਰਾ ਚੰਮ ਸਾਰੇ ਉੱਭਰਿਆ ਉੱਭਰ ਗਿਆ ਸੀ ਸਾਰੇ, ਆਹ ਲੱਤਾਂ ਸਾਰਾ ਕੁਛ, ਮੇਰੇ ਤੋਂ 10 ਦਿਨ ਤੁਰ ਨਹੀਂ ਹੋਇਆ ਸੀ। ਤੇ ਫਿਰ ਜਦੋਂ ਉਹ ਵੀ ਦਾ ਨਹੀਂ ਚੱਲਿਆ, ਮਤਲਬ ਉਹ ਵੀ ਉਹਨਾਂ ਦੀ ਬਾਹ ਨਹੀਂ ਚੱਲੀ, ਤੇ ਫਿਰ ਉਹਨਾਂ ਨੇ ਮੁੜ ਕੇ ਮੈਨੂੰ ਪੈਰੀਆਂ ਹੱਥ ਵੀ ਮੇਰੇ ਲਾਇਆ। ਡੈਡੀ ਹੁਣੀ 5 ਭਰਾ ਸੀ, 3 ਜਣੇ ਇੱਥੇ ਸੀ ਉਦੋਂ, 2 ਕੈਨੇਡਾ ਸੀ, ਤੇ ਉਹਨਾਂ ਨੇ ਮੇਰੇ ਪੈਰੀਆਂ ਹੱਥ ਵੀ ਲਾਇਆ ਵੀ ਸਾਡੀ ਕਿਉਂ ਇੱਜ਼ਤ ਰੋਲਣ ਡਿਆ ਆ। ਮਤਲਬ ਘਰਦੇ ਤਾਂ ਬਹੁਤ ਦੁਖੀ ਹੋ ਜਾਂਦਾ, ਉਹਨਾਂ ਲਈ ਵੀ ਔਖਾ ਹੋ ਜਾਂਦਾ ਜੀਵਨ, ਜਿੱਦਾਂ ਮਤਲਬ ਲੋਕ ਹੀ ਮੁੜ ਕੇ ਗੱਲਾਂ ਕਰਦੇ ਆ। ਹੁਣ ਲਾ ਲਓ ਵੀ ਏਰੀਏ ਵਿੱਚ ਤੁਹਾਡਾ ਨਾਮ ਆ, ਤੁਸੀਂ ਤੁਹਾਡੇ ਪਿਤਾ ਜੀ ਨੇ ਜਾਂ ਤੁਹਾਡੇ ਚਾਚਾ ਜੀ ਨੇ ਕਿਤੇ ਰਾਜ਼ੀਨਾਮੇ ਵਿੱਚ ਜਾਣਾ, ਜੇ ਤੁਹਾਡੇ ਘਰ ਵਿੱਚ ਹੀ ਬੱਚਾ ਤੁਹਾਡਾ ਨਸ਼ਾ ਕਰਦਾ ਹੈ, ਉਹ ਕਿਸੇ ਨਾਲ ਅੱਖਾਂ 'ਚ ਅੱਖਾਂ ਪਾ ਕੇ ਕਿੱਦਾਂ ਗੱਲ ਕਰ ਸਕਦੇ? ਕਿਸੇ ਦੇ ਬੱਚੇ ਨੂੰ ਕਿੱਦਾਂ ਕਹਿ ਦੂਗਾ ਬੱਚੇ ਤੂੰ ਇੱਥੇ ਨਹੀਂ ਗਲਤ ਆ, ਤੂੰ ਇੱਧਰ ਨੂੰ ਮੁੜ, ਆਹ ਤੇਰੇ ਲਈ ਸਹੀ ਆ? ਉਹ ਲੋਕ ਉੱਥੇ ਅੱਜ ਕੱਲ੍ਹ ਮੂੰਹ 'ਤੇ ਕਹਿ ਦਿੰਦੇ ਆ, ਅਗਲੇ ਕਹਿ ਦਿੰਦੇ ਪਹਿਲਾਂ ਆਪਣਾ ਘਰ ਤਾਂ ਸਾਂਭ ਲਓ। ਮਤਲਬ ਉਹ ਇੱਕ ਮੇਰੀਆਂ ਗਲਤੀਆਂ ਕਰਕੇ ਮੈਂ ਕਿੱਥੇ ਤੱਕ ਉਹਨਾਂ ਨੂੰ ਕੀ ਕੁਛ ਸੁਣ ਨੂੰ ਕੀ ਕੁਛ ਝੱਲਣ ਨੂੰ, ਉਹਨਾਂ ਨੂੰ ਵੀ ਮੈਂ ਉਹਨਾਂ ਦੀ ਫੀਲਿੰਗ ਸਮਝਦਾ ਹਾਂ ਵੀ ਮੈਂ ਬਹੁਤ ਨੁਕਸਾਨ ਕੀਤਾ ਇਸ ਚੀਜ਼ ਦਾ ਵੀ। ਅੱਛਾ, ਤੁਸੀਂ ਕਹਿੰਦੇ ਕਿ ਇੰਨਾ ਕੁੱਟਿਆ ਕਿ ਚੰਮ ਵੀ ਉੱਭਰ ਆਇਆ, ਬਹੁਤ ਦਰਦ ਵਾਲੀ ਜ਼ਿੰਦਗੀ ਸੀਗੀ ਉਹ, ਹੈ ਨਾ, ਪਰ ਕਿਤੇ ਡਰ ਨਹੀਂ ਲੱਗਿਆ ਤੁਹਾਨੂੰ ਕਿ ਜੇ ਮੈਂ ਦੁਬਾਰਾ ਜਾਊਂਗਾ ਫਿਰ ਕੁੱਟਿਆ ਜਾਊਂਗਾ? ਕੀ ਚੀਜ਼ ਖਿੱਚ ਕੇ ਲੈ ਜਾਂਦੇ ਸੀ?
ਮੈਡਮ ਉਦੋਂ ਇੱਦਾਂ ਲੱਗਦਾ ਹੁੰਦਾ ਸੀ ਵੀ ਖਰੇ ਹੁਣ ਮੈਂ ਨਸ਼ੇ ਦਾ ਆਦੀ ਹੋ ਗਿਆ, ਮੈਂ ਨਸ਼ੇ ਨੂੰ ਕਦੇ ਛੱਡ ਹੀ ਨਹੀਂ ਸਕਦਾ। ਜਿੱਦਾਂ ਮਨ ਵਿੱਚ ਆ ਕੇ ਡਰ ਨਹੀਂ ਘਰ ਕਰ ਜਾਂਦਾ ਹੁੰਦਾ ਬੰਦੇ ਦੇ, ਆ ਜਿਹੜੇ ਹੁਣ ਵੀ ਬੰਦੇ ਆ ਜਿੱਦਾਂ ਮਤਲਬ ਨਹੀਂ ਛੱਡ ਪਾਉਂਦੇ, ਅੰਦਰੋਂ ਚਾਹੁੰਦੇ ਅਸੀਂ ਛੱਡ ਦਈਏ, ਪਰ ਉਹ ਜਿਹੜਾ ਡਰ ਆ ਉਹ ਨਸ਼ਾ ਛੱਡਣ ਨਹੀਂ ਦਿੰਦਾ। ਤੇ ਫਿਰ ਮੈਂ ਨਾ ਲਾਸਟ ਵਿੱਚ ਜਦੋਂ ਨਸ਼ਾ ਛੱਡਿਆ, ਮੈਂ ਮਨ ਵਿੱਚ ਇਹ ਸੋਚਿਆ, ਮੈਂ ਕਿਹਾ ਯਾਰ ਜਦ ਇੰਨੇ ਸਾਲ ਨਸ਼ਾ ਕਰਕੇ ਨੀ ਆਪਾਂ ਮਰੇ, ਇੱਕ ਵਾਰੀ ਛੱਡ ਕੇ ਤੇ ਦੇਖੀਏ, ਫਿਰ ਉਹਦੇ ਨਾਲ ਆਪਾਂ ਮਰ ਥੋੜੇ ਜਾਵਾਂਗੇ। ਤੇ ਫਿਰ ਮੈਂ ਕੋਸ਼ਿਸ਼ ਕੀਤੀ, ਯਤਨ ਕੀਤਾ ਤੇ ਉਸ ਦਲਦਲ ਵਿੱਚੋਂ ਨਿਕਲਿਆ ਬਾਹਰ। ਨਸ਼ੇ ਨੂੰ ਪੂਰਾ ਕਰਨ ਵਾਸਤੇ ਨਾ ਨੌਜਵਾਨ ਬਹੁਤ ਕੁਝ ਕਰਦੇ ਨੇ, ਤੁਸੀਂ ਦੇਖਿਆ ਹੋਣਾ ਆਪਣੇ ਆਸ ਪਾਸ ਜਿਹੜੀ ਮੰਡੀਰ ਕਰਦੀ ਸੀ, ਹੈ ਨਾ, ਕਿਵੇਂ ਕਿਵੇਂ ਦੇ ਲੋਕ ਤੁਹਾਨੂੰ ਟੱਕਰੇ ਇਸ ਦੌਰਾਨ, ਕੁਛ ਥੋੜੀ ਜਿਹੀ ਕਹਾਣੀ ਉਹਨਾਂ ਦੀ ਵੀ ਦੱਸੋ ਕਿ ਤੁਸੀਂ ਕੀ ਕਰਦੇ ਸੀ, ਕਿੱਥੋਂ ਪੈਸਾ ਆਉਂਦਾ ਸੀ, ਕਿਉਂਕਿ ਇੱਦਾਂ ਦਾ ਕੋਈ ਨਸ਼ਾ ਦਿੰਦਾ ਨਹੀਂ ਹੈ। ਪੈਸਾ ਮੈਡਮ ਇੱਦਾਂ ਥੋੜੇ ਘਰੋਂ ਸੌਖੇ ਸੀ ਕਰਕੇ ਨਾ, ਚਲੋ ਕੋਲ ਵੀ ਹੁੰਦਾ ਸੀ, ਜੇ ਕਿਤੇ ਨਹੀਂ ਵੀ ਹੋਣਾ ਘਰੇ ਟਾਂਕਾ ਟੂੰਕਾ ਲਾ ਲੈਣਾ, ਤੇ ਜਿੱਦਾਂ ਮਤਲਬ ਝੂਠ ਬੋਲਣਾ, ਨਸ਼ੇ ਵਾਲੇ ਬੰਦੇ ਦੀ ਜ਼ਿੰਦਗੀ ਵਿੱਚ ਝੂਠ ਚੋਰੀ ਤੇ ਜਿੱਦਾਂ ਮਤਲਬ ਹੇਰਾ ਫੇਰੀ, ਇਹ ਚੀਜ਼ਾਂ ਬੰਦੇ ਦੇ ਵਿੱਚੋਂ ਜਾਂਦੀਆਂ ਨਹੀਂ ਹੈਗੀਆਂ, ਕਿਉਂਕਿ ਇਹ ਉਹਦੀਆਂ ਮਜਬੂਰੀਆਂ ਹੋ ਜਾਂਦੀਆਂ, ਉਹਨੂੰ ਕਰਨੀਆਂ ਹੀ ਪੈਂਦੀਆਂ, ਕਿਉਂਕਿ ਨਸ਼ੇ ਦੀ ਪੂਰਤੀ ਲਈ ਬੰਦਾ ਹਰ ਹੱਦ ਤੱਕ ਗਿਰ ਜਾਂਦਾ, ਘਰੋਂ ਸਮਾਨ ਵੀ ਚੱਕ ਕੇ ਵੇਚਦਾ, ਘਰੋਂ ਸੋਨਾ ਹੱਥਾਂ 'ਚ ਵੀ ਉਹ ਵੇਚਦਾ, ਕਿਤੇ ਪੈਸੇ ਪਏ ਆ ਉਹ ਬੰਦਾ ਚੱਕ ਲੈਂਦਾ ਆ, ਘਰ ਵਿੱਚ ਤੁਹਾਡੇ ਕੋਈ ਲੋਹਾ ਪਿਆ ਆ ਉਹ ਬੰਦਾ ਚੱਕ ਲੈਂਦਾ, ਘਰ ਵਿੱਚ ਤਾਂਬੇ ਦੇ ਭਾਂਡੇ ਪਿੱਤਲ ਦੇ ਭਾਂਡੇ ਕੋਈ ਚੀਜ਼ ਨਹੀਂ ਛੱਡਦੀ ਛੱਡਦਾ ਬੰਦਾ। ਇਹ ਚੀਜ਼ ਇਹ ਜਿਹੜੀ ਕਹਾਣੀ ਆ ਇਹ ਹਰ ਅਮਲੀ ਦੀ ਆ, ਚਾਹੇ ਉਹ ਤਕੜੇ ਘਰ ਦਾ ਆ ਚਾਹੇ ਉਹ ਮਾੜੇ ਘਰ ਦਾ ਆ। ਹਾਂ ਇੱਦਾਂ ਆ ਵੀ ਤਕੜੇ ਘਰ ਦੇ ਜਿਹੜੇ ਕਈ ਹੁੰਦੇ ਆ ਉਹ ਬਾਹਰ ਨਹੀਂ ਇਹ ਕੰਮ ਕਰਦੇ, ਚੋਰੀਆਂ ਕਰਦੇ, ਪਰ ਘਰੇ ਕਰਨੀਆਂ। ਹੁਣ ਘਰ ਦੇ ਨਸ਼ੇ ਕਰਨ ਲਈ ਰੋਜ਼ ਪੁੱਤ ਨੂੰ ਮਰਨ ਲਈ ਕਿੰਨੇ ਕੁ ਪੈਸੇ ਦੇਈ ਜਾਣ, ਦੇ ਹੁੰਦੇ ਕਿਸੇ ਤੋਂ? ਉਹ ਫਿਰ ਉਹ ਬੰਦਾ ਉਦੋਂ ਉਸ ਐਡਿਕਸ਼ਨ ਵਿੱਚ ਫਸਿਆ ਹੁੰਦਾ, ਉਹਨੂੰ ਤਾਂ ਆਪਣੇ ਨਸ਼ੇ ਕਰਨ ਦਾ ਮਤਲਬ ਹੁੰਦਾ, ਉਹਨੂੰ ਇਹ ਨਹੀਂ ਹੁੰਦਾ ਵੀ ਅੱਜ ਮੈਂ ਆਹ ਚੀਜ਼ ਚੱਕ ਲਈ, ਘਰਦਿਆਂ ਨੂੰ ਪਤਾ ਲੱਗੂਗਾ ਤਾਂ ਘਰਦੇ ਮੇਰੇ ਨਾਲ ਲੜੂਗੇ, ਮੈਨੂੰ ਕੁੱਟੂਗੇ, ਮੈਨੂੰ ਕੁਛ ਕਰੂਗੇ, ਉਹਨੂੰ ਨਹੀਂ ਇਸ ਚੀਜ਼ ਨਾਲ ਵਾਸਤਾ ਵਾਹ ਵਾਸਤਾ ਹੁੰਦਾ, ਉਹਦਾ ਮੇਨ ਮਕਸਦ ਹੁੰਦਾ ਨਸ਼ੇ ਦੀ ਪੂਰਤੀ ਕਰਨਾ। ਤੇ ਇਸ ਚੀਜ਼ ਤੋਂ ਹੁਣ ਸੁਚੇਤ ਰਹਿਣ ਲਈ, ਹੁਣ ਮੈਂ ਦੇਖੋ 10.5 ਮਹੀਨੇ ਹੋ ਗਿਆ ਮੈਨੂੰ ਐਨ ਕਲੀਨ, ਮੈਂ ਬੀਅਰ ਤੱਕ ਵੀ ਨਹੀਂ ਪੀਤੀ, ਤੇ ਕਿਉਂਕਿ ਉਹ ਪਹਿਲੀ ਪੌੜੀ ਆ ਨਾ, ਮੈਂ ਹੁਣ 5ਵੇਂ ਗੇਅਰ 'ਚ ਗੱਡੀ ਚਲਾਈ ਆ, ਮੈਂ 1ਵੇਂ ਗੇਅਰ 'ਚ ਕਿੰਨਾ ਕੁ ਚਿਰ ਰੱਖ ਲੂੰਗਾ, ਤੇ ਇਸ ਲਈ ਮੈਂ 1ਵਾਂ ਗੇਅਰ ਹੀ ਨਹੀਂ ਪਾਉਂਦਾ, ਮੈਂ ਨਿਊਟਰਲ ਰੱਖਦਾ ਗੱਡੀ। ਤੇ ਅੱਜ ਮੈਂ ਇੰਟਰਵਿਊ ਕਰਦਾ, ਇਹ ਮੈਂ ਤਾਂ ਕਰਦਾ ਜਿੱਦਾਂ ਕਿਸੇ ਵੀ ਚੈਨਲ ਦਾ ਆਵੇ ਫੋਨ, ਮੈਂ ਹਰੇਕ ਨਾਲ ਕਰਦਾ ਇੰਟਰਵਿਊ, ਮੈਂ ਕਿਸੇ ਨੂੰ ਇੱਦਾਂ ਨਹੀਂ ਹੈਗਾ ਵੀ ਮੈਨੂੰ ਕੋਈ ਕਹਿ ਦੇਵੇ ਭਾਜੀ ਵੀ ਉਹ ਫਲਾਨੇ ਦੇ ਥੋੜ੍ਹੇ ਆ ਫੋਲੋਅਰ ਜਾਂ ਸਬਸਕ੍ਰਾਈਬਰ, ਅਤੇ ਵੀ ਇਹਦੇ ਉੱਤੇ ਨਾ ਕਰ, ਆਪਾਂ ਨੂੰ ਇੱਦਾਂ ਦਾ ਕੋਈ ਨਹੀਂ। ਮੈਂ ਤਾਂ ਆਪਣੇ ਅੰਦਰੋਂ ਗੰਦਗੀ ਕੱਢ ਕੇ ਆਪਣਾ ਮਨ ਸਾਫ਼ ਕਰਦਾ ਵੀ ਮੈਂ ਮੇਰੇ ਮਨ 'ਤੇ ਕੋਈ ਬੋਝ ਨਾ ਰਹੇ, ਮੈਂ ਆਪਣੇ ਆਪ ਨੂੰ ਹਲਕਾ ਰੱਖਦਾ ਤਾਂ ਕਿ ਮੇਰੀ ਜਿਹੜੀ ਆਉਣ ਵਾਲੀ ਜ਼ਿੰਦਗੀ ਵਿੱਚ ਕੋਈ ਦਿੱਕਤ ਨਾ ਆਵੇ, ਮੈਂ ਦੁਬਾਰਾ ਨਾ ਉਸ ਮੂੜ ਵੱਲ ਨੂੰ ਜਾਵਾਂ। ਮੈਂ ਤਾਂ ਉਹਨੂੰ ਬਚਣ ਲਈ ਇਹ ਯਤਨ ਕਰ ਰਿਹਾ, ਕਿਉਂਕਿ ਨਸ਼ਾ ਛੱਡਣਾ ਸੌਖਾ ਆ, ਨਸ਼ਾ ਛੱਡ ਕੇ ਰੱਖਣ ਲਈ ਜਿਹੜੇ ਆਪਾਂ ਨੂੰ ਯਤਨ ਕਰਨੇ ਪੈਂਦੇ, ਹੁਣ ਮੈਂ ਉਹਨਾਂ ਰਾਹ ਉੱਤੇ ਤੁਰਿਆ ਹਾਂ। ਮੁੰਡੇ ਜੀ, ਇੱਕ ਸੁਨੇਹਾ ਜਾਂਦਾ ਲੋਕਾਂ ਤੱਕ, ਚਾਹੇ ਕਿਸੇ ਵੀ ਚੈਨਲ ਤੋਂ ਤੁਸੀਂ ਇੰਟਰਵਿਊ ਕਰਦੇ ਹੋ, ਜਦੋਂ ਇੱਕ ਸੁਨੇਹਾ ਚੰਗਾ ਜਾਂਦਾ, ਹੋ ਸਕਦਾ ਹੈ ਕਿ ਪਤਾ ਨਹੀਂ ਕਿਹੜਾ ਮੋਂਟੀ ਸੁਣਦਾ ਹੋਵੇ ਅਤੇ ਉਹ ਵੀ ਬਾਹਰ ਨਿਕਲੇ ਆਵੇ। ਅੱਛਾ, ਕੋਈ ਅਜਿਹੀ ਕਹਾਣੀ ਕਿ ਜਿਸ ਦੇ ਵਿੱਚ ਬੜਾ ਹੀ ਨੁਕਸਾਨ ਕਰ ਦਿੱਤਾ ਹੋਵੇ, ਜਾਂ ਤੁਸੀਂ ਕੀਤਾ ਹੋਵੇ, ਜਾਂ ਤੁਹਾਡੇ ਯਾਰ ਵੇਲੀ ਨੇ ਕੀਤਾ ਹੋਵੇ ਨਸ਼ੇ ਨੂੰ ਲੈ ਕੇ? ਮੈਡਮ ਹੁਣ ਸਾਡੇ ਇੱਥੇ ਇੱਕ ਪੌਲੇ ਆ, ਉੱਥੋਂ ਅਸੀਂ ਨਸ਼ਾ ਲੈਣ ਜਾਂਦੇ ਹੁੰਦੇ ਸੀ, ਤੇ ਉਹ ਕਈ ਵੇਲੇ ਇੱਦਾਂ ਹੋਣਾ ਨਾ ਵੀ ਟ੍ਰੇਨ ਜਿੱਦਾਂ ਆ ਗਈ, ਟ੍ਰੇਨ ਵਾਲੀ ਪਟਰੀ ਆ ਥੱਲੇ ਪੌਲੇ ਆ, ਉਹ ਮਤਲਬ ਕਿੰਨੀ ਕੁ ਡੰਡੀ ਹੁੰਦੀ, ਇੰਨੀ ਕੁ ਹੁੰਦੀ ਨੀ, ਅਸੀਂ ਉਹ ਤਿੰਨ ਤਿੰਨ ਚਾਰ ਚਾਰ ਜਣੇ ਮੋਟਰਸਾਈਕਲ ਤੇ ਬਹਿ ਕੇ ਪਾਰ ਕਰਦੇ ਹੁੰਦੇ ਸੀ, ਇੱਥੋਂ ਲੈ ਕੇ 3 ਖੱਤਿਆਂ ਦੀ ਬਾਟ ਜਿੰਨੀ, ਤੇ ਮੂਹਰੇ ਕਈ ਵੇਲੇ ਟ੍ਰੇਨ ਆ ਜਾਣੀ, ਸਕਿੰਟਾਂ ਦੇ ਫਰਕ ਨਾਲ ਇੱਦਾਂ ਹੋਣਾ। ਤੇ ਇੱਕ ਦਿਨ ਮੇਰਾ ਇੱਕ ਦੋਸਤ ਆ, ਅਸੀਂ ਉੱਥੋਂ ਸਮਾਨ ਲੈਣ ਗਏ, ਉੱਥੋਂ ਡਿੱਗ ਵੀ ਪਿਆ, ਉਹਦੀ ਲੱਤ ਟੁੱਟ ਗਈ ਉੱਥੇ, ਤੇ ਉਹ ਫੇ ਹਜੇ ਵੀ ਉਹ ਥੋੜਾ ਉਹਦੇ ਲੱਤ ਵਿੱਚ ਫਰਕ ਆ ਉਹਦੀ, ਮਤਲਬ ਨਸ਼ੇ ਦੇ ਵਿੱਚ ਇੱਦਾਂ ਦੀਆਂ ਗਲਤੀਆਂ ਬੰਦਾ ਕਰ ਦਿੰਦਾ। ਬਾਕੀ ਘਰ ਵਿੱਚ ਮੇਰੇ ਪਤਾ ਗੱਲ ਕੀ ਆ, ਕਈ ਬੰਦੇ
ਸਾਡੇ ਕਮੈਂਟ ਗਲਤ ਕਰਨ ਲੱਗ ਪੈਂਦੇ, ਬਹੁਤ ਬਹਾਦਰੀ ਕੀਤੀ, ਐਂ ਕੀਤੀ। ਅਸੀਂ ਤਾਂ ਭਰਾ ਆਪਣੇ ਅੰਦਰੋਂ ਜਿਹੜੇ ਗਲਤ ਚੀਜ਼ਾਂ ਉਹ ਬਾਹਰ ਕੱਢਦੇ ਹਾਂ ਵੀ ਚੰਗੀ ਚੀਜ਼ ਅੰਦਰ ਰਹਿ ਜਾਵੇ। ਕਿਉਂਕਿ ਮੈਂ ਕਿਸੇ ਸਿਆਣੇ ਨੂੰ ਪੁੱਛਿਆ ਸੀ, ਉਹ ਕਹਿੰਦੇ ਸੀ, ਮੈਂ ਕਿਹਾ ਜੀ ਜਿਹੜਾ ਅੰਦਰ ਰੱਬ ਆ ਮੈਨੂੰ ਉਹ ਰੱਬ ਦਿਖਾਲ ਦਿਓ। ਉਹ ਕਹਿੰਦੇ ਜੇ ਰੱਬ ਦੇਖਣਾ ਨਾ ਅੰਦਰ ਵਾਲਾ ਜਿਹੜਾ ਬੰਦੇ ਦੇ ਅੰਦਰ ਆ, ਆਪਣੇ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜੇ ਚੀਜ਼ਾਂ ਬਾਹਰ ਕੱਢਦੇ ਜੋ ਵਿੱਚ ਰਹਿ ਜਾਂਦਾ ਉਹ ਰੱਬ ਆ। ਮਤਲਬ ਜੇ ਅਸੀਂ ਗੰਦੀਆਂ ਚੀਜ਼ਾਂ ਆਪਣੇ ਅੰਦਰ ਰੱਖਾਂਗੇ ਤੇ ਅਸੀਂ ਸਹੀ ਕਿੱਦਾਂ ਰਵਾਂਗੇ, ਹਨਾ। ਤੇ ਘਰ ਬੱਚਿਆਂ ਦੀ ਫੀਸ ਦੇ ਏਟੀਐਮ ਵਿੱਚ ਪਈ ਸੀਗੀ, ਘਰ ਵਾਲੀ ਨੇ ਜਿੱਦਾਂ ਬੈਂਕ ਵਿੱਚ ਰੱਖੀ ਸੀ, ਏਟੀਐਮ ਪਿਆ ਸੀ, ਉਹ ਕੈਨੇਡਾ ਚਲ ਗਈ ਤੇ ਮੇਰੇ ਹੱਥ ਏਟੀਐਮ ਆ ਗਿਆ। ਮੈਂ ਇਹ ਵੀ ਨਹੀਂ ਸੋਚਿਆ ਮੇਰੇ ਬੱਚਿਆਂ ਦੀ ਫੀਸ ਆ, ਮੈਂ ਉਦੋਂ 33 ਦਿਨਾਂ ਵਿੱਚ 2.5 ਲੱਖ ਰੁਪਇਆ ਕਢਾ ਕੇ ਉਹਦੇ ਵਿੱਚੋਂ ਉਹ ਵੀ ਖਾ ਗਿਆ ਜੀ। ਮਤਲਬ ਬੰਦਾ ਇਹ ਨਹੀਂ ਸੋਚਦਾ ਹੈਗਾ ਵੀ ਮੇਰੇ ਬੱਚੇ ਕਿੱਦਾਂ ਪੜੂਗੇ ਜਾਂ ਮੇਰੀ ਘਰ ਵਾਲਿਆਂ ਨੂੰ ਦਿੱਕਤ ਆਊਗੀ। ਇਨਸਾਨ ਦਾ ਉਦੋਂ ਮਕਸਦ ਹੁੰਦਾ ਵੀ ਮੇਰਾ ਨਸ਼ੇ ਦੀ ਕਿਸੇ ਤਰੀਕੇ ਨਾਲ ਪੂਰਤੀ ਹੋ ਜਾਵੇ। ਅੱਛਾ, ਦੇਖਿਆ ਗਿਆ ਤੁਹਾਡੇ ਵਰਗੇ ਨੌਜਵਾਨ ਜਦੋਂ ਛੋਟੀ ਉਮਰ ਦੇ ਵਿੱਚ ਨਸ਼ੇ 'ਚ ਪੈ ਜਾਂਦੇ ਆ ਤੇ ਮਾਂ ਬਾਪ ਕੀ ਸੋਚਦੇ ਨੇ ਕਿ ਸਾਡੇ ਤੋਂ ਕਾਬੂ ਨਹੀਂ ਆ ਰਿਹਾ, ਇਹਦਾ ਵਿਆਹ ਕਰ ਦਿੱਤਾ ਜਾਵੇ, ਬਗਾਨੀ ਆਏਗੀ ਤੇ ਆਪਣੇ ਆਪ ਸੰਭਾਲ ਲਏਗੀ, ਇਹ ਸਾਂਭ ਲਏਗੀ, ਤੁਹਾਨੂੰ ਕੀ ਲੱਗਦਾ ਇਹ ਸੋਚ ਚੰਗੀ? ਮੈਂ ਜੀ ਕੰਨ ਫੜ ਕੇ ਇਹ ਗੱਲ ਕਹਿਣਾ, ਮੇਰੀ ਵਾਈਫ ਨੇ ਜਿਹੜਾ 11 ਸਾਲ ਦੁੱਖ ਦੇਖਿਆ ਨਾ, ਮੈਂ ਚਾਹੁੰਦਾ ਵੀ ਕਿਸੇ ਦੀ ਧੀ ਨੂੰ ਰੱਬ ਉਹ ਦੁੱਖ ਨਾ ਦਿਖਾਵੇ। ਜੋ ਦੁੱਖ ਉਹਨੇ ਦੇਖਿਆ ਉਹ ਮੈਂ ਸਮਝ ਸਕਦਾ ਜਾਂ ਉਹ ਸਮਝ ਸਕਦੀ, ਦੂਜਾ ਕੋਈ ਇਹ ਦੁੱਖ ਨਹੀਂ ਸਮਝ ਸਕਦਾ, ਜਾਂ ਉਹ ਦੁੱਖ ਇਹ ਸਮਝ ਸਕਦਾ ਜਿਹਦੇ ਜਿਹਦਾ ਘਰ ਵਾਲਾ ਨਸ਼ੇ ਇਸ ਵੇਲੇ ਕਰ ਰਿਹਾ ਆ, ਜਾਂ ਉਹ ਦੁੱਖ ਸਮਝ ਸਕਦਾ। ਇੱਦਾਂ ਦੇ ਦਿਨ ਰੱਬ ਕਿਸੇ ਨੂੰ ਨਾ ਦਿਖਾਵੇ। ਤੇ ਆਪਣੇ ਜਿੱਦਾਂ ਆਪਾਂ ਅੱਗੇ ਤੇ ਘਰਦਿਆਂ ਉੱਤੇ ਆਪਣਾ ਬੱਚਾ ਬੋਝ ਹੁੰਦਾ ਵੀ ਮੈਂ ਨਸ਼ੇ ਕਰਦਾ ਮੈਂ ਬੋਝ ਆ, ਉਹ ਕੱਲ ਉਹ ਬਗਾਨੀ ਆ ਗਈ ਇਸ ਆਸ ਵਿੱਚ ਆਪਾਂ ਲੈ ਆਉਣੀ ਵੀ ਇਹ ਖਰੇ ਨਸ਼ੇ ਛੱਡ ਦੂ ਇਹਦੇ ਕਰਕੇ, ਤੇ ਉਹਨੂੰ ਤਾਂ ਹੋਰ ਆੜ ਮਿਲ ਜਾਂਦੀ ਆ ਵੀ ਅੱਗੇ ਮੈਂ ਇਕੱਲਾ ਸੀਗਾ, ਮੈਨੂੰ ਘਰ ਦੇ ਦਬਕਦੇ ਹੁੰਦੇ ਸੀ, ਹੁਣ ਮੇਰੀ ਵਿਆਹ ਹੋ ਗਿਆ, ਮੇਰੀ ਘਰ ਵਾਲੀ ਨੇ ਸਾਹਮਣੇ ਮੈਨੂੰ ਕੁਛ ਕਹੂਗੇ ਨਾ, ਉਹਨੂੰ ਪੈਸੇ ਲੈਣ ਦੇ ਘਰਦਿਆਂ ਤੋਂ ਕਢਵਾਉਣ ਦੇ ਹੋਰ ਢੰਗ ਆ ਜਾਂਦੇ ਆ। ਅੱਛਾ, ਇਹ ਚੀਜ਼ਾਂ ਹੁੰਦੀਆਂ ਆ, ਮੇਰੇ ਨਾਲ ਹੋਈਆਂ ਆ, ਮੈਂ ਤੁਹਾਨੂੰ ਉਹ ਸਾਰਾ ਕੁਛ ਸ਼ੇਅਰ ਕਰਨ ਡਿਆ। ਤੇ ਇੱਕ ਅਗਲੀ ਦੀ ਜ਼ਿੰਦਗੀ ਜਿਹੜੀ ਖਰਾਬ ਹੁੰਦੀ ਆ, ਤੇ ਆਪਾਂ ਦੇਖੋ ਆਪਣੀ ਧੀ ਹੋਵੇ, ਆਪਾਂ ਆਪਣੀ ਧੀ ਤੋਰਨੀ ਹੋਵੇ ਘਰੋਂ, ਆਪਾਂ ਸਭ ਤੋਂ ਪਹਿਲਾਂ ਕੀ ਦੇਖਦੇ ਆ? ਮੁੰਡਾ ਨਸ਼ਾ ਨਾ ਕਰਦਾ ਹੋਵੇ। ਬਿਲਕੁਲ। ਤੇ ਜੇ ਆਪਾਂ ਪੁੱਤ ਵਿਆਹਣਾ ਆ ਤੇ ਉੱਥੇ ਆਪਾਂ ਇਹ ਸੋਚ ਲੈਂਦੇ ਆ ਬਈ ਅਸੀਂ ਬਗਾਨੇ ਦੀ ਧੀ ਲੈ ਆਈਏ, ਉਹਦੀ ਖੂਹ 'ਚ ਸੁੱਟ ਦਈਏ ਵੀ ਸਾਡਾ ਪੁੱਤ ਸ਼ਾਇਦ ਸੁੱਤ ਜਾਵੇ, ਸਿਰਫ ਇੱਕ ਇਸ ਆਸ ਵਿੱਚ। ਮਤਲਬ ਇਹ ਸੋਚ ਸਾਨੂੰ ਚੇਂਜ ਕਰਨੀ ਚਾਹੀਦੀ, ਬਦਲਣੀ ਚਾਹੀਦੀ। ਜਦੋਂ ਨਸ਼ਾ ਕਰਕੇ ਆਉਂਦੇ ਸੀ ਤੁਸੀਂ ਘਰ ਤਾਂ ਵਾਈਫ ਦਾ ਵਤੀਰਾ ਥੋੜਾ ਚੇਂਜ ਹੋ ਜਾਂਦਾ ਹੋਣਾ, ਪਤਾ ਲੱਗ ਜਾਂਦਾ ਹੈ ਕਿ ਹਾਂ ਨਸ਼ਾ ਕਰਕੇ ਆਇਆ, ਕਿੱਦਾਂ ਰੋਕਦੇ ਸੀ, ਕਿੱਦਾਂ ਕਹਿੰਦੇ ਸੀਗੇ? ਮਤਲਬ ਉਹਨਾਂ ਨੇ ਕਦੀ ਤਰਲੇ ਨਹੀਂ ਪਾਏ ਤੁਹਾਨੂੰ ਕਿ ਤੁਸੀਂ ਛੱਡੋ ਇਹਨੂੰ ਸਾਈਡ ਤੇ ਹੋ ਜਾਓ? ਮਤਲਬ ਕੁਛ ਤਾਂ ਦਿਮਾਗ ਦੇ ਅੰਦਰ ਉਹ ਵੀ ਪਾਉਂਦੇ ਹੋਣੇ ਤੁਹਾਡੇ। ਮੈਡਮ ਜਿੱਦਾਂ ਨਸ਼ਾ ਕਰਕੇ ਆਉਣਾ ਹੈ ਨਾ, ਮੰਜੇ ਤੇ ਆਣ ਕੇ ਲੰਮਾ ਪੈ ਜਾਣਾ, ਅੱਖਾਂ ਮੀਟ ਲੈਣੀਆਂ, ਜੇ ਰੌਲਾ ਪਾਉਂਦੀ ਹੈ ਪਾਈ ਜਾਵੇ ਇੱਧਰਲੀ ਨਿਕਲੀ ਜਾਣੀ ਆਇਆਂ ਦੀ, ਉਦੋਂ ਬੰਦਾ ਸੋਚਦਾ ਨਹੀਂ ਹੁੰਦਾ, ਪਰ ਇਹ ਮਨ ਵਿੱਚ ਜ਼ਰੂਰ ਹੁੰਦਾ ਵੀ ਮੈਂ ਇੱਕ ਦਿਨ ਛੱਡ ਦੇਵਾਂ, ਮੈਂ ਕਿਹੜੀ ਦੁਨੀਆ ਦੇਖਣ ਡਿਆ ਨਾ, ਮੈਂ ਕਿਹੜੇ ਕੰਮਾਂ 'ਚ ਫਸਿਆ ਪਿਆ। ਪਰ ਉਹ ਘਰਦੇ ਆਪਣਾ ਮੈਡਮ ਪੂਰਾ ਬਾਹ ਵੇਚ ਲਾਉਂਦੇ ਆ, ਉਹ ਇੱਥੇ ਤੱਕ ਵੀ ਘਰ ਵਾਲੀਆਂ ਕਹਿ ਦਿੰਦੀਆਂ ਵੀ ਮੈਂ ਤੈਨੂੰ ਛੱਡ ਕੇ ਚੱਲ ਜਾਣਾ ਜੇ ਤੂੰ ਨਸ਼ਾ ਨਹੀਂ ਛੱਡਣਾ। ਘਰ ਵਾਲੀਆਂ ਇੱਥੇ ਤੱਕ ਵੀ ਕਰਦੀਆਂ ਆ ਵੀ ਤੁਹਾਡੀਆਂ ਮਾਲਸ਼ਾਂ ਤੱਕ ਵੀ ਕਰਦੀਆਂ, ਜਦੋਂ ਤੁਸੀਂ ਘਰ ਰਹਿ ਕੇ 2-4 ਦਿਨ ਕੋਸ਼ਿਸ਼ ਕਰਦੇ ਆ ਨਾ ਵੀ ਮੈਂ ਚੱਲ ਕੂੜਾ ਕੱਟ ਲੈਣਾ, ਇੱਦਾਂ ਤੁਹਾਨੂੰ ਉਲਟੀਆਂ ਆਉਂਦੀਆਂ। ਜਿਹੜੀ ਘਰ ਵਾਲੀ ਤਾਂ ਆਪਣਾ ਪੂਰਾ ਰੋਲ ਨਿਭਾਉਂਦੀ ਆ, ਕਿਉਂਕਿ ਉਹਨੂੰ ਆਪਣੇ ਗਾਂਹ ਬੱਚਿਆਂ ਦਾ ਜਿਹੜਾ ਭਵਿੱਖ ਆ ਉਹ ਅੰਧੇਰੇ ਵਿੱਚ ਜਾਂਦਾ ਦਿਸਦਾ ਹੁੰਦਾ, ਉਹ ਤਾਂ ਕਰਕੇ ਆਪਣੇ ਬੱਚਿਆਂ ਦੇ ਚਾਨਣ ਭਵਿੱਖ ਲਈ ਇਹ ਸਾਰੇ ਯਤਨ ਕਰ ਰਹੀ ਹੁੰਦੀ, ਤੁਹਾਡੀ ਜ਼ਿੰਦਗੀ ਲਈ ਇਹ ਸਾਰੇ ਯਤਨ ਕਰ ਰਹੀ ਹੁੰਦੀ ਆ। ਉਹ ਤਾਂ ਆਪਣੇ ਪੂਰੀਆਂ ਕੋਸ਼ਿਸ਼ਾਂ ਕਰਦੀ ਆ, ਸਮਝਾਉਂਦੀ ਆ, ਲੜਦੀ ਵੀ ਆ, ਜਿੱਥੇ ਤੱਕ ਉਹਦੀ ਬਾਹ ਪੇਸ਼ ਜਾਂਦੀ ਆ ਕਰਦੀ ਆ। ਪਰ ਕਈ ਅੱਕ ਕੇ ਚਲੇ ਵੀ ਜਾਂਦੀਆਂ ਵਿਚਾਰੀਆਂ, ਹੁਣ ਸਹਿਣ ਸ਼ਕਤੀ ਜਦੋਂ ਮੁੱਕ ਜਾਣੀ, ਜਦੋਂ ਖਾਣ ਨੂੰ ਰੋਟੀ ਨਹੀਂ ਮਿਲਣੀ, ਜਦੋਂ ਹੁਣ ਬੱਚਾ ਛੋਟਾ ਆ, ਪਤਾ ਵੀ ਮੇਰੇ ਬੱਚੇ ਨੂੰ ਪੜ੍ਹਾਉਣ ਜੋਗਾ ਵੀ ਹੈ ਨਹੀਂ,
ਮੇਰੇ ਬੱਚੇ ਦਾ ਭਵਿੱਖ ਜਿਹੜਾ ਖਰਾਬ ਹੋ ਜਾਣਾ, ਮੈਂ ਘੱਟ ਪੜ੍ਹ ਕੇ ਜਿਹੜੇ ਦੁੱਖ ਝੱਲ ਰਹੀ ਹਾਂ ਉਹ ਮੇਰਾ ਬੱਚਾ ਨਾ ਭੋਗੇ। ਉਹ ਫਿਰ ਆਪਣੇ ਪੇਕਿਆਂ ਦੇ ਵੀ ਚਲ ਜਾਂਦੀਆਂ ਜਿਹਨਾਂ ਦੇ ਮਗਰੋਂ ਝਾਲ ਝੱਲਦੇ ਹੁਣ ਥੋੜੇ ਮੋਟੇ। ਇਸ ਲਈ ਇਹ ਤਾਂ ਜ਼ਿੰਦਗੀ 'ਚ ਇਹ ਚੀਜ਼ਾਂ ਹੁੰਦੀਆਂ, ਹਰੇਕ ਅਮਲੀ ਦੇ ਹੁੰਦੀਆਂ। ਇਹ ਜ਼ਰੂਰੀ ਨਹੀਂ ਹੁੰਦਾ ਵੀ ਅਮਲੀ ਦੇ ਜ਼ਿੰਦਗੀ ਵਿੱਚ ਫਰਕ ਜ਼ਰੂਰ ਹੁੰਦਾ, ਥੋੜ੍ਹਾ ਬਹੁਤਾ ਹੁੰਦਾ, ਬਾਹਲਾ ਨਹੀਂ ਹੁੰਦਾ। ਮੁਸੀਬਤਾਂ ਸਾਰਿਆਂ ਦੀਆਂ, ਪ੍ਰੋਬਲਮ ਹਰੇਕ ਘਰ ਦੀਆਂ ਉਹੀ ਹੁੰਦੀਆਂ। ਇੱਕ ਉਸ ਘਰ ਵਿੱਚ ਮੈਡਮ, ਮੈਂ ਇਹ ਪਰਮਾਤਮਾ ਨੂੰ ਗੱਲ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ, ਜਿਸ ਘਰ ਵਿੱਚ ਨਸ਼ਾ ਹੋਵੇ ਨਾ ਉਸ ਘਰ ਵਿੱਚ ਕਦੇ ਸਕੂਨ ਨਹੀਂ ਆ ਸਕਦਾ, ਕਦੇ ਚੈਨ ਨਹੀਂ ਆ ਸਕਦਾ। ਜੇ ਆਪਣੇ ਘਰ ਦੇ ਵਿੱਚ ਸੁੱਖ ਸ਼ਾਂਤੀ ਚਾਹੁੰਦੇ ਹੋ ਨਾ, ਜਿਹੜੇ ਭਰਾ ਇਸ ਦਲਦਲ ਵਿੱਚ ਫਸੇ ਆ ਉਹਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰੋ ਭਰਾ, ਸਾਰਾ ਕੁਛ ਹੋ ਜਾਂਦਾ ਆ। ਮੈਂ ਇੰਨਾ ਕੁਛ ਕਰਕੇ ਅਤੇ ਫਿਰ ਉਹਦੇ ਵਿੱਚੋਂ ਆਪਣਾ ਮਨ ਬਣਾਇਆ ਅਤੇ ਨਿਕਲ ਗਿਆ, ਤੁਸੀਂ ਵੀ ਨਿਕਲ ਸਕਦੇ ਹੋ, ਕੋਈ ਵੱਡੀ ਗੱਲ ਨਹੀਂ ਹੈਗੀ। ਨਸ਼ਾ ਜਿਹੜਾ ਉਹ ਸਰੀਰਕ ਤੌਰ 'ਤੇ 4-5 ਦਿਨ ਦੀ ਆ ਸਾਰੀ, 5-7 ਦਿਨ ਦੀ ਹੋਊਗੀ ਜਿਹੜਾ ਸਰੀਰ ਟੁੱਟਣਾ ਜਾਂ ਹੋਰ। ਉਹ ਜਿਹੜਾ ਦੁੱਖ ਭੋਗ ਕੇ ਗਾਂ ਤੁਹਾਡੀ ਸਾਰੀ ਉਮਰ ਦਾ ਸੁੱਖ ਆ, ਅਤੇ ਤੁਹਾਡੀ ਜਿਹੜੀ ਇਹ ਤੋੜ ਆ ਮੇਨ ਮਾਨਸਿਕ ਆ, ਤੁਹਾਨੂੰ ਦਿਮਾਗੀ ਤੌਰ 'ਤੇ ਥੋੜ੍ਹਾ ਸਟਰੋਂਗ ਹੋਣਾ ਪਊਗਾ, ਫਿਰ ਜਾ ਕੇ ਤੁਸੀਂ ਇਸ ਦਲਦਲ ਵਿੱਚੋਂ ਸੌਖੇ ਨਿਕਲ ਜੂੰਗੇ ਬਾਹਰ। ਇਹ ਚੀਜ਼ਾਂ ਬਾਤਾਂ ਆ, 5-7 ਦਿਨ ਦਾ ਜਿਹੜਾ ਦੁੱਖ ਝੱਲ ਕੇ ਅਤੇ ਉਦੋਂ ਬਾਅਦ ਤੁਹਾਡੀ ਜ਼ਿੰਦਗੀ ਦੁਬਾਰਾ ਪਟੜੀ 'ਤੇ ਪੈ ਜਾਂਦੀ ਆ। ਆਪਣੀ ਸੰਗਤ ਵਧੀਆ ਕਰ ਲਓ, ਵਧੀਆ ਬੰਦਿਆਂ ਵਿੱਚ ਰਹਿਣਾ ਸ਼ੁਰੂ ਕਰ ਦਿਓ, ਜਿਹੜੇ ਤੁਹਾਨੂੰ ਕੁਛ ਸਿਖਾਲਦੇ ਆ ਜਾਂ ਉਹਨਾਂ ਵਿੱਚ ਰਹਿਣ ਲੱਗ ਪਓ। ਜਿਹੜੇ ਬੰਦਿਆਂ ਨੇ ਨਸ਼ਾ ਛੱਡੇ ਨੂੰ ਟਾਈਮ ਹੋ ਗਿਆ, ਕਿਸੇ ਨੂੰ 4 ਸਾਲ ਹੋ ਗਿਆ, ਕਿਸੇ ਨੂੰ 5 ਸਾਲ ਹੋ ਗਿਆ, ਕਿਉਂਕਿ ਉਹਨਾਂ ਬੰਦਿਆਂ ਨੇ ਤੁਹਾਨੂੰ ਦੱਸਣਾ ਹੁੰਦਾ, ਭਾਈ ਬਈ ਜੇ ਤੇਰੀ ਜ਼ਿੰਦਗੀ ਵਿੱਚ ਹੁਣ ਲਾ ਲਓ ਵੀ ਤੁਹਾਡੇ ਕੋਈ ਘਰ ਤੁਹਾਡੀ ਵਾਈਫ ਨਾਲ ਕੋਈ ਪ੍ਰੋਬਲਮ ਹੋ ਗਈ ਆ, ਤੁਹਾਨੂੰ ਇੱਕ ਸਪੋਂਸਰ ਲੈਣਾ ਪੈਂਦਾ। ਜਿਹੜੇ ਬੰਦੇ ਨੇ ਨਸ਼ਾ ਛੱਡਿਆ ਹੋਵੇ, ਜਿਹਦੇ ਨਾਲ ਤੁਸੀਂ ਹਰੇਕ ਗੱਲ ਕਰ ਲਓ, ਉਹ ਤੁਹਾਡੀ ਗੱਲ ਆਪਣੇ ਤੱਕ ਹੀ ਸੀਮਿਤ ਰੱਖੇ ਅਤੇ ਉਹ ਫਿਰ ਤੁਹਾਨੂੰ ਰਾਹ ਦੱਸਦਾ ਆ। ਕਈ ਬੰਦਿਆਂ ਨੇ ਇੱਦਾਂ ਲਏ ਆ ਸਪੋਂਸਰ, ਉਹ ਦੂਜੇ ਬੰਦੇ ਨਾਲ ਹਰੇਕ ਗੱਲ ਸ਼ੇਅਰ ਕਰਦੇ ਆਪਣੀ, ਅਤੇ ਇੱਕ ਦੂਜੇ ਨਾਲ ਕਰਦੇ, ਇੱਕ ਦੂਜੇ ਨੂੰ ਰਾਹ ਦੱਸਦੇ ਆ। ਮਤਲਬ ਇਹ ਝੁੰਡ ਵਿੱਚ ਰਹਿ ਕੇ ਅਤੇ ਸਹੀ ਚੱਲਿਆ ਜਾ ਸਕਦਾ, ਉਹ ਵੀ ਉਹਨਾਂ ਉਸ ਝੁੰਡ ਵਿੱਚ ਜਿਹੜਾ ਝੁੰਡ ਜਿਹਨਾਂ ਨੇ ਛੱਡਿਆ ਹੋਇਆ ਆ, ਉਸ ਸਰਕਲ ਉਸ ਬੰਦਿਆਂ ਦੇ ਵਿੱਚ ਰਹਿ ਕੇ ਤੁਸੀਂ ਵਧੀਆ ਤਰੀਕੇ ਨਾਲ। ਹੁਣ ਤੁਸੀਂ ਮੋਹਾਲੀ ਆਏ ਆ ਨਾ, ਜੇ ਤਾਂ ਤੁਹਾਨੂੰ ਮੋਹਾਲੀ ਦਾ ਲਾ ਲਓ ਵੀ ਨਕਸ਼ਾ ਆ, ਨਕਸ਼ੇ 'ਤੇ ਦੇਖ ਕੇ ਇੱਥੇ ਆ ਗਏ ਹਾਂ ਸਾਡੇ ਕੋਲ ਜਲੰਧਰ, ਫਿਰ ਤੁਹਾਨੂੰ ਰਾਹ 'ਚ ਇਹ ਥੋੜ੍ਹਾ ਪਤਾ ਹੋਣਾ ਵੀ ਆਹ ਪਿੰਡ ਚੋਰਾਂ ਦਾ, ਆਹ ਸਾਧਾਂ ਦਾ, ਇੱਥੇ ਚੀਜ਼ ਸਸਤੀ ਮਿਲਣੀ, ਇੱਥੇ ਮਹਿੰਗੀ ਮਿਲਣੀ ਹੈ। ਅਤੇ ਜੇ ਕੋਈ ਉੱਥੋਂ ਦੀ ਲੰਘਿਆ ਹੋਇਆ ਗਿਆ ਹੋਇਆ, ਉਹਨੂੰ ਤਜਰਬਾ ਹੋਣਾ, ਉਹਨੇ ਤੁਹਾਨੂੰ ਦੱਸਣਾ, ਭਾਈ ਵੀ ਇਸ ਚੀਜ਼ ਤੋਂ ਤੂੰ ਇੱਥੋਂ ਬਚ ਕੇ ਰਹਿਣਾ, ਇਸ ਚੀਜ਼ ਤੋਂ ਤੂੰ ਇੱਥੋਂ ਬਚ ਕੇ ਰਹਿਣਾ, ਆਹ ਤਿੰਨ ਚੀਜ਼ ਤੋਂ ਤੈਨੂੰ ਸਸਤੀ ਚੀਜ਼ ਮਿਲਣੀ ਆ। ਇਹ ਚੀਜ਼ ਵੀ ਤੁਹਾਡੀ ਜਿੱਦਾਂ ਮਤਲਬ ਕੰਮ ਆਉਂਦੀਆਂ ਚੀਜ਼ਾਂ ਇਸ ਜ਼ਿੰਦਗੀ ਵਿੱਚ। ਤੁਹਾਨੂੰ ਲੱਗਦਾ ਕਿ ਸੰਗਤ ਦਾ ਬਹੁਤ ਬੜਾ ਰੋਲ ਹੁੰਦਾ ਨਸ਼ੇ? ਹਾਂਜੀ ਮੈਡਮ, ਹੁਣ ਮੇਰੀ ਗੱਲ ਸੁਣੋ, ਮੈਂ ਲਾ ਲਓ ਵੀ ਨਸ਼ਾ ਛੱਡ ਦਿੱਤਾ, ਨਸ਼ਾ ਛੱਡ ਕੇ ਮੈਂ ਫਿਰ ਉਹਨਾਂ ਮੁੰਡਿਆਂ ਨੇ ਘੁੰਮੀ ਜਾਵਾਂ ਜਿਹੜੇ ਖਾਂਦੇ ਆ। ਅੱਛਾ, ਮੈਂ ਇੱਕ ਦਿਨ ਠੀਕ ਰਹਿ ਲੂੰ, ਵਿੱਚ ਉਹਨਾਂ ਦੇ 2 ਦਿਨ ਰਹਿ ਲੂੰ, 3 ਦਿਨ ਰਹਿ ਲੂੰ, ਜਿਹੜਾ ਮਨ ਹੁੰਦਾ ਉਹਨੇ ਨੀਵੇਂ ਪਾਸੇ ਨੂੰ ਦੌੜਨਾ ਹੀ ਹੁੰਦਾ। ਮਤਲਬ ਜੇ ਹੁਣ ਇੱਥੇ ਪਾਣੀ ਆ ਕੋਈ, ਆਪਾਂ ਉਹਨੂੰ ਉੱਚੇ ਪਾਸੇ ਨੂੰ ਲੈ ਕੇ ਜਾਣਾ ਹੋਵੇ, ਕਿੰਨੀਆਂ ਮੁਸ਼ਕਤਾਂ ਦਾ ਸਾਹਮਣਾ ਕਰਨਾ ਪੈਂਦਾ ਨਾ। ਇੱਦਾਂ ਹੀ ਸੇਮ ਜਿਹੜੀ ਮਨ ਦੀ ਅਵਸਥਾ ਆ, ਮਨ ਨੂੰ ਲਾ ਲਓ ਵੀ ਤੁਸੀਂ ਦੇਖ ਲਓ, ਤੁਹਾਡੇ ਮਨ ਵਿੱਚ ਆ ਗਿਆ ਮੈਂ ਉਹ ਬੰਦੇ ਦਾ ਕਤਲ ਕਰਨਾ, ਤੁਹਾਡੇ ਮਨ 'ਚ ਆ ਗਿਆ ਤੁਸੀਂ ਕੀਤਾ ਨਹੀਂ, ਤੇ ਤੁਹਾਨੂੰ ਕੋਈ ਜੱਜ ਸਜ਼ਾ ਦੇ ਸਕਦਾ ਜੇ ਤੁਸੀਂ ਮਨ ਨਾ ਸੋਚਿਆ? ਤੇ ਜਿੰਨੇ ਚੱਕਰ ਤੁਸੀਂ ਹੱਥ ਨਾ ਕਰਦੇ ਨੇ, ਜੇ ਤੁਸੀਂ ਹੱਥ ਨਾ ਕਰੋਗੇ, ਇੱਦਾਂ ਹੀ ਵੀ ਤੁਸੀਂ ਜੇ ਤੁਹਾਡੇ ਮਨ ਵਿੱਚ ਆਉਂਦਾ ਵੀ ਹੈ ਜੇ ਮੈਂ ਨਸ਼ਾ ਕਰਨਾ, ਤੇ ਆਪਣਾ ਸਰੀਰ ਕੰਟਰੋਲ 'ਚ ਰੱਖੋ, ਉਹਦੇ ਉਸ ਉਹਦੇ ਵੱਲ ਕਦਮ ਨਾ ਵਧਾਓ। ਮਨ ਜੋ ਕਹਿੰਦਾ ਕਹੀ ਜਾਣ ਦਾ ਉਹਨੂੰ, ਇਹਦਾ ਕੀ, ਇਹਦਾ ਇਹਨੇ ਤਾਂ ਕਹੀ ਜਾਣਾ, ਆਪਣਾ ਜ਼ੋਰ ਲਾਈ ਜਾਣਾ ਵੀ ਇਹਦੀ ਜ਼ਿੰਦਗੀ ਦੁਬਾਰਾ ਦਲਦਲ 'ਚ ਫਸੇ। ਆਪਣਾ ਸਰੀਰ ਤਾਂ ਤੁਹਾਡੇ ਕੰਟਰੋਲ 'ਚ ਆ ਨਾ, ਹੁਣ ਮੈਂ ਹੱਥ ਆ ਉਂਗਲ ਆ ਜਾਂ ਹੱਥ ਆ, ਇਹ ਤਾਂ ਮੇਰੀ ਮਰਜ਼ੀ ਆ ਨਾ, ਮੈਂ ਚੱਕ ਕੇ ਥੱਲੇ ਰੱਖਣਾ ਕੁੱਤੇ ਰੱਖਣਾ, ਮਨ ਨੂੰ ਜਿੱਥੇ ਦੌੜਦਾ ਦੌੜੀ ਜਾਣ ਦਾ। ਮਤਲਬ ਸਰੀਰ ਤੇ ਆਪਣਾ ਕੰਟਰੋਲ ਰੱਖੋ, ਉਧਰ ਨੂੰ ਨਾ ਜਾਓ, ਆਪੇ ਹੀ ਤੁਹਾਡਾ ਬਚਾਅ। ਪਰਿਵਾਰਿਕ ਵਿਰੋਧ ਤਾਂ ਹੁੰਦਾ ਹੀ ਹੁੰਦਾ ਜਦ ਤੁਸੀਂ ਨਸ਼ੇ ਵਿੱਚ ਪੈਂਦੇ ਹੋ। ਚਲ ਪੇਰੈਂਟਸ ਚਾਹੁੰਦੇ ਆ ਕਿ ਮਾਂ ਪਿਓ ਚਾਹੁੰਦੇ ਆ ਲੁਕੋਇਆ ਜਾਵੇ ਸਮਾਜ ਤੋਂ, ਪਰ ਇਹ ਚੀਜ਼ਾਂ ਲੁਕਦੀਆਂ ਨਹੀਂ ਹੈਗੀਆਂ, ਆ ਜਾਂਦੀਆਂ ਸਾਹਮਣੇ। ਪਰ ਜਦੋਂ ਇਹ ਗੱਲਾਂ ਤਾਏ ਚਾਚੇ ਸ਼ਰੀਕਾਂ ਦੇ ਵਿੱਚ ਪਹੁੰਚਦੀਆਂ ਨੇ, ਉਸ ਵੇਲੇ ਬੜੀ ਬੇਇੱਜ਼ਤੀ ਹੁੰਦੀ ਹੈ ਬਹੁਤ। ਤੁਸੀਂ ਕਹਿ ਸਕਦੇ ਹੋ ਕਿ ਬੰਦਾ ਬੜਾ ਨੀਵਾਂ ਮਹਿਸੂਸ ਕਰਦਾ,
ਖਾਸ ਕਰ ਮਾਂ ਬਾਪ, ਕਦੇ ਇੱਦਾਂ ਦਾ ਵੀ ਸਾਹਮਣਾ ਕਰਨਾ ਪਿਆ ਕਿ ਕਿਸੇ ਨੇ ਆਪਣਾ ਬੱਚਾ ਹੀ ਤੁਹਾਡੇ ਨਾਲ ਖੇਡਣ ਤੋਂ ਹਟਾ ਦਿੱਤਾ ਹੋਵੇ, ਖੜਨ ਤੋਂ ਜਾਂ ਪੜ੍ਹਨ ਤੋਂ ਹਟਾ ਦਿੱਤਾ ਹੋਵੇ? ਹਾਂਜੀ ਜੀ, ਜਿਹੜੇ ਬੱਚੇ ਸਹੀ ਆ ਉਹਨਾਂ ਦੀਆਂ ਤਾਂ ਮਾਵਾਂ ਨੇ ਕਹਿਣਾ ਹੀ ਹੁੰਦਾ ਵੀ ਨਸ਼ੇ ਕਰਦਾ ਇਹਦੇ ਨਾਲ ਨਾ ਘੁੰਮੋ। ਜਿਹੜੇ ਨਸ਼ੇ ਕਰਦੇ ਹੁੰਦੇ ਉਹਨਾਂ ਦੀਆਂ ਮਾਵਾਂ ਵੀ ਕਹਿਣ ਲੱਗ ਪੈਂਦੀਆਂ ਬਈ ਉਹ ਨਸ਼ੇ ਕਰਦਾ ਉਹਦੇ ਨਾਲ ਨਾ ਘੁੰਮੀ, ਆਪਣਾ ਭਾਵੇਂ ਕਰਦਾ ਹੀ ਹੋਵੇ, ਆਪਣਾ ਨੂੰ ਨੀ ਗਲਤ ਕਹਿਣਾ, ਉਹ ਦੂਜੇ ਦਾ ਦੇਖਣਾ ਵੀ ਦੂਜਾ ਨਸ਼ੇ ਕਰਦਾ, ਹਾਂ ਤੂੰ ਉਹਦੇ ਨਾਲ ਨੀ ਘੁੰਮਣਾ ਹੈਗਾ। ਤੇ ਆਪਣਾ ਮੁੰਡਾ ਭਾਵੇਂ ਉਹ ਅਗਲਾ 500 ਦੇ ਨਾਲ ਸਾਰਦਾ ਹੋਵੇ, ਆਪਣਾ ਮੁੰਡਾ ਭਾਵੇਂ ਰੋਜ਼ ਦਾ 2000 ਦਾ ਪੀਂਦਾ ਹੋਵੇ, ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਇਹ ਤਾਂ ਕੁਦਰਤੀ ਗੱਲਾਂ, ਇਹ ਤਾਂ ਹੋਣੀਆਂ ਹੀ ਹੋਣੀਆਂ ਆ। ਤੇ ਜੇ ਬਾਕੀ ਤੁਸੀਂ ਗੱਲ ਕਹੀ ਵੀ ਸ਼ਰੀਕਾਂ ਦੀ, ਜੇ ਆਪਣੇ ਜਿਹੜੇ ਚਾਚਿਆਂ ਦਾ ਹਿਸਾਬ ਕਿਤਾਬ ਨਾ, ਸਾਡੀ ਜੁਆਇੰਟ ਫੈਮਿਲੀ ਆ, ਚਾਰ ਪੀੜ੍ਹੀਆਂ ਤੋਂ ਜੁਆਇੰਟ ਫੈਮਿਲੀ ਆ, ਤੇ ਉਹ ਸਾਡਾ ਇੱਦਾਂ ਦਾ ਕੋਈ ਹਿਸਾਬ ਕਿਤਾਬ ਵੀ ਹੈ ਨਹੀਂ ਸ਼ਰੀਕਾਂ ਸ਼ਰੂਕਾਂ ਵਾਲਾ, ਸਾਡੇ ਤਾਂ ਪੀਆਂ ਪੁੱਤਾਂ ਵਾਲਾ ਹਿਸਾਬ ਕਿਤਾਬ ਆ, ਤੇ ਉਹਨਾਂ ਦੇ ਸਿਰ ਤੇ ਜੀ ਅਸੀਂ ਤੁਰੇ ਫਿਰਦੇ ਹਾਂ, ਤੇ ਉਹਨਾਂ ਨੂੰ ਹੁਣ ਅਸੀਂ ਸਹੀ ਹੋਏ, ਉਹਨਾਂ ਨੂੰ ਵੀ ਮਾਣ ਆ ਸਾਡਾ ਬੱਚਾ ਸਹੀ ਹੋਇਆ। ਮਤਲਬ ਸਾਡੇ ਹੋਰ ਹਿਸਾਬ ਕਿਤਾਬ ਆ, ਹੁੰਦੇ ਆ ਸ਼ਰੀਕੇਬਾਜ਼ੀ ਵੀ ਚੱਲਦੀ ਆ, ਪਰ ਸਾਡਾ ਪਰਿਵਾਰ ਦਾ ਸ਼ੁਰੂ ਤੋਂ ਹਿਸਾਬ ਕਿਤਾਬ ਹੋਰ, ਸਾਡੇ ਬਜ਼ੁਰਗਾਂ ਦੀ ਜਿਹੜੀ ਸੋਚ ਸੀ ਉਹਦੇ ਉੱਤੇ ਅੱਜ ਵੀ ਸਾਡੇ ਜਿਹੜੇ ਚਾਚੇ ਆ ਜਾਂ ਦਾਦੇ ਹੋਣੀ ਆ ਉਹ ਸਾਰੇ ਹਜੇ ਵੀ ਪਹਿਰਾ ਦੇਣ ਡਿਆ। ਨਸ਼ਾ ਮੁਕਤੀ ਕੇਂਦਰ ਨਾਲ ਵਾਹ ਪਿਆ ਕਦੇ? ਹਾਂਜੀ ਪਿਆ ਜੀ। ਫਿਰ ਕਿੱਦਾਂ ਦਾ ਮਾਹੌਲ ਲੱਗਿਆ, ਲੱਗਦਾ ਕਿ ਉੱਥੇ ਜਾ ਕੇ ਵਾਕਈ ਬੰਦਾ ਛੱਡ ਦਿੰਦਾ ਨਸ਼ਾ? ਮੈਡਮ ਉੱਥੇ ਮੈਂ ਉੱਥੇ ਦੇ ਦੋ ਪਹਿਲੂ ਦੇਖੇ ਆ। ਅੱਛਾ ਜੀ। ਮੇਰਾ ਫਰੈਂਡ ਆ, ਉਹਦਾ ਆਪਣਾ ਸੈਂਟਰ ਆ, MD ਆ ਉਹ। ਠੀਕ ਹੈ। ਮੈਂ MD ਵਾਲੇ ਬੈੱਡ ਤੇ ਸੌਂਦਾ ਹੁੰਦਾ ਜੀ, ਜਦੋਂ ਮੈਂ 2 ਮਹੀਨੇ ਲਾਸਟ ਰਹਿ ਕੇ ਆਇਆ ਨਾ ਉੱਥੋਂ। ਅੱਛਾ ਜੀ। ਤੇ ਮੈਂ ਉਹਦੇ ਬੈੱਡ ਤੇ ਸੌਂਦਾ ਹੁੰਦਾ ਸੀ, ਪਰ ਜੇ ਉਹਨੇ ਮੈਨੂੰ ਕਹਿ ਦੇਣਾ ਨਾ ਸਾਰਿਆਂ ਦੇ ਕੱਪੜੇ ਧੋ, ਮੈਂ ਕਦੇ ਉਹਨਾਂ ਦੁਬਾਰਾ ਦੇਖਿਆ ਵੀ ਨਹੀਂ, ਚੁੱਪ ਕਰਕੇ ਉੱਠਣਾ, ਕੱਪੜੇ ਧੋਣ ਲੱਗ ਪੈਣਾ ਸਾਰਿਆਂ ਦੇ, ਕਿਉਂਕਿ ਮੈਨੂੰ ਲੱਗਦਾ ਹੁੰਦਾ ਸੀ ਮੈਂ ਜੇ ਅੱਜ ਇਹ ਸੇਵਾ ਕਰੂੰਗਾ ਤਾਂ ਸ਼ਾਇਦ ਮੇਰੇ ਮਨ ਦੀ ਸਫਾਈ ਹੋ ਜਾਵੇ, ਜਿਹੜੀ ਮੇਰੇ ਮਨ ਅੰਦਰ ਦਲਦਲ ਆ, ਮੇਰੇ ਮਨ ਅੰਦਰ ਜਿਹੜੀ ਆ ਬੁਰਾਈ ਆ, ਸ਼ਾਇਦ ਉਹ ਧੋ ਕੇ ਜਾਂ ਉਹ ਸਾਫ਼ ਹੋ ਕੇ ਬਾਹਰ ਨਿਕਲ ਜਾਵੇ। ਮੈਂ ਕਦੇ ਇੱਦਾਂ ਨਹੀਂ, ਹੁਣ ਜਿਹੜੇ ਬੰਦੇ ਨੂੰ ਜੇ ਕਿਸੇ MD ਨੇ ਜਾਂ ਉੱਥੇ ਸੈਂਟਰ ਵਾਲੇ ਨੇ ਕਹਿਤਾ ਇੱਦਾਂ ਨਹੀਂ ਤੂੰ ਇੱਦਾਂ ਕਰਨਾ, ਉਹ ਵੀ ਬਾਹਰ ਆਣ ਕੇ ਕਹਿਣ ਲੱਗ ਪੈਂਦੇ ਆ ਜੀ ਉੱਥੇ ਇੱਦਾਂ ਹੁੰਦੀ ਆ, ਉੱਥੇ ਤੰਗ ਕਰਦੇ ਉੱਥੇ ਕੁੱਟ। ਹੁਣ ਮੇਰੀ ਗੱਲ ਸੁਣੋ, ਜੇ ਹੁਣ 4 ਜਣਿਆਂ ਨੇ ਪਲੈਨਿੰਗ ਬਣਾ ਲਈ ਆ ਵੀ ਅਸੀਂ ਇੱਥੋਂ ਦੌੜਨਾ ਆ, ਉਹਨਾਂ ਨੇ ਤੁਹਾਡੇ ਲਿਆ ਕੇ ਬਾਹਰੋਂ ਹਾਰ ਥੋੜੋ ਗੁਲਾਬ ਦੇ ਪਾਉਣੇ ਆ, ਇਹ ਤਾਂ ਹੁਣ ਇਦਾਂ ਥੋੜੋ, ਉਹ ਤੇ ਕੋਈ 100 ਚੋਂ 1 ਅੱਧਾ ਹੁੰਦਾ ਜਿਹੜਾ ਉਦਾਂ ਦੀ ਗਲਤੀ ਕਰਦਾ, ਉਹ ਫਿਰ ਉੱਥੇ ਮਜਬੂਰੀ ਹੋ ਜਾਂਦੀ, ਘਰ ਚ ਕਮਲੀ ਸਾਂਭਣਾ ਔਖਾ ਹੋ ਜਾਂਦਾ, ਅਗਲੇ ਉੱਥੇ 30-40 ਸਾਂਭ ਕੇ ਬੈਠੇ ਆ, ਠੀਕ ਆ, ਉਹਨਾਂ ਦੀ ਮਜਬੂਰੀ ਹੋ ਜਾਂਦੀ। ਹਰੇਕ ਚੀਜ਼ ਦੇ 2 ਪੱਖ ਹੁੰਦੇ ਆ, ਇੱਕ ਹੁੰਦਾ ਪੋਜ਼ਿਟਿਵ, ਇੱਕ ਹੁੰਦਾ ਨੈਗੇਟਿਵ, ਜਿਹੜਾ ਤਾਂ ਉਹਨੂੰ ਪੋਜ਼ਿਟਿਵ ਪਾਸੇ ਲੈ ਲੈਂਦਾ ਹਰੇਕ ਚੀਜ਼ ਨੂੰ, ਵੀ ਅੱਜ ਜੇ ਉਹਨਾਂ ਨੇ ਸਮਝ ਲਓ ਕਿਸੇ ਨੇ ਪੋਚਾ ਲਵਾ ਲਿਆ ਸੈਂਟਰ 'ਚ ਕਿਸੇ ਤੋਂ, ਤੇ ਉਹ ਜੇ ਤਾਂ ਬੰਦਾ ਸੋਚ ਲਵੇ ਹਾਂ ਹਾਂ ਮੇਰੇ ਤੋਂ ਇਹਨੇ ਪੋਚਾ ਲਵਾਇਆ ਮੈਂ ਇੱਦਾਂ, ਉਹ ਬਾਹਰ ਜਾ ਕੇ ਨਸ਼ਾ ਕਰ ਲੈਂਦਾ। ਤੇ ਜੇ ਬੰਦਾ ਕੋਈ ਸੋਚ ਲੈਂਦਾ ਵੀ ਯਾਰ ਅੱਜ ਮੇਰੇ ਤੋਂ ਪੋਚਾ ਲਵਾਉਣ ਡਿਆ, ਮੈਂ ਮੁੜ ਕੇ ਇਸ ਨਸ਼ੇ ਭਲੀ ਜ਼ਿੰਦਗੀ ਵਿੱਚ ਨਹੀਂ ਜਾਣਾ, ਵੀ ਜਿਹੜਾ ਕੱਲ੍ਹ ਫਿਰ ਇਹ ਨੌਬਤ ਆ ਜਾਵੇ ਮੈਨੂੰ ਪੋਚੇ ਲਾਉਣੇ ਪੈ ਜਾਣ, ਉਹ ਬੰਦਾ ਸਹੀ ਰਹਿੰਦਾ। ਇਹ ਤਾਂ ਆਪਾਂ ਨੂੰ ਆਪਣਾ ਜਿਹੜਾ ਨਜ਼ਰੀਆ ਆ ਉਹ ਬਦਲਣਾ ਪੈਣਾ ਆ, ਨਜ਼ਰ ਬਦਲ ਲਓ ਦੁਨੀਆ ਆਪੇ ਹੀ, ਸਾਰਾ ਕੁਛ ਨਜ਼ਰੀਆ ਸਾਰਾ ਕੁਛ ਬਦਲ ਜਾਂਦਾ। ਬਿਲਕੁਲ ਬਿਲਕੁਲ। ਹੁਣ ਜਿਵੇਂ ਕਿ ਨਸ਼ਾ ਕੋਈ ਕਰਦਾ ਹੋਵੇ, ਨਸ਼ੇ ਕਰਕੇ ਸਰੀਰ 'ਚ ਬਹੁਤ ਸਾਰੇ ਦਿੱਕਤਾਂ, ਤੁਸੀਂ ਪਰੇਸ਼ਾਨੀਆਂ ਕਹਿ ਸਕਦੇ ਹੋ, ਪੈਦਾ ਹੋ ਜਾਂਦੀਆਂ ਨੇ। ਨਸ਼ਾ ਛੱਡਣ ਤੋਂ ਬਾਅਦ ਉਹੀ ਤਲਖੀ ਜੀ ਮਹਿਸੂਸ ਹੁੰਦੀ ਹੈ, ਮਤਲਬ ਮਨ ਕਰਦਾ, ਬਹੁਤ ਸਾਰੀ ਤੜਪਣ ਤੁਸੀਂ ਕਹਿ ਸਕਦੇ ਹੋ, ਹੈ ਨਾ, ਤੜਛਣ ਜੀ ਮੱਚਦੀ ਹੈ ਕਿ ਹਾਂ ਮੈਂ ਨਸ਼ਾ ਕਰ ਲਵਾਂ। ਸਰੀਰ ਦੇ ਵਿੱਚ ਕੁਛ ਫਰਕ ਨਜ਼ਰ ਆਇਆ ਤੁਹਾਨੂੰ ਨਸ਼ਾ ਛੱਡਣ ਤੋਂ ਬਾਅਦ? ਮੈਡਮ ਇੱਦਾਂ ਨਾ, ਪਹਿਲੇ ਜਿਹੜੇ 3-4 ਮਹੀਨੇ ਹੁੰਦੇ ਆ ਉਦੋਂ ਅੰਦਰੋਂ ਸਰੀਰ ਰਿਕਵਰ ਹੋ ਰਿਹਾ ਹੁੰਦਾ ਹੌਲੀ 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 ਹੌਲੀ, ਹੈ ਨਾ, ਤੁਹਾਡੇ ਪਹਿਲੀ ਗੱਲ ਤਾਂ ਤੁਹਾਨੂੰ ਸਾਹ ਚੜ੍ਹਨ ਲੱਗ ਪੈਂਦਾ ਸਟਾਰਟਿੰਗ ਵਿੱਚ, ਉਹ ਚੀਜ਼ਾਂ ਹੌਲੀ ਹੌਲੀ ਸੈੱਟ ਹੁੰਦੀਆਂ ਜੇ ਤੁਸੀਂ ਐਕਸਰਸਾਈਜ਼ ਕਰਦੇ ਆ ਅਤੇ ਤੁਸੀਂ ਆਪਣੇ ਆਪ ਨੂੰ ਸਹੀ ਤਰੀਕੇ ਨਾਲ ਤੋੜਦੇ ਆ, ਉਹ ਹੌਲੀ ਹੌਲੀ ਹੁੰਦੀਆਂ ਨਾ ਚੀਜ਼ਾਂ। ਪਰ ਅੱਜ ਮੇਰੇ ਨਾਲ ਜਿਹੜੇ ਬੰਦੇ ਨੇ ਨਸ਼ਾ ਨਹੀਂ ਕੀਤਾ ਹੈਗਾ ਉਹ ਭਾਵੇਂ ਮੇਰੇ ਨਾਲ ਖੇਡ ਕੇ ਵਾਲੀਬਾਲ ਖੇਡ ਕੇ ਦੇਖ ਲਵੇ, ਦੌੜ ਲਾ ਕੇ ਦੇਖ ਲਵੇ, 10.5 ਮਹੀਨਿਆਂ 'ਚ ਮੈਂ ਅੰਦਰੋਂ ਪੂਰਾ ਰਿਕਵਰ ਹੋਇਆ। ਮਤਲਬ ਤੁਹਾਡੇ ਅੰਦਰ ਹੀ ਚੀਜ਼ਾਂ ਆਉਂਦੀਆਂ, ਜਦ ਆਪਾਂ ਅੰਦਰ ਕੋਈ ਮਾੜੀ ਚੀਜ਼ ਸਿੱਟਣੀ ਨਹੀਂ,
ਅੰਦਰ ਹੁਣ ਭਾਵੇਂ ਤੁਸੀਂ ਸੁੱਕੀ ਰੋਟੀ ਖਾਈ ਜਾਓ, ਉਹਨੇ ਤੁਹਾਨੂੰ ਇਦਾਂ ਦਾ ਕਰ ਦੇਣਾ ਵੀ ਤੁਸੀਂ ਨੋਰਮਲ ਬੰਦੇ ਵਾਂਗੂ ਹੋ ਜਾਣਾ। ਪਰ ਉਹ ਟਾਈਮ ਲੱਗਦਾ ਨਾ ਉਸ ਚੀਜ਼ ਨੂੰ। ਹੁਣ ਮੈਂ ਚਾਹਵਾਂ, ਮੈਂ 23 ਸਾਲ ਨਸ਼ਾ ਕੀਤਾ ਆ, ਤੇ ਜਿਹੜੀ ਨੌਜਵਾਨਾਂ ਵਾਲੀ ਗੱਲਬਾਤ ਆ ਉਹ ਮੇਰੇ ਵਿੱਚ 4 ਮਹੀਨਿਆਂ 'ਚ ਆ ਜਾਵੇ, ਇਹ ਤਾਂ ਨਹੀਂ ਹੋ ਸਕਦਾ ਨਾ। ਉਹਨੂੰ ਫਿਰ ਉਦਾਂ ਟਾਈਮ ਵੀ ਚਾਹੀਦਾ, ਉਹ ਚੀਜ਼ ਟਾਈਮ ਪਾ ਕੇ ਸਾਰਾ ਕੁਛ ਸਹੀ ਹੋਈ ਜਾਂਦਾ। ਉਹਦੇ ਲਈ ਤੁਹਾਨੂੰ ਇੱਕ ਆਪਣੇ ਲੀਹ 'ਤੇ ਚੱਲਣਾ ਪੈਂਦਾ ਵੀ ਹਾਂ ਵੀ ਆਪਣਾ ਟੀਚਾ ਮਿੱਥ ਕੇ ਵੀ ਮੈਂ ਆਪਣੇ ਮੂੰਹ 'ਤੇ ਸ਼ਿਕਲੀ ਪਾ ਕੇ ਰੱਖਣੀ ਆ, ਦੁਬਾਰਾ ਉਸ ਨਸ਼ੇ ਵੱਲ ਨੂੰ ਨਹੀਂ ਜਾਣਾ, ਬਾਕੀ ਸਾਰਾ ਕੁਛ ਸਹੀ ਹੋਈ ਜਾਂਦਾ। ਨਸ਼ਾ ਆਸਾਨੀ ਨਾਲ ਮਿਲਣਾ ਵੀ ਇੱਕ ਕਾਰਨ ਹੈ ਨਸ਼ੇੜੀ ਹੋਣਾ। ਨਸ਼ਾ ਮੈਡਮ ਜਿੱਥੇ ਆਪਾਂ ਬੈਠੇ ਆ ਨਾ, ਇੱਥੋਂ 5 ਜਾਂ 7 ਮਿੰਟ ਦੀ ਦੂਰੀ ਤੇ 4-5 ਤਸਕਰ ਹੈਗੇ ਆ। ਅੱਛਾ, ਸਾਨੂੰ ਪਤਾ ਸੀ ਆਪਣੀ ਜਾਨ ਕਿੱਦਾਂ ਬਚਾ ਕੇ ਰੱਖਣ ਡਏ ਆ, ਘਰੋਂ ਬਾਹਰ ਨਿਕਲੋ ਨਸ਼ੇ ਵਾਲੇ ਬੈਠੇ ਹੁੰਦੇ ਥੜੇ ਤੇ, ਇੱਧਰ ਨੂੰ ਹਸਪੀਟਲ ਵੱਲ ਨੂੰ ਆ ਜਾਓ, ਇੱਥੇ ਜੀਵ ਦੀਆਂ ਗੋਲੀਆਂ ਖਾਣ ਵਾਲੇ ਬੈਠੇ ਹੁੰਦੇ ਆ, ਜਿਹੜੀ ਜੀਵ ਦੀਆਂ ਗੋਲੀਆਂ ਮਿਲਦੀਆਂ। ਅੱਛਾ, ਮਤਲਬ ਉਹ ਸਾਰਾ ਕੁਛ ਹੀ ਹੁੰਦਾ ਆ ਜੀ, ਮਤਲਬ ਆਪਣੇ ਆਪ ਨੂੰ ਬਚਾ ਕੇ ਰੱਖਣਾ, ਇਹ ਤਾਂ ਅਸੀਂ ਦੇਖਣਾ ਨਾ, ਅਸੀਂ ਉਧਰਲੇ ਪਾਸੇ ਨੂੰ ਨਹੀਂ ਜਾਣਾ ਹੈਗਾ। ਤੇ ਘਰੋਂ ਪਰ ਜਦੋਂ ਮੈਂ ਨਿਕਲਦਾ ਮੈਂ ਘਰੋਂ ਅਰਦਾਸ ਕਰਕੇ ਤੁਰਦਾ ਹੁੰਦਾ ਵੀ ਮਾਲਕਾ ਅੰਗ ਸੰਗ ਸਹਾਈ ਰਹੀ। ਤੇ ਜਦੋਂ ਆਪਾਂ ਇਹ ਅਰਦਾਸ ਕਰਕੇ ਤੁਰਦੇ ਹਾਂ ਫਿਰ ਮੈਨੂੰ ਲੱਗਦਾ ਆ ਵੀ 10.5 ਮਹੀਨਿਆਂ ਵਿੱਚ ਇਹ ਮੈਂ ਮਹਿਸੂਸ ਕੀਤਾ ਵੀ ਫਿਰ ਪਰਮਾਤਮਾ ਦੀ ਜ਼ਿੰਮੇਵਾਰੀ ਹੋ ਜਾਂਦੀ ਆ। ਕਿਉਂਕਿ ਜੇ ਕਿਸੇ ਪੇ ਦੇ 5 ਪੁੱਤ ਹੋਣ ਨਾ, ਜਿਹੜੇ ਤੇ 4 ਪੁੱਤ ਹੋਣ ਚੰਗੇ ਤੁਹਾਡੇ ਵਰਗੇ, ਤੇ ਉਹ ਤਾਂ ਪਤਾ ਆ ਵੀ ਆਪਣੇ ਜੋਗੇ ਹੈਗੇ ਆ। ਹੁਣ ਜਿਹੜੇ ਯਾਰ ਮੇਰੇ ਵਰਗਾ ਨਿਕੰਮਾ ਹੋਵੇ, ਪੇ ਦਾ ਧਿਆਨ ਹਮੇਸ਼ਾ ਹੀ ਉਹਦੇ ਵੱਲ ਰਹਿੰਦਾ ਹੁੰਦਾ, ਏਦਾਂ ਹੀ ਪਰਮਾਤਮਾ। ਵੀ ਅਸੀਂ ਤਾਂ ਹੁਣ ਨਲਾਇਕ ਬੱਚੇ ਸੀ, ਗਰਕੇ ਹੋਏ ਸੀ, ਤੇ ਜੇ ਹੁਣ ਪਰਮਾਤਮਾ ਨੇ ਸਾਨੂੰ ਸਹੀ ਲੀਹਾਂ ਤੇ ਪਾਇਆ, ਗਾਂ ਰੱਖਿਆ ਵੀ ਸਾਡੀ ਉਹਨੇ ਕਰਨੀ ਆ। ਇੱਕ ਯਕੀਨ ਜਿਹੜਾ ਰੱਬ ਦੇ ਉੱਤੇ, ਉਹ ਚੀਜ਼ ਤੁਹਾਨੂੰ ਐਨਰਜੀ ਦਿੰਦੀ ਆ, ਪੋਜ਼ਿਟਿਵ ਐਨਰਜੀ ਦਿੰਦੀ ਆ। ਨਸ਼ਾ ਆਸਾਨੀ ਨਾਲ ਮਿਲਣਾ ਇੱਕ ਕਾਰਨ ਹੈ, ਤੇ ਸਰਕਾਰਾਂ ਦਾ ਕਿਤੇ ਨਾ ਕਿਤੇ ਰੋਲ ਲੱਗਦਾ ਤੁਹਾਨੂੰ? ਸਰਕਾਰਾਂ ਦਾ ਜੀ ਇੱਦਾਂ ਆ, ਮੇਰੀ ਤੁਹਾਨੂੰ ਦੱਸਦਾ ਮੈਂ, ਹੁਣ ਆਫੀਸਰ ਆਉਂਦੇ ਆ ਆਪਣੇ ਨਾ, ਉਹਨਾਂ ਤੋਂ ਆਣ ਕੇ ਪੁੱਛਦੇ ਆ ਵੀ ਪਿੰਡ 'ਚ ਦੱਸੋ ਜੀ ਕੋਈ ਨਵਾਂ ਕੋਈ ਨਸ਼ਾ ਵੇਚਣ ਵਾਲਾ ਹੋਵੇ, ਦੱਸੋ ਉਹਦਾ ਜੀ ਕੌਣ ਕੌਣ ਨਸ਼ਾ ਵੇਚਦਾ ਜੀ। ਉਹ ਨਵਾਂ ਆਫੀਸਰ ਆਉਂਦਾ ਨਾ, ਉਹ ਜਾ ਕੇ ਜਦੋਂ ਆਪਾਂ ਨਾਂ ਲਿਖਾ ਦਈਦੇ ਆ ਤੇ ਉਹ ਕੋਈ ਕਾਰਵਾਈ ਨਹੀਂ ਜੀ, ਉਹ ਉਹਨਾਂ ਨਾਲ ਹਿੱਸਾ ਪੱਤੀ ਹੋ ਜਾਂਦੀ ਹੈ। ਮਤਲਬ ਸਾਰਾ ਕੁਛ ਉੱਤੋਂ ਸਰਕਾਰਾਂ ਨਾਲ ਰਲ ਕੇ ਨੈਕਸਿਸ ਚੱਲਣ ਡਿਆ ਇੱਕ ਬਹੁਤ ਵੱਡੇ ਲੈਵਲ 'ਤੇ। ਪੰਜਾਬ ਨੂੰ ਇਹਨਾਂ ਨੇ ਖਤਮ ਕਰਨ ਦੀਆਂ ਸਾਜ਼ਿਸ਼ਾਂ ਵਿੱਚ ਸਾਡੇ ਪੰਜਾਬੀ ਆਪ ਹੀ ਰਲੇ ਹੋਏ ਆ, ਉਹਨਾਂ ਦੀਆਂ ਚਾਲਾਂ ਦਾ ਆਪ ਹਿੱਸਾ ਬਣੇ ਹੋਏ ਆ। ਆਪਣੀਆਂ ਲਾਲਸਾ ਕਾਰਨ, ਇੱਕ ਪੈਸੇ ਦੀ ਲਾਲਸਾ ਕਾਰਨ ਤੇ ਇੱਕ ਆਪਣੀਆਂ ਕੁਰਸੀਆਂ ਦੀ ਲਾਲਸਾ, ਬਸ ਪੈ ਕੇ ਸਾਡੇ ਪੰਜਾਬ ਨੂੰ ਖਤਮ ਕਰਨ 'ਤੇ ਤੁਲੇ ਹੋਏ ਆ ਲੋਕ। ਇਹਨਾਂ ਦਾ ਕਸੂਰ ਜੀ 100% ਇਹਨਾਂ ਦਾ। ਜੇ ਸਰਕਾਰ ਚਾਹੇ, ਸਰਕਾਰ ਜਦੋਂ ਆ ਵੀ ਮੌਜੂਦਾ ਸਰਕਾਰ ਵੀ ਨਵੀਂ ਨਵੀਂ ਆਈ ਸੀ ਨਾ, 3-4 ਮਹੀਨੇ ਇੱਦਾਂ ਇੰਨਾ ਕੁ ਇਹਨਾਂ ਦਾ ਡਰ ਬਣਿਆ ਰਿਹਾ ਨਾ, ਨਾ ਉਦੋਂ ਨਸ਼ੇ ਵਾਲੇ ਇੱਦਾਂ ਖੁੱਲ੍ਹ ਕੇ ਵਿਚ ਰਹੇ ਆ, ਨਾ ਉਦੋਂ ਕਰਪਸ਼ਨ ਇੰਨੀ ਹੋਈ ਆ। ਫਿਰ ਹੌਲੀ ਹੌਲੀ ਜਦ ਸਾਰਾ ਕੁਛ ਘਿਓ ਖਿਚੜੀ ਹੋ ਗਿਆ ਤਾਂ ਫਿਰ ਸਾਰਾ ਕੁਛ ਉਦੋਂ ਨੋਰਮਲ ਚੱਲੀ ਜਾਂਦਾ। ਪਿੰਡਾਂ ਦੇ ਨੌਜਵਾਨ ਨਾ ਪਹਿਲੇ ਗੱਭਰੂ ਕਹਾਉਂਦੇ ਸੀ, ਲੱਗਦਾ ਸੀ ਖੇਡ ਦੇ ਮੈਦਾਨ, ਕੁਸ਼ਤੀਆਂ ਦੇ ਮੈਦਾਨ। ਹੁਣ ਕਿਆ ਉਸ ਤਰ੍ਹਾਂ ਦਾ ਮਾਹੌਲ ਤੁਹਾਨੂੰ ਪਿੰਡਾਂ ਦਾ ਲੱਗਦਾ ਹੈ ਕਿ ਨੌਜਵਾਨ ਨਸ਼ੇ ਵੱਲ ਝਾਕਣ ਵੀ ਨਾ? ਮੈਨੂੰ ਇੱਦਾਂ ਲੱਗਦਾ ਜਿਹੜੀ ਸਾਡੇ ਵਾਲੀ ਪੀੜ੍ਹੀ ਹੈ ਨਾ, ਜਿੱਦਾਂ ਮੈਂ ਮੇਰੀ 39 ਸਾਲ ਦੀ ਉਮਰ ਹੋ ਗਈ 39, ਅਤੇ ਮੇਰੇ ਤੋਂ ਲੈ ਕੇ ਜਿਹੜੇ ਮੁੰਡੇ ਹੁਣ ਹੋਊਗੇ 16-17 ਸਾਲਾਂ ਵਾਲੇ, ਉਹ ਤਾਂ ਇਸ ਦਲਦਲ ਵਿੱਚ ਜ਼ਿਆਦਾ ਫਸੇ ਆ। ਜਿਹੜੇ ਨਵੀਂ ਉਦੂ ਗਾਂਹ ਵਾਲੀ ਪੀੜ੍ਹੀ ਆ, ਮੈਨੂੰ ਹੁਣ ਕੁਛ ਲੱਗਦਾ ਆ ਵੀ ਇਹਨਾਂ ਵੱਲ ਦੇਖ ਦੇਖ ਕੇ ਨਾ, ਉਹ ਪੀੜ੍ਹੀ ਬਹੁਤ ਸੁਚੇਤ ਹੋ ਗਈ ਆ ਥੋੜ੍ਹਾ ਜਿਹਾ। ਉਹ ਉਹਨਾਂ ਦਾ ਮੇਰੇ ਹਿਸਾਬ ਨਾਲ ਥੋੜ੍ਹਾ ਵਿਚਾਰ ਨਵੀਂ ਪੀੜ੍ਹੀ ਦਾ ਹੈਗਾ ਆ, ਕਿਉਂਕਿ ਇੱਕ ਮਾਪੇ ਵੀ ਗੱਲਾਂ ਕਰਦੇ ਨੇ, ਉਹਨਾਂ ਦਾ ਮੁੰਡਾ ਦੇਖ ਲਓ ਆਹ ਉੱਥੇ ਚੋਰੀ ਕਰਦਾ ਫੜਿਆ ਗਿਆ, ਉੱਥੇ ਆਹ ਕਰਦਾ ਫੜਿਆ ਗਿਆ, ਡਿੱਗਿਆ ਗਿਆ। ਮਤਲਬ ਉਹ ਬੱਚਿਆਂ ਦੀ ਜਿਹੜੀ ਸੋਚ ਆ, ਮੈਨੂੰ ਲੱਗਦਾ ਕੁਛ ਪਰਸੈਂਟ ਹੈਗੇ ਆ ਗਲਤ ਪਾਸੇ ਜਾਣ ਵੀ ਡਏ ਆ, ਪਰ ਉਹ ਉੱਥੇ ਜਾਣ ਡਿਆ ਜਿੱਥੇ ਆਪਣੇ ਕੁਛ ਖੇਡ ਨਹੀਂ, ਕਿਸੇ ਪਿੰਡ ਵਿੱਚ ਕੋਈ ਗਰਾਊਂਡ ਨਹੀਂ ਹੈਗੀ ਜਿੱਥੇ ਬੱਚੇ ਆਣ ਕੇ ਖੇਡਦੇ ਨਹੀਂ। ਹੁਣ ਮੇਰੀ ਗੱਲ ਸੁਣੋ, ਸ਼ਾਮ ਨੂੰ ਜਿਹੜੇ ਪਿੰਡ 'ਚ ਗਰਾਊਂਡ ਹੋਵੇ, ਬੱਚਿਆਂ ਨੇ ਉੱਥੇ ਆਣ ਕੇ 1-2 ਘੰਟੇ ਖੇਡਣਾ,
ਉਹੀ ਜਿਹੜੇ ਘੰਟਾ ਦੋ ਘੰਟੇ ਹੁੰਦੇ ਆ ਬੱਚਿਆਂ ਦੇ, ਕਈਆਂ ਨੇ ਜਿਹਨਾਂ ਪਿੰਡਾਂ ਵਿੱਚ ਗਰਾਊਂਡਾਂ ਹੈ ਨਹੀਂ ਆ, ਇਹ ਪ੍ਰਬੰਧ ਹੈ ਨਹੀਂ, ਉਹਨਾਂ ਨੇ ਮੋਟਰਸਾਈਕਲਾਂ 'ਤੇ ਗੇੜੀਆਂ ਮਾਰਨੀਆਂ, ਅਵਾਰਾ ਗਰਦੀਆਂ ਕਰਨੀਆਂ, ਮਤਲਬ ਹੈ ਨਾ ਸਮਝਦੇ ਨਾ, ਉਹ ਜਿਹੜਾ ਚੰਗੇ ਪਾਸੇ ਉਹ ਸਮਾਂ ਲੱਗ ਜਾਂਦਾ ਹੈ, ਉਹ ਉਹਨਾਂ ਦੀ ਜ਼ਿੰਦਗੀ ਨੂੰ ਅੱਗੇ ਵਧਾਉਣ ਵਿੱਚ ਸਹਾਇਤਾ ਵੀ ਕਰਦਾ। ਸਲੋਗਨ ਲਿਖੇ ਹੁੰਦੇ ਆ, ਬੇਟੀ ਬਚਾਓ ਬੇਟੀ ਪੜ੍ਹਾਓ, ਬੇਟਾ ਸਮਝਾਓ ਬੇਟਾ ਪੜ੍ਹਾਓ, ਅਗਰ ਹੋਣ ਤਾਂ ਮੈਨੂੰ ਲੱਗ ਰਿਹਾ ਜ਼ਿਆਦਾ ਹੈ, ਕਿਉਂਕਿ ਲੜਕੀਆਂ ਨੂੰ ਅਸੀਂ ਇੰਨੀ ਖੁੱਲ੍ਹ ਨਹੀਂ ਦਿੰਦੇ। ਅਸੀਂ ਨਹੀਂ ਕਿਤੇ ਦੇਖਿਆ ਕਿ ਪਹਿਲੇ ਲੜਕੀਆਂ ਨਸ਼ਾ ਕਰਦੀਆਂ ਸੀ, ਹੁਣ ਤਾਂ ਲੜਕੀਆਂ ਵੀ ਨਸ਼ੇ ਦੀ ਗ੍ਰਿਫਤ ਦੇ ਵਿੱਚ ਨੇ, ਉਨਾ ਹੀ ਨਸ਼ਾ ਲੜਕੀਆਂ ਵੀ ਕਰ ਰਹੀਆਂ ਨੇ, ਲੜਕੇ ਵੀ ਕਰ ਰਹੇ ਨੇ, ਮਤਲਬ ਸਮਾਜ ਕਿਸ ਵੱਲ ਜਾ ਰਿਹਾ ਇਹ ਤਾਂ ਅਸੀਂ ਕਹਿ ਨਹੀਂ ਸਕਦੇ। ਪਰ ਹਾਂ, ਜੇ ਕੋਈ ਤੁਹਾਡਾ ਸ਼ੌਕ ਹੈ, ਤੁਹਾਡਾ ਕਿਸੇ ਚੀਜ਼ ਨੂੰ ਲੈ ਕੇ ਇੰਟਰਸਟ ਹੈ, ਤਾਂ ਹੋ ਸਕਦਾ ਤੁਹਾਡਾ ਦਿਮਾਗ ਜਾਂ ਤੁਹਾਡੇ ਧਿਆਨ ਉੱਧਰ ਨਾ ਜਾਵੇ। ਤੁਸੀਂ ਲਿਖਣਾ ਚਾਹੁੰਦੇ ਸੀ, ਬੜਾ ਸੋਹਣਾ ਲਿਖਦੇ ਸੀਗੇ, ਹੁਣ ਕੀ ਕਰਦੇ ਪਏ ਹੋ, ਲਿਖਣ ਵੱਲ ਫਿਰ ਤੋਂ ਧਿਆਨ ਗਿਆ? ਮੈਡਮ, ਮੈਨੂੰ ਪਹਿਲਾਂ ਤਾਂ ਮੈਂ ਏਸੀ ਵਹਿਮ ਵਿੱਚ ਨਸ਼ਾ ਕਰਦਾ ਰਿਹਾ, ਮੈਨੂੰ ਨਸ਼ੇ ਤੋਂ ਬਗੈਰ ਲਿਖਿਆ ਨਹੀਂ ਜਾਣਾ। ਅੱਛਾ। ਤੇ ਮੈਨੂੰ ਇਹ ਵਹਿਮ ਬਹੁਤ ਵੱਡਾ ਸੀ ਮੇਰੇ, ਕਿਉਂਕਿ ਉਹ ਮੇਰਾ ਸ਼ੌਂਕ ਸੀ ਨਾ, ਤੇ ਪਰ ਜਦੋਂ ਮੈਂ ਨਸ਼ਾ ਛੱਡਿਆ, ਮੈਂ ਉਦੋਂ ਬਾਅਦ ਚੋਂ ਇੱਕ ਗੀਤ ਲਿਖਿਆ, ਉਹ ਹੈਰੀਤ ਨੂੰ ਆ ਜੀ, ਇਹਨਾਂ ਨੇ ਕੰਗਣਾ ਤੇ ਗੀਤ ਗਾਇਆ ਸੀ, ਇਦਣ ਕੰਗਣਾ ਵਾਲਾ ਐਕਸੀਡੈਂਟ ਨਹੀਂ ਹੋਇਆ ਸੀ ਏਅਰਪੋਰਟ ਤੇ, ਉਦਣ ਹੀ ਗੀਤ ਨਹੀਂ ਆ ਕੇ ਗਿਆ ਸੀ, ਬਹੁਤ ਵਾਇਰਲ ਹੋਇਆ ਸੀ ਸਰਦਾਰ ਜੀ ਦਾ ਹੈਰੀਤ ਨੂੰ ਆਪਾਂ, ਉਹਨਾਂ ਨੇ ਆਪਣਾ ਗੀਤ ਗਾਉਣਾ ਵਾ, ਉਹਨੇ ਟੇਪ 'ਚ ਪਾ ਤਾ, ਤੇ ਉਹ ਜੇ ਕਹਿੰਦੇ ਤਾਂ ਮੈਂ ਚਾਰ ਬੋਲ ਸੁਣਾ ਵੀ ਦਿੰਦਾ। ਉਹ ਗੀਤ ਹੈਗਾ ਜੀ, ਬਲੇਮ ਨੀਲੀ ਛੱਤ ਵਾਲੇ ਨੂੰ ਦੇਣੇ ਛੱਡ ਦਿਓ, ਮਾਲਕ ਨਹੀਂ ਹੈ ਸੁਣਦਾ ਇਹ ਗੱਲ ਦਿਲ ਚੋਂ ਕੱਢ ਦਿਓ, ਬੁਰੇ ਵਕਤ ਤੇ ਆਪੇ ਮਿੱਤਰੋ ਟਲਦੇ ਰਹਿੰਦੇ ਨੇ, ਅਪ ਡਾਊਨ ਤੇ ਜ਼ਿੰਦਗੀ ਦੇ ਵਿੱਚ ਚੱਲਦੇ ਰਹਿੰਦੇ ਨੇ, ਅਪ ਡਾਊਨ ਤੇ ਜ਼ਿੰਦਗੀ ਦੇ ਵਿੱਚ ਚੱਲਦੇ ਰਹਿੰਦੇ ਨੇ। ਇਹ ਗੀਤ ਆ ਰਿਹਾ ਆਪਣਾ ਹਫ਼ਤੇ ਜਾਂ ਦਸਾਂ ਦਿਨਾਂ ਦੇ ਵਿੱਚ ਵਿੱਚ ਰਿਲੀਜ਼ ਹੋ ਜਾਊਗਾ ਜੀ। ਤੁਹਾਡੇ ਕਿੰਨੇ ਬੱਚੇ ਨੇ? ਮੇਰੇ ਦੋ ਜੀ, ਬੇਟਾ ਬੇਟੀ। ਬੇਟਾ ਬੇਟੀ ਨੇ, ਤੇ ਉਹਨਾਂ ਨੂੰ ਆਉਣ ਵਾਲੀ ਜ਼ਿੰਦਗੀ ਕਿੱਦਾਂ ਦੀ ਦੇਣਾ ਚਾਹੁੰਦੇ ਹੋ, ਕੀ ਸੋਚਦੇ ਉਹਨਾਂ ਦੇ ਬਾਰੇ? ਕਿਉਂਕਿ ਤੁਸੀਂ ਪਹਿਲੇ ਜਿੱਦਾਂ ਆਪਣੇ ਮਾਂ ਪਿਓ ਦੇ ਨਾਲ ਕੀਤੀਆਂ ਨੇ, ਸੋਚਦਾ ਨਾ ਬੰਦਾ ਕਿ ਆਪਣੇ ਬੱਚੇ ਨੂੰ ਉੱਦਾਂ ਦੇ ਸੰਸਕਾਰ ਉਹ ਮੇਰੇ ਨਾਲ ਇੱਦਾਂ ਨਾ ਕਰੇ ਕਿਤੇ ਨਾ ਕਿਤੇ। ਕੀ ਸੋਚਿਆ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਬਾਰੇ? ਜੀ ਇੱਦਾਂ ਮੈਂ ਹੁਣ ਨਾ, ਜਦੋਂ ਬੱਚੇ ਜਿੱਦਾਂ ਇੱਦਾਂ ਸਿਆਣੇ ਹੋਈ ਜਾਂਦੇ ਨਾ, ਮੁੰਡਾ ਹੁਣ ਕੱਲ ਨੂੰ ਮੁੰਡਾ ਬਰਾਬਰ ਦਾ ਹੋ ਗਿਆ, ਮੁੜ ਕੇ ਮੇਰੀ ਧੌਣ ਤੇ ਗੁੱਡਾ ਫਿਰੂਗਾ, ਠੀਕ ਹੈ ਜੀ, ਹਜੇ ਤਾਂ ਉਹ ਹੈ ਨਹੀਂ, ਇੰਨੇ ਛੋਟਾ ਆ 9-10 ਸਾਲਾਂ ਦਾ ਨਾ, ਤੇ ਉਹ ਵੀ ਚੀਜ਼ਾਂ ਮੈਂ ਸੋਚਦਾ ਹੁੰਦਾ ਯਾਰ, ਪਹਿਲਾਂ ਸੁਧਰੀਏ ਨਿਆਣੇ ਨੂੰ, ਮੈਂ ਕਿੱਦਾਂ ਕੱਲ ਨੂੰ ਰੋਕੂਗਾ, ਕੱਲ ਨੂੰ ਜੇ ਉਹ ਕੋਈ ਗਲਤੀ ਕਰਦਾ ਆ ਤੇ ਮੈਂ ਉਹਨੂੰ ਕਿਹੜੇ ਮੂੰਹ ਨਾਲ ਕਹਿ ਦੂੰਗਾ ਭਾਈ ਵੀ ਆਹ ਚੀਜ਼ ਤੂੰ ਗਲਤ ਕਰਨ ਡਿਆ, ਜੇ ਮੈਂ ਆਪ ਹੀ ਉਹ ਸਾਰਾ ਕੁਛ ਕਰ ਰਿਹਾ ਹੋਵਾਂ। ਤੇ ਇੱਕ ਮਨ ਵਿੱਚ ਇਹ ਵੀ ਹੁੰਦਾ ਯਾਰ ਕਿਤੇ ਇੱਦਾਂ ਨਾ ਹੋਵੇ, ਜਿਹੜੇ ਦੁੱਖ ਮੈਂ ਮਾਪਿਆਂ ਨੂੰ ਦਿੱਤੇ ਆ, ਗਾਂਹ ਮਹੀਨਾ ਵੀ ਇੱਦਾਂ ਹੀ ਹੋਵੇ। ਫਿਰ ਮਾਲਕ ਅੱਗੇ ਅਰਦਾਸ ਕਰੀਦੀ ਆ, ਮਾਲਕਾ ਪਤਾ ਨਹੀਂ ਕਿਹੜੀਆਂ ਭੁੱਲਾਂ ਸੀ ਜਿਹੜੀਆਂ ਸਾਡੇ ਕੋਲ ਹੁੰਦੀਆਂ ਰਹੀਆਂ ਹਨਾ, ਤੇ ਹੁਣ ਤੂੰ ਵੀ ਕਿਰਪਾ ਕਰੀ ਗਾਂਹ ਵਾਲੀ ਆਉਣ ਵਾਲੀ ਪੀੜ੍ਹੀ, ਇਕੱਲੇ ਮੇਰੇ ਬੱਚਿਆਂ ਨੂੰ ਨੀ, ਸਾਰੇ ਪੰਜਾਬ ਦੇ ਬੱਚਿਆਂ ਨੂੰ ਪਰਮਾਤਮਾ ਸਮੱਤ ਬਖਸ਼ੀ, ਬਈ ਕਿਸੇ ਦਾ ਪੁੱਤ ਨਸ਼ਾ ਨਾ ਕਰੇ। ਬਾਕੀ ਕੋਈ ਕਮੀ ਪੇਸ਼ੀ ਹੁੰਦੀ ਉਹ ਦੂਰ ਹੋ ਜਾਂਦੀ ਹੁੰਦੀ, ਜਿਹੜੇ ਬੱਚੇ ਨਸ਼ਾ ਕਰਨ ਲੱਗ ਪੈਂਦੇ ਨਾ, ਉਹ ਫਿਰ ਉਹਦੇ ਵਿੱਚ ਜੇ 99 ਗੁਣ ਵੀ ਹੋਣ ਹਨਾ, ਉਹਦਾ ਇੱਕ ਐਬ ਉਹਦੇ 99 ਗੁਣ ਦਬਾ ਲੈਂਦਾ। ਸੋਸ਼ਲ ਮੀਡੀਆ ਤੇ ਬਹੁਤ ਫੇਮਸ ਹੋ ਤੁਸੀਂ, ਰੀਲਸ ਪਾਉਂਦੇ ਹੋ, ਕਿੱਥੋਂ ਆਈਡੀਆ ਆਇਆ ਕਿ ਆਪਣੀ ਕਹਾਣੀ ਵੀ ਉੱਥੇ ਦੱਸਦੇ ਹੋ? ਮੈਡਮ, ਕਹਾਣੀ ਮੈਂ ਹਜੇ ਉਸ ਚੈਨਲ ਤੇ ਜਿੱਦਾਂ ਆਪਣੇ ਵਾਲੇ ਤੇ ਨਹੀਂ ਪਾਉਣ ਲੱਗਾ, ਤੇ ਪਰ ਮੈਂ ਉੱਥੇ ਜਿੱਦਾਂ ਮਤਲਬ ਮੈਂ ਆਪਣੇ ਨੂੰ ਬਿਜ਼ੀ ਰੱਖਣ ਦੀ ਕੋਸ਼ਿਸ਼ ਕਰਦਾ, ਜਿੱਦਾਂ ਕੋਈ ਝੋਨੇ ਦੀ ਗੱਲ ਆ, ਜਿੱਦਾਂ ਮੈਂ ਹੁਣ ਉੱਥੇ ਇਹ ਵੀਡੀਓ ਪਾਉਣ ਡਿਆ ਵੀ ਜਿਹੜਾ ਝੋਨੇ ਦੀ ਬਿਜਾਈ ਆ ਉਹ ਪਨੀਰੀ ਵਾਲੀ ਨਾ ਕਰੋ, ਸਿੱਧੀ ਬਿਜਾਈ ਕਰੋ, ਉਹਦੇ ਨਾਲ ਪੰਜਾਬ ਦਾ 80% ਪਾਣੀ ਬਚ ਜਾਊਗਾ। ਮੈਂ ਉਸ ਚੀਜ਼ ਲਈ ਵੀ ਜਾਗਰੂਕ ਕਰਦਾ, ਉੱਤੇ ਵੀਡੀਓ ਪਾਉਂਦਾ। ਫਿਰ ਜਦੋਂ ਕਿਸੇ ਨੇ ਕੋਈ ਚੰਗੀ ਚੀਜ਼ ਕੀਤੀ ਹੋਵੇ, ਮਤਲਬ ਕਿਸੇ ਨੂੰ ਕੋਈ ਸਿੱਖਣ ਵਾਲੀ ਚੀਜ਼ ਹੋਵੇ, ਉੱਤੇ ਵੀ ਵੀਡੀਓ ਪਾਉਂਦਾ। ਫਿਰ ਮੈਂ ਸ਼ੁਕਲ ਮੇਲੇ ਵਾਲੀਆਂ ਵੀਡੀਓ ਹਸਾਉਣ ਵਾਲੀਆਂ, ਕਿਉਂਕਿ ਲੋਕਾਂ ਵਿੱਚ ਸਟ੍ਰੈਸ
ਬਹੁਤ ਆ ਨਾ, ਤੇ ਮੈਨੂੰ ਇਹ ਹੁੰਦਾ ਚਲੋ ਮੇਰੀ ਕਿਸੇ ਗੱਲ ਨਾਲ ਕਿਸੇ ਨੂੰ ਖੁਸ਼ੀ ਮਿਲ ਜਾਵੇ, ਉਹਦੇ ਨਾਲ ਪਰਮਾਤਮਾ ਸ਼ਾਇਦ ਮੇਰੇ ਕਰਮ ਬਦਲ ਦੇਵੇ ਜਿਹੜੇ ਮੇਰੇ ਮਾੜੇ ਕਰਮ ਕੀਤੇ ਹੋਏ ਆ ਨਾ, ਮਤਲਬ ਚੰਗਾ ਕਰ ਰਹੇ ਹਾਂ ਹੁਣ, ਚੰਗਾ ਬੀਜ ਬੀਜਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਸ਼ਾਇਦ ਉਹਦੇ ਵਿੱਚ ਕੋਈ ਚੰਗੀ ਚੀਜ਼ ਹੀ ਉੱਭਰ ਕੇ ਸਾਹਮਣੇ ਆ ਜਾਵੇ ਹੈ ਨਾ, ਤੇ ਤਾਂ ਕਰਕੇ ਹਸਾਉਣ ਵਾਲੀਆਂ ਮੋਟੀਵੇਸ਼ਨਲ ਕੋਈ ਸਿੱਖਿਆ ਵਾਲੀ ਵੀਡੀਓ ਹੋਵੇ, ਇੱਦਾਂ ਦੀਆਂ ਚੀਜ਼ਾਂ ਮੈਂ ਪਾਉਂਦਾ ਰਹਿੰਦਾ ਫੇਸਬੁੱਕ ਤੇ ਯੂਟਿਊਬ ਤੇ ਇੰਸਟਾ ਤੇ ਪਾਉਂਦੇ ਰਹੀਦਾ, ਤੇ ਇੰਸਟਾ ਤੇ ਜ਼ਿਆਦਾ ਮੈਂ ਜੀ ਦੇਖੋ ਮੈਂ ਤੁਹਾਨੂੰ ਤਰਾਸਦੀ ਦੀ ਗੱਲ ਦੱਸਦਾ, ਮੈਂ ਇੰਨੀ ਇੰਨੀ ਡੂੰਘੀ ਸ਼ਾਇਰੀ ਪਾ ਕੇ ਦੇਖੀ ਨਾ ਇੰਸਟਾ ਤੇ, ਉਹਨਾਂ ਦੇ ਵਿਊ ਕਿੰਨੇ ਹੁੰਦੇ ਹੁੰਦੇ ਜੀ 200-250, ਜਿੱਦਣ ਦੀਆਂ ਮੈਂ ਸ਼ੁਕਲ ਮੇਲੇ ਵਾਲੀਆਂ ਪਾਉਣ ਲੱਗਾ ਇੱਕ ਵੀਡੀਓ ਪਾਈ ਨੂੰ ਹਜੇ ਮੈਂ 4 ਦਿਨ ਹੋਏ ਆ, ਉਹ 4.5 ਲੱਖ ਹੋ ਗਈ ਆ ਵਿਊ ਉਹਦੇ 4 ਦਿਨਾਂ 'ਚ, ਤੇ ਉਹ ਜਿੱਦਾਂ ਮਤਲਬ ਲੋਕੀ ਵੀ ਪਤਾ ਨਹੀਂ ਕੀ ਗੱਲ ਹੈ ਇੱਦਾਂ ਦੀਆਂ ਚੀਜ਼ਾਂ ਮਤਲਬ ਦੇਖਣ ਲੱਗ ਪਏ ਆ, ਤੇ ਅਸੀਂ ਵੀ ਹੁਣ ਜਿੱਦਾਂ ਦੇ ਦੁਨੀਆਂ ਕਹਿੰਦੀ ਆ ਉੱਦਾਂ ਦੇ ਹੋਈ ਜਾਂਦੇ ਹਾਂ, ਕਹਿੰਦੇ ਤੁਸੀਂ ਸਟਾਰ, ਕਿਸੇ ਨੂੰ ਪੁੱਛ ਲਿਆ ਕਿਸੇ ਨੇ ਕਹਿੰਦਾ ਤੂੰ ਭਾਈ ਸਟਾਰ ਕਿੱਦਾਂ ਬਣਿਆ, ਕਹਿੰਦਾ ਮੈਂ ਸਟਾਰ ਇੱਦਾਂ ਬਣਿਆ ਦੁਨੀਆਂ ਕਹਿੰਦੀ ਹੁੰਦੀ ਸੀ ਜਿਹੜਾ ਬੰਦਾ ਸਟਾਰ ਹੋਵੇ ਉਹਨੂੰ ਆਹ ਵਾਲੀ ਚੀਜ਼ ਤੋਂ ਬਚਣਾ ਚਾਹੀਦਾ, ਆਹ ਵਾਲੀ ਚੀਜ਼ ਕਰਨੀ ਚਾਹੀਦੀ, ਉਹ ਮੈਂ ਉੱਦਾਂ ਉੱਦਾਂ ਕਰਦਾ ਰਿਹਾ ਜੋ ਦੁਨੀਆਂ ਕਹਿੰਦੀ ਸੀ ਮੈਂ ਸਟਾਰ ਬਣ ਗਿਆ। ਮੁੰਡੀ ਜੀ ਫਾਦਰ ਸਾਹਿਬ ਚਲੇ ਗਏ ਨੇ, ਬੜਾ ਦੁੱਖ ਲੱਗਦਾ ਕਿਉਂਕਿ ਮਾਂ ਬਾਪ ਦਾ ਜਾਣਾ ਨਾ ਇੱਕ ਕਹਿ ਸਕਦੇ ਇੱਕ ਸਦੀ ਖਤਮ ਹੋ ਜਾਂਦੀ ਬੱਚੇ ਵਾਸਤੇ, ਕਿਉਂਕਿ ਜਿਹੜਾ ਬਚਪਨਾ ਨਾ ਉਹ ਮਾਂ ਬਾਪ ਦੇ ਹੁੰਦੇ ਹੀ ਮਾਣ ਸਕਦੇ, ਤੁਸੀਂ 40 ਸਾਲ ਦੇ ਹੋ ਜਾਓ ਮਾਂ ਨੂੰ ਰੁਸ ਕੇ ਦਿਖਾ ਸਕਦੇ ਹੋ, ਬਾਪ ਤੋਂ ਆਪਣੀ ਇੱਛਾ ਉਸ ਵੇਲੇ ਵੀ ਪੂਰੀ ਕਰਵਾ ਸਕਦੇ ਹੋ, ਜਦੋਂ ਚਲੇ ਜਾਂਦੇ ਨੇ ਤਾਂ ਇੱਕ ਸਦੀ ਖਤਮ ਹੋ ਜਾਂਦੀ ਹੈ, ਬਚਪਨੇ ਦਾ ਖਤਮ ਹੋ ਜਾਣਾ ਕਹਿ ਸਕਦੇ ਹਾਂ ਅਸੀਂ। ਹੁਣ ਮਾਤਾ ਜੀ ਤੁਹਾਡੇ ਨਾਲ ਨੇ, ਹੁਣ ਜਦੋਂ ਉਹਨਾਂ ਨੂੰ 23 ਸਾਲ ਦੇ ਵਿੱਚ ਜੋ ਤੁਸੀਂ ਕੀਤਾ ਹੁਣ ਤੁਸੀਂ ਖੁਸ਼ੀਆਂ ਦੇਣ ਦੀ ਕੋਸ਼ਿਸ਼ ਕਰਦੇ ਹੋ, ਕੁਛ ਬਦਲਾਅ ਉਹਨਾਂ ਦੇ ਸੁਭਾਅ ਦੇ ਵਿੱਚ ਆਇਆ ਫਾਦਰ ਸਾਹਿਬ ਨੂੰ ਯਾਦ ਕਰਦੇ? ਮੈਡਮ ਫਾਦਰ ਸਾਹਿਬ ਨੂੰ ਤਾਂ ਮੇਰੇ ਇੱਕ ਹਨਾ ਯਾਦ ਕਰ ਦਿਲ ਵਿੱਚ ਮਲਾਲ ਰਹਿੰਦਾ ਵੀ ਆਹ ਦਿਨ ਦੇਖਣ ਲਈ ਮੇਰਾ ਡੈਡੀ ਜਿੰਦਾ ਨਹੀਂ ਰਿਹਾ, ਇਸ ਚੀਜ਼ ਦਾ ਮੈਨੂੰ ਦੁੱਖ ਆਖਰੀ ਸਾਹ ਤੱਕ ਰਹਿਣਾ ਵੀ ਰੱਬਾ ਉਹਨੂੰ ਮੇਰੇ ਭਾਵੇਂ ਡੈਡੀ ਨੂੰ 2-4 ਦਿਨ ਦੇ ਸਾਹ ਉਦਾਂ ਦੇ ਹੁੰਦਾ ਜਿਹੜਾ ਮੈਨੂੰ ਨਸ਼ੇ ਤੋਂ ਬਗੈਰ ਦੇਖ ਲੈਂਦਾ, ਕਿਉਂਕਿ ਉਹ ਨਿੱਕੇ ਹੁੰਦੇ ਤੋਂ ਉਹ ਕਲਪਦੇ ਰਹਿ ਦੁਖੀ ਰਹਿ ਹਾਏ ਮੇਰਾ ਪੁੱਤ ਇਕੱਲਾ ਇਕੱਲਾ ਪੁੱਤ ਨਸ਼ੇ ਤੇ ਲੱਗ ਗਿਆ ਨਾ, ਤੇ ਫਿਰ ਮੈਂ ਉਹਦੇ ਵਿੱਚੋਂ ਵੀ ਪੋਜ਼ਿਟਿਵ ਚੀਜ਼ ਲੱਭ ਲੈਣਾ, ਫਿਰ ਮੈਂ ਇਹ ਸੋਚ ਲੈਣਾ ਵੀ ਚਲੋ ਪਰਮਾਤਮਾ ਨੇ ਉਹਨਾਂ ਦੇ ਜਿੰਨੇ ਸਵਾਸ ਲਿਖੇ ਸੀ ਉਹ ਆਪਣੇ ਭੋਗ ਕੇ ਚਲ ਗਏ, ਹੁਣ ਮਾਂ ਕੋਲ ਹੈਗੀ ਆ ਚਲੋ ਉਹਨੂੰ ਹੀ ਸੁੱਖ ਦੇ ਦਈਏ, ਮਤਲਬ ਬੰਦੇ ਦਾ ਤਰੀਕਾ ਹੈ ਨਾ ਕੋਈ ਵੀ ਚੀਜ਼ ਹੈ ਤੁਸੀਂ ਉਹਨੂੰ ਕਿੱਦਾਂ ਲੈਂਦੇ ਆ, ਇਨਸਾਨ ਜਿਹੜਾ ਅੱਗੇ ਉਹੀ ਵੱਧਦਾ ਜਿਹੜਾ ਹਰੇਕ ਚੀਜ਼ ਚੋਂ ਪੋਜ਼ਿਟਿਵ ਚੀਜ਼ ਲੱਭਦਾ, ਹੁਣ ਮੈਂ ਕੋਈ ਨੈਗੇਟਿਵ ਚੀਜ਼ ਚੱਕ ਲਵਾਂ ਮੇਰੇ ਅੰਦਰ ਮਨ ਤੇ ਬੋਝ ਪੈ ਗਿਆ ਉਹ ਮੈਂ ਸੋਚੀ ਜਾਵਾਂ ਮੁੜ ਕੇ ਮੈਂ ਟੈਨਸ਼ਨ ਲੈਣ ਕੇ ਨਸ਼ਾ ਕਰ ਲਵਾਂ, ਮੈਨੂੰ ਉਹ ਨੈਗੇਟਿਵਿਟੀ ਨੇ ਕੀ ਤਾਰਨਾ ਤੇ ਮੈਂ ਉਹਨੂੰ ਕਰਨਾ ਵੀ ਕੀ ਇਦਾਂ ਦੀ ਨੈਗੇਟਿਵਿਟੀ ਨੂੰ ਰੱਖ ਕੇ, ਆਪਾਂ ਜੇ ਕੋਈ ਹੋਵੇ ਵੀ ਕਿਸੇ ਨਾਲ ਗੱਲਬਾਤ ਇੱਦਾਂ ਨਾ ਮੈਂ ਕਦੇ ਮਨ 'ਚ ਰੱਖੀ ਨਹੀਂ, ਆਪਾਂ ਉਹ ਮਰੀ ਦੀ ਕੱਢ ਕੇ ਬਾਹਰ ਜਿਹਨੇ ਜਿੱਦਾਂ ਦਾ ਬੀਜਣਾ ਮੈਡਮ ਉਦਾਂ ਦਾ ਵੱਢ ਲੈਣਾ, ਆਪਾਂ ਆਪਣਾ ਸਹੀ ਬੀਜੀਏ, ਅੱਗੇ ਹੀ ਅਸੀਂ ਮਾੜੇ ਕਰਮ ਬਹੁਤ ਕੀਤੇ ਹੁਣ ਜਿਹੜੇ ਬਚੀ ਜ਼ਿੰਦਗੀ ਆ ਉਹਦੇ ਵਿੱਚ ਤੇ ਚੰਗੇ ਕਰ ਲਈਏ। ਹੁਣ 10 ਪਰਿਵਾਰਾਂ ਦਾ ਪਿੰਡ ਵਿੱਚ ਜੀ ਰਾਸ਼ਨ ਲਵਾਇਆ ਜਿਹਨਾਂ ਦੇ ਘਰ ਕੋਈ ਕਮਾਉਣ ਵਾਲਾ ਹੈ ਨਹੀਂਗਾ, ਉਹ ਸੇਵਾ ਕਰਦੇ ਆ, ਮਤਲਬ ਆਪਣੇ ਵੱਲੋਂ ਹੁਣ ਵਧੀਆ ਬੂਟੇ ਲਾਈਦੇ ਆ, ਹਾਂਜੀ ਬੂਟੇ ਲਾਈਦੇ ਆ, ਰੁੱਖ ਲਾਈਦੇ ਆ, ਮਤਲਬ ਚੰਗੇ ਪਾਸੇ ਨੂੰ ਤੁਰੇ ਆ, ਪਰ ਪਿੰਡ ਚ ਬਾਕੀ 1-2 ਬੰਦੇ ਇਦਾਂ ਦੇ ਵੀ ਹੁੰਦੇ ਆ ਜਿਹੜੇ ਤੁਹਾਡੀ ਹਰੇਕ ਚੀਜ਼ ਤੋਂ ਖਿੱਚਦੇ ਹੁੰਦੇ ਆ, ਉਹਨਾਂ ਨੇ ਆਪਣਾ ਕੰਮ ਕਰਨਾ ਅਸੀਂ ਆਪਣਾ ਕੰਮ ਕਰਨਾ, ਉਹ ਵੀ ਖੁਸ਼ ਰਹਿਣ ਅਸੀਂ ਆਪਣੀ ਤਾਂ ਖੁਸ਼ ਆ, ਆਨੰਦ ਲੈਣ ਜ਼ਿੰਦਗੀ ਦੇ, ਜਿੱਦਾਂ ਜੂਨੀ ਬਾਬਾ ਨੀ ਕਹਿੰਦਾ ਆਨੰਦ ਲਓ, ਆਨੰਦ ਲੈਣਾ ਹੈ, ਆਨੰਦ ਲੈ। ਸਮਾਜਿਕ ਸੇਵਾ ਕਰ ਰਹੇ ਹੋ, ਸਮਾਜ ਸੇਵਾ ਕਰ ਰਹੇ ਹੋ ਤੁਸੀਂ, ਹੈਨਾ, ਸਮਾਜ ਸੇਵਾ ਕਿਸ ਕਿਸ ਤਰ੍ਹਾਂ ਦੀ ਕਰਦੇ? ਤਾਂ ਬੂਟੇ ਲਾਉਂਦੇ ਹੋ, ਰਾਸ਼ਨ ਵਗੈਰਾ ਪਵਾ ਦਿੰਦੇ ਹੋ, ਤੇ ਹੋਰ ਕੀ ਕੁਛ ਕਰ ਰਹੇ ਹੋ, ਫਿਊਚਰ ਦੇ ਵਿੱਚ ਕੀ ਪਲਾਨ ਨੇ ਤੁਹਾਡੇ? ਮੈਡਮ ਫਿਊਚਰ ਵਿੱਚ ਇੱਦਾਂ ਨਾ ਮੈਂ ਚਾਹੁੰਦਾ ਵੀ ਸਾਡੇ ਏਰੀਆ ਵਿੱਚ ਨਾ
ਕੋਈ ਪ੍ਰਬੰਧ ਕਰਕੇ ਜੋ 4-5 ਵਧੀਆ ਬੰਦੇ ਮੇਰੇ ਨਾਲ ਜੁੜ ਜਾਣ ਤੇ ਅਸੀਂ ਇੱਥੇ ਮੀਟਿੰਗਾਂ ਦਾ ਅਰੇਂਜਮੈਂਟ ਕਰੀਏ, ਜਿਹੜੇ ਬੰਦੇ ਨਸ਼ਾ ਛੱਡਣਾ ਚਾਹੁੰਦੇ ਆ ਜਾਂ ਜਿਹਨਾਂ ਨੇ ਛੱਡਿਆ, ਹਫ਼ਤੇ 'ਚ 1 ਜਾਂ 2 ਦਿਨ ਇੱਦਾਂ ਦੇ ਰੱਖ ਲਈਏ ਵੀ ਅਸੀਂ ਉੱਥੇ ਬਹਿ ਕੇ ਤਾਂ ਆਪਣੀ ਸ਼ੇਅਰਿੰਗ ਕਰਿਆ ਕਰੀਏ ਇੱਕ ਦੂਜੇ ਨਾਲ, ਵੀ ਜਿਹਦੇ ਵਿੱਚੋਂ ਨਵੇਂ ਬੰਦੇ ਨੂੰ ਵੀ ਕੁਛ ਸਿੱਖਣ ਨੂੰ ਮਿਲੇ ਤੇ ਦੂਜੇ ਬੰਦੇ ਨੂੰ ਵੀ ਕੁਛ ਮਤਲਬ ਉਹ ਤੋਂ ਸਿੱਖਣ ਨੂੰ ਮਿਲੇ, ਹੈਨਾ, ਗਿਆਨ ਵਧਾਉਣ ਦਾ ਹੀ ਵਾਧਾ ਆ ਤੇ ਅਸੀਂ ਉਹ ਯਤਨ ਵਿੱਚ ਲੱਗੇ ਹਾਂ ਵੀ ਦੀਵੇ ਨਾਲ ਦੀਵਾ ਲਾ ਕੇ ਚਾਨਣ ਨੂੰ ਹੋਰ ਵਧਾ ਲਈਏ, ਬਿਲਕੁਲ, ਤੇ ਉਸ ਯਤਨ ਵਿੱਚ ਲੱਗੇ ਹਾਂ ਤੇ ਬਾਕੀ ਦੇਖਦੇ ਹਾਂ। ਬਾਕੀ ਪਰਮਾਤਮਾ ਦੇ ਹੱਥ ਵਿੱਚ ਸਟੇਅਰਿੰਗ ਫੜਾਇਆ ਹੁਣ ਤੇ ਜੀ, ਜਦੋਂ ਦੇ ਨਸ਼ੇ ਛੱਡੇ ਆ ਉਹਨੂੰ ਇਹੀ ਅਰਦਾਸ ਕਰੀ ਦੀ, ਜਿੱਦਣ ਮੋੜ ਨਾ ਮੋੜੀ ਚੱਲ ਅਸੀਂ ਤੁਰੇ ਜਾਂਦੇ ਹਾਂ, ਜਿੱਦਣ ਨੂੰ ਕਰਨਾ ਕਰੀ ਚੱਲ। ਬਹੁਤ ਸਾਰੇ ਨੌਜਵਾਨ ਇਸ ਵੇਲੇ ਤੁਹਾਨੂੰ ਸੁਣ ਰਹੇ ਨੇ ਤੇ ਬੜੇ ਧਿਆਨ ਦੇ ਨਾਲ ਸੁਣਦੇ ਹੋਣਗੇ, ਕਿਉਂਕਿ ਕਿਤੇ ਨਾ ਕਿਤੇ ਆਪਣੇ ਆਪ ਨੂੰ ਰਿਲੇਟ ਕਰਨਾ ਤੁਹਾਡੇ ਨਾਲ, ਤੁਹਾਨੂੰ ਕਿਤੇ ਜੋ ਨਸ਼ਾ ਕਰਦੇ ਨੇ ਉਹ ਆਪਣੇ ਅੰਦਰ ਮੋਂਟੀ ਨੂੰ ਦੇਖ ਰਹੇ ਹੋਣਗੇ, ਕੁਛ ਕਹਿਣਾ ਚਾਹੋਗੇ ਉਹਨਾਂ ਨੂੰ? ਮੈਂ ਮੈਡਮ ਇਹੀ ਕਹਿਣਾ ਚਾਹੁੰਦਾ ਵੀ ਭਾਵੇਂ ਅਸੀਂ ਘਰੋਂ ਸਰਦੇ ਵੀ ਸੀ ਪਰ ਫਿਰ ਵੀ ਕਈ ਵੇਲੇ ਇਦਾਂ ਦਾ ਸਮਾਂ ਆ ਜਾਂਦਾ ਸੀ ਜਦੋਂ ਕਿਤੇ ਕੂਲ ਲਿਪ ਕੋਲ ਮੁੱਕ ਜਾਣੀ ਹੈ ਨਾ, ਤੇ ਉਹ ਕੂਲ ਲਿਪ ਦਾ ਪੇਜ ਪਾੜ ਕੇ ਰੋਲ ਕਰਕੇ ਤੇ ਉਹੀ ਲਾ ਕੇ ਰਾਤ ਨੂੰ ਗੁਜ਼ਾਰਾ ਕਰ ਲੈਣਾ, ਮਤਲਬ ਇੱਦਾਂ ਦੇ ਹਾਲਾਤ ਨਸ਼ਾ ਲਿਆ ਦਿੰਦਾ। ਤੇ ਤੁਸੀਂ ਚੰਗੇ ਘਰ ਚੋਂ ਹੋਵੋ ਭਾਵੇਂ ਤੁਸੀਂ ਜਿੱਦਾਂ ਦੇ ਮਰਜ਼ੀ ਘਰ ਚੋਂ ਹੋਵੋ ਤੁਹਾਡੇ ਇੱਦਾਂ ਦੇ ਹਾਲਾਤ ਬਣ ਜਾਂਦੇ ਆ, ਮਤਲਬ ਇਹਨਾਂ ਚੀਜ਼ਾਂ ਵਿੱਚੋਂ ਨਿਕਲਣ ਲਈ। ਅੱਜ ਉਹੀ ਮੋਂਟੀ ਆ, 10.5 ਮਹੀਨੇ ਹੋ ਗਿਆ ਜਿਹੜਾ 1-1.5 ਲੱਖ ਦਾ ਹੁਣ ਮੈਂ ਸੋਨਾ ਪਾਈ ਫਿਰਦਾ, ਉਹ ਮਤਲਬ ਚੀਜ਼ਾਂ ਕਿੱਦਾਂ ਹੋਈਆਂ, ਮੈਂ ਆਪਣੇ ਆਪ ਨੂੰ ਬਦਲਿਆ, ਮੈਂ ਆਪਣੇ ਆਪ ਨੂੰ ਬਦਲਿਆ, ਜਿਹੜੀਆਂ ਚੀਜ਼ਾਂ ਮੇਰੇ ਤੋਂ ਦੂਰ ਸੀਗੀਆਂ ਜਿਹਨਾਂ ਦੇ ਮੇਰਾ ਹੱਕ ਵੀ ਸੀ ਉਹ ਚੀਜ਼ਾਂ ਮੇਰੇ ਤੋਂ ਫਿਰ ਵੀ ਦੂਰ ਸੀ ਨਸ਼ੇ ਕਾਰਨ, ਉਹ ਚੀਜ਼ਾਂ ਮੇਰੇ ਤੋਂ ਦੁਬਾਰਾ ਮੁੜ ਕੇ ਆਉਣ ਡਈਆਂ, ਵਿਆਜ ਸਮੇਤ ਪਰਮਾਤਮਾ ਦੇਣ ਡਿਆ। ਪਰਮਾਤਮਾ ਦੀ ਚੱਕੀ ਚੱਲਦੀ ਹੌਲੀ ਆ ਪਰ ਪੀਸ ਦੀ ਬਰੀਕ ਆ, ਇਸ ਲਈ ਉਹ ਤੁਹਾਡਾ ਕਦੇ ਵੀ ਮਾੜਾ ਨਹੀਂ ਕਰਦਾ, ਉਹ ਮਾੜਾ ਅਸੀਂ ਆਪ ਹੀ ਕਰਦੇ ਹਾਂ। ਉਹ ਬਾਰ ਬਾਰ ਸਾਨੂੰ ਗੰਦਗੀ ਚੋਂ ਕੱਢਦਾ ਆ, ਅਸੀਂ 2-4 ਦਿਨ ਸਹੀ ਰਹਿ ਕੇ ਤਾਂ ਦੁਬਾਰਾ ਫੇਰ ਉੱਥੇ ਡੈ ਪੈਂਦੇ ਹਾਂ, ਮਤਲਬ ਕਸੂਰ ਪਰਮਾਤਮਾ ਦਾ ਥੋੜੋ ਆ, ਫਿਰ ਅਸੀਂ ਮਿਹਣੇ ਉਹਨੂੰ ਮਾਰੀ ਜਾਣੇ ਵੀ ਤੂੰ ਇੱਦਾਂ ਕਰਦਾ। ਉਹਨੇ ਤਾਂ ਭਾਈ ਬੰਦੇ ਨੂੰ ਨਾ ਮਨੁੱਖਾ ਜਨਮ ਮਿਲ ਜਾਵੇ, ਤੰਦਰੁਸਤੀ ਮਿਲ ਜਾਵੇ, ਸੰਗਤ ਵਧੀਆ ਮਿਲ ਜਾਵੇ ਤੇ ਸਮਝ ਲਓ ਪਰਮਾਤਮਾ ਦੀ ਫੁੱਲ ਕਿਰਪਾ ਆ, ਇਹਦੇ ਉੱਤੇ ਕਿਰਪਾ ਨਹੀਂ ਹੋ ਸਕਦੀ। ਹੁਣ ਤੁਹਾਡੇ ਤੇ ਮਨੁੱਖਾ ਜਨਮ ਮਿਲ ਗਿਆ, ਤੰਦਰੁਸਤੀ ਮਿਲ ਗਈ, ਤੁਹਾਡੀ ਸੰਗਤ ਹੀ ਨਹੀਂ ਵਧੀਆ, ਤੁਸੀਂ ਤਾਂ ਵੀ ਜੀਰੋ। ਇਹਨਾਂ ਚੀਜ਼ਾਂ ਵਿੱਚੋਂ ਇੱਕ ਵੀ ਚੀਜ਼ ਘਟਿਆ ਨਾ ਵੀ ਲਾ ਲਓ ਤੁਹਾਨੂੰ ਮਨੁੱਖਾ ਜਨਮ ਹੀ ਨਹੀਂ ਮਿਲਿਆ, ਹੋਰ ਜੂਨ ਵਿੱਚ ਜਾ ਕੇ ਤੰਦਰੁਸਤੀ ਮਿਲ ਗਈ, ਸੰਗਤ ਵੀ ਤੁਹਾਡੀ ਵਧੀਆ ਹੋਈ, ਕੀ ਕਰੂਗੀ ਬਾਕੀ ਕੀ ਕਰੂਗੀ? ਮਤਲਬ ਇਹ ਤਿੰਨੇ ਚੀਜ਼ਾਂ ਜਿਹਨੂੰ ਪਰਮਾਤਮਾ ਨੇ ਦੇਤੀਆਂ ਉਹ ਤਾਂ ਉਹ ਤੋਂ ਕੁਛ ਮੰਗੇ ਹੀ ਨਾ, ਉਹਨੂੰ ਸਮਝ ਲਓ ਪਰਮਾਤਮਾ ਨੇ ਸਾਰਾ ਕੁਛ ਦੇਤਾ, ਉਹ ਤੋਂ ਕਈ ਚੀਜ਼ ਦਾ ਉਹਲਾ ਹੀ ਨਹੀਂ ਰੱਖਿਆ ਰੱਬ। ਮੁੰਡੇ ਜੀ ਤੁਸੀਂ ਜਿੱਦਾਂ ਲਿਖਦੇ ਹੋ ਕੁਛ ਸ਼ੇਰੋ ਸ਼ਾਇਰੀ ਕੁਛ ਸੁਣਾਉਣਾ ਚਾਹੁੰਦੇ? ਰੱਬ ਦੇ ਹੱਥ ਰਿਮੋਟ ਏ ਸਾਡਾ, ਤਾਈਓ ਤੇ ਕੰਮ ਲੋਟ ਏ ਸਾਡਾ। ਰੱਬ ਦੇ ਹੱਥ ਰਿਮੋਟ ਏ ਸਾਡਾ, ਤਾਈਓ ਤੇ ਕੰਮ ਲੋਟ ਏ ਸਾਡਾ। ਮੋਂਟੀ ਪਹਾੜ ਜਿੱਡੇ ਦੁੱਖ ਹੱਸ ਕੇ ਜਿੰਦੜੀ ਝੱਲੀ ਜਾਂਦੀ ਏ, ਉਹ ਜਿਵੇਂ ਚਲਾਈ ਜਾਂਦਾ ਗੱਡੀ ਚੱਲੀ ਜਾਂਦੀ ਏ, ਉਹ ਜਿਵੇਂ ਚਲਾਈ ਜਾਂਦਾ ਗੱਡੀ ਚੱਲੀ ਜਾਂਦੀ ਏ। ਪਰਮਾਤਮਾ ਦੇ ਹੱਥ ਵਾਸਿਆ ਸਾਰਾ ਕੁਛ, ਜਿੱਦਣ ਉਹ ਚਲਾਈ ਜਾਂਦਾ ਅਸੀਂ ਚੱਲੀ ਜਾਂਦੇ। ਵਾਕਈ ਸਾਥੀਓ ਗੱਡੀ ਚੱਲਦੀ ਰਹਿਣੀ ਚਾਹੀਦੀ ਹੈ, ਕਿਉਂਕਿ ਜਿਹੜੀ ਗੱਡੀ ਰੁਕ ਜਾਂਦੀ ਹੈ ਉਹਨੂੰ ਜੰਗ ਲੱਗ ਜਾਂਦੀ ਹੈ, ਖੜ੍ਹੇ ਪਾਣੀ ਤੋਂ ਵੀ ਤੁਸੀਂ ਕਹੋਗੇ ਕਿ ਸਮੈਲ ਆਉਣ ਲੱਗ ਪੈਂਦੀ ਹੈ, ਇਸ ਕਰਕੇ ਚੱਲਦੇ ਰਹਿਣਾ ਜ਼ਿੰਦਗੀ ਹੈ। ਮੋਂਟੀ ਜੀ ਤੁਸੀਂ ਚੱਲ ਰਹੇ ਹੋ ਔਰ ਮੈਂ ਕਹਿ ਰਹੀ ਹਾਂ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਸੁਧਾਰ ਕਰੋ, ਸਮਾਜਿਕ ਕੰਮਾਂ ਦੇ ਨਾਲ ਜੁੜੋ, ਆਪਣੇ ਉੱਤੇ ਕਾਬੂ ਤੁਸੀਂ ਪਾਇਆ, ਤੁਹਾਨੂੰ ਸੁਣਨ ਵਾਲੇ ਦੇਖ ਰਹੇ ਨੇ, ਤੁਹਾਨੂੰ ਸੁਣ ਰਹੇ ਨੇ, ਹੋ ਸਕਦਾ ਉਹਨਾਂ ਦੇ ਵਿੱਚੋਂ ਵੀ ਕੋਈ ਨਾ ਕੋਈ ਮੋਟੀਵੇਟ ਹੋ ਕੇ ਤੁਹਾਡੀ ਰਾਹ ਦੇ ਉੱਤੇ ਤੁਰ ਪਵੇ। ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਚੈਨਲ ਸਿਰਲੇਖ ਦੇ ਨਾਲ ਜੁੜੇ। ਧੰਨਵਾਦ ਜੀ ਸਿਰਲੇਖ ਚੈਨਲ ਦਾ, ਬਹੁਤ ਬਹੁਤ ਤੁਸੀਂ ਸਾਡੇ ਨਗਰ ਵਿੱਚ ਆਏ ਆ ਜੀ, ਤੁਹਾਡਾ ਵੀ ਧੰਨਵਾਦ ਜੀ, ਸਾਰੇ ਸਰੋਤਿਆਂ ਦਾ ਧੰਨਵਾਦ ਜੀ। ਦੇਖੋ ਜੀ ਕਹਾਣੀ ਬਹੁਤ ਜ਼ਿਆਦਾ ਸਿੱਖਿਆ ਦਿੰਦੀ ਹੈ, ਇਸ ਕਹਾਣੀ ਰਾਹੀਂ ਉਹਨਾਂ ਲੋਕਾਂ ਨੂੰ ਸਿੱਖਿਆ ਮਿਲੇਗੀ ਜੋ ਨੌਜਵਾਨ ਇਸ ਵੇਲੇ ਨਸ਼ੇ 'ਚ ਫਸੇ ਹੋਏ ਨੇ। ਇਸ ਤਰ੍ਹਾਂ ਦੀਆਂ ਮੋਟੀਵੇਟ ਕਹਾਣੀਆਂ ਜੋ ਤੁਹਾਨੂੰ ਪ੍ਰੇਰਿਤ ਕਰਨ, ਜੋ ਤੁਹਾਨੂੰ ਅੱਗੇ ਵਧਣ ਲਈ
ਪ੍ਰੋਤਸਾਹਿਤ ਕਰਨ ਅਸੀਂ ਲੈ ਕੇ ਆਉਂਦੇ ਰਹਾਂਗੇ। ਤੁਸੀਂ ਸਿਰਲੇਖ ਚੈਨਲ ਦੇ ਨਾਲ ਜੁੜੇ ਰਹਿਣਾ।